ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਜ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਸੁਨਹੋ ਬੇਨੰਤੀ ਠਾਕੁਰ ਮੇਰੇ। ਜੀ ਜੰਤ ਤੇਰੇ ਧਾਰੇ, ਰਾਖ ਪੈਜ ਨਾਮੇ ਆਪਣੇ ਕੀ ਕਰਨ ਕਰਾਵਣ ਹਾਰੇ। ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਸਵਾਰ ਦਿੱਤਾ ਸਤਿਗੁਰਾਂ ਨੇ, ਵਿਗੜਿਆ ਹੋਇਆ ਜੀਵਨ ਸਵਰ ਗਿਆ, ਸੁਧਰ ਗਿਆ। ਸੁਣੀ ਅਰਦਾਸ ਸਮਰੱਥ ਸਵਾਮੀ, ਬੰਧਨ ਕਾਟ ਸਵਾਰੇ, ਪਹਿਰ ਸਿਰ ਪਾਓ ਸੇਵਕ ਜਨ ਮੇਲੇ, ਨਾਨਕ ਪ੍ਰਗਟ ਪਹਾਰੇ। ਪਹਿਰ ਸਿਰ ਪਾਓ ਸੇਵਕ ਜਨ ਮੇਲੇ, ਪਹਿਰ ਸਿਰ ਪਾਓ ਸੇਵਕ ਜਨ ਮੇਲੇ, ਨਾਨਕ ਪ੍ਰਗਟ ਪਹਾਰੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਸਿਰ ਚ ਤੇਲ ਬਣ ਕਹਿੰਦੇ ਉਸ ਤੇਲ ਦੀ ਲੋੜ ਨਹੀਂ, ਤੁਸੀਂ ਇਹ ਤੇਲ ਪਾਓ ਵੀ ਅਸੀਸ ਦਿਓ ਇਕੱਠੇ ਹੋ ਕੇ। ਜਿਵੇਂ ਬੀਬੀਆਂ ਇਕੱਠੀਆਂ ਹੋ ਕੇ ਸਿਰ ਚ ਤੇਲ ਪਾਉਂਦੀਆਂ ਨੇ ਵੀ ਇਹਦਾ ਹੁਣ ਵਿਆਹ ਹੋਣਾ ਹੈ, ਮਾਈਏ ਬਣਾ, ਕਹਿੰਦੇ ਅਸੀਸ ਦਿਓ, ਅਸੀਸਾਂ ਰੂਪੀ ਤੇਲ ਪਾਓ। ਮਿਲਕਰ ਪਾਵੋ ਤੇ, ਮਿਲਕਰ ਪਾਵੋ ਤੇ, ਮਿਲਕਰ ਪਾਵੋ ਤੇ, ਮਿਲਕਰ ਪਾਵੋ ਤੇ। ਦੇਹੋ ਸੱਜਣ ਸੀਸੜੀ, ਦੇਹੋ ਸੱਜਣ ਸੀਸੜੀਆਂ, 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 ਦੇਹੋ ਸੱਜਣ ਹੋਵੇ ਸਾਹਿਬ ਸਿਓ ਮੇਲ ਤਿਉ, ਹੋਵੇ ਸਾਹਿਬ ਸਿਓ ਮੇਲ, ਹੋਵੇ ਸਾਹਿਬ ਸਿਓ ਮੇਲ, ਹੋਵੇ ਸਾਹਿਬ ਸਿਓ ਮੇਲ, ਸੱਜਣ ਸੀਸੜੀਆਂ, ਦੇਹੋ ਸੱਜਣ ਸੀਸੜੀਆਂ, ਦੇਹੋ ਸੱਜਣ ਸੀਸੜੀਆਂ, ਦੇਹੋ ਗੁਰੂ
ਨਾ ਜੀ ਰਹੀਏ। ਬਹੁਤ ਜਨਮ ਵਿਛੜੇ ਤੇ ਮਾਧੋ ਵਾਹਿਗੁਰੂ
ਹਮ ਤੁਮਰੀ ਕਰੋ ਨਿਤ ਆਸ ਪ੍ਰਭ, ਮੋਹਿ ਕਬ ਗਲ ਲਾਵੈ, ਮੋਹਿ ਕਬ ਗਲ ਲਾਵੈ, ਮੋਹਿ ਕਬ ਗਲ ਲਾਵੈ, ਬੋਲੋ ਜਰਾ ਧੰਨ ਕਮਾਈਆਂ ਬਈ, ਵਾਹ ਜੀ ਵਾਹ, ਗੂੰਜਾਂ ਪਾਓ ਬਈ, ਵਾਹਿਗੁਰੂ ਵਾਹਿਗੁਰੂ, ਸਾਰੇ ਕੀਰਤਨ ਕਰੋ ਸਾਰੇ, ਵਾਹਿਗੁਰੂ 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 ਵਾ
ਵਾਹਿਗੁਰੂ ਆਪਣੀ ਕਿਰਪਾ ਕਰਕੇ ਆਪਣਾ ਨਾਮ ਜਪਾਵੋ, ਆਪਣੀ ਕਿਰਪਾ ਕਰਕੇ ਆਪਣਾ ਨਾਮ ਜਪਾਵੋ ਜੀ, ਬੋਲੋ ਬਈ ਬੋਲੋ ਜਪਾਵੋ ਜੀ, ਵਾਹਿਗੁਰੂ ਆਪਣੀ ਕਿਰਪਾ ਕਰਕੇ ਆਪਣਾ ਨਾਮ ਜਪਾਵੋ ਜੀ, ਵਾਹਿਗੁਰੂ ਆਪਣੀ ਕਿਰਪਾ, ਆਪਣੀ ਕਿਰਪਾ ਕਰਕੇ ਆਪਣਾ ਨਾਮ ਜਪਾਵੋ, ਆਪਣੀ ਕਿਰਪਾ ਕਰਕੇ ਨਾਮ ਜਪਾਵੋ, ਆਪਣੀ ਕਿਰਪਾ ਕਰਕੇ ਆਪਣਾ, ਪੜੋ ਜੀ ਪੜੋ ਪੜੋ ਬਈ, ਆਪਣੀ ਕਿਰਪਾ ਨਾਮ ਜਪਾਵੋ ਜੀ, ਬੋਲੋ ਆਪਣੀ ਕਿਰਪਾ ਜਪਾਵੋ, ਆਪਣੀ ਕਿਰਪਾ ਕਰਕੇ ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ ਜੀ, ਨਾਮ ਜਪਾਵੋ ਜੀ, ਆਪਣਾ ਨਾਮ ਜਪਾਵੋ ਜੀ, ਆਪਣਾ ਨਾਮ ਪੜ ਲੋ ਪਾਵੋ ਜੀ, ਆਪਣਾ ਨਾਮ ਜਪਾਵੋ ਜੀ, ਆਪਣਾ ਨਾਮ ਜਪਾਵੋ ਜੀ, ਆਪਣਾ ਨਾਮ ਜਪਾਵੋ ਜੀ, ਪਾਵੋ ਜੀ, ਆਪਣਾ ਨਾਮ ਜਪਾਵੋ ਜੀ, ਜਪਾਵੋ ਜੀ, ਆਪਣਾ ਨਾਮ ਜਪਾਵੋ ਜੀ, ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ ਜੀ, ਆਪਣਾ ਨਾਮ ਜਪਾਵੋ ਜੀ, ਆਪਣਾ ਨਾਮ ਜਪਾਵੋ ਜੀ, ਆਪ ਜਪਾਵੋ, ਆਪ ਜਪਾਵੋ ਜੀ, ਨਾਮ ਜਪਾਵੋ ਜੀ, ਆਪਣਾ ਰਹੋ ਬਈ ਬੇਨਤੀ, ਵਾਂਝੇ ਕਿਉਂ ਰਹਿਣਾ, ਜਪਾਵੋ ਜੀ, ਆਪਣਾ ਨਾਮ ਜਪਾਵੋ, ਨਾਮ ਜਪਾਵੋ ਜੀ, ਨਾਮ ਜਪਾਵੋ ਜੀ, ਆਪਣਾ ਨਾਮ ਜਪਾਵੋ ਜੀ, ਨਾਮ ਜਪਾਵੋ ਜੀ, ਆਪਣਾ ਨਾਮ ਜਪਾਵੋ ਜੀ, ਆਪਣਾ ਨਾਮ ਜਪਾਵੋ, ਨਾਮ ਜਪਾਵੋ ਜੀ, ਨਾਮ ਜਪਾਵੋ ਜੀ, ਨਾਮ ਜਪਾਵੋ ਜੀ, ਆਪਣਾ ਨਾਮ ਜਪਾਵੋ, ਵਾਹਿਗੁਰੂ ਆਪਣੀ ਕਿਰਪਾ ਕਰਕੇ, ਆਪਣੀ ਕਿਰਪਾ, ਆਪ
ਆਪਣੀ ਕਿਰਪਾ ਕਰਕੇ ਆਪਣੀ ਕਿਰਪਾ ਕਰਕੇ ਆਪਣਾ ਨਾਮ ਜਪਾਵੋ ਜੀ, ਆਪਣੀ ਕਿਰਪਾ ਕਰਕੇ ਆਪਣਾ ਨਾਮ ਜਪਾਵੋ ਜੀ, ਵਾਹਿਗੁਰੂ ਆਪਣੀ ਕਿਰਪਾ ਕਰਕੇ ਆਪਣਾ ਨਾਮ ਜਪਾਵੋ ਜੀ, ਪੜ ਲਓ ਬਈ, ਵਾਹਿਗੁਰੂ ਆਪਣੀ ਕਿਰਪਾ ਕਰਕੇ ਆਪਣਾ ਨਾਮ ਜਪਾਵੋ ਜੀ, ਕਿਰਪਾ ਕਰਕੇ ਆਪਣਾ ਨਾਮ ਜਪਾਵੋ, ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ ਜੀ, ਰਸਨਾ ਪਵਿੱਤਰ ਕਰੋ, ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਇੱਕੇ ਵਾਰੀ ਕਹਿਣ ਤੇ ਜੋਸ਼ ਨਾਲ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਸਾਨੂੰ ਸਾਰਿਆਂ ਨੂੰ ਰਲ ਮਿਲ ਬੈਠਣ ਦਾ ਸੁਭਾਗ ਮਿਲਿਆ, ਦੂਸਰੇ ਦੀਵਾਨ ਵਿੱਚ ਆਪਾਂ ਹਾਜ਼ਰੀ ਭਰ ਰਹੇ। ਮੱਥਾ ਟੇਕਣ ਵਾਲਿਆਂ ਨੂੰ ਬੇਨਤੀ ਹੈ ਵੀ 5-7 ਮਿੰਟ ਵਿੱਚ ਬਸ ਮੱਥਾ ਟੇਕੋ ਤੇ ਸੱਜ ਜਾਓ। ਪਹਿਰੇਦਾਰਾਂ ਨੂੰ ਬੇਨਤੀ ਕਰਾਂਗਾ, ਅੱਧ 'ਚ ਬੈਠ ਜਿਓ, 5-ਕੁ ਮਿੰਟ ਵਿੱਚ ਮੱਥਾ ਟੇਕ ਜਾਣਾ ਹੈ, ਜ਼ਰਾ ਜਲਦੀ ਨਮਸਕਾਰ ਕਰੋ ਤੇ ਅੱਧ 'ਚ ਫਿਰ ਪਹਿਰੇਦਾਰ ਬੈਠ ਜਾਣ। ਜਿਹੜੇ ਰਹਿ ਜਾਣਗੇ ਉਹਨਾਂ ਨੂੰ ਆਪਾਂ ਬਾਅਦ ਵਿੱਚ ਆਵਾਜ਼ ਮਾਰ ਕੇ ਨਮਸਕਾਰ ਕਰਵਾ ਦਿਆਂਗੇ। ਜਿਤਨਾ ਕੁ ਸਮਾਂ ਸਾਡੇ ਕੋਲ ਹੈ, ਮਨ ਬਿਰਤੀਆਂ ਇਕਾਗਰ ਕਰਕੇ ਬੈਠਣ ਦਾ ਯਤਨ ਕਰੀਏ। ਜੇ ਥੋੜ੍ਹਾ ਜਿਹਾ ਇਕਾਗਰ ਹੋ ਕੇ ਸਭ ਕੁਝ ਭੁੱਲ ਕੇ ਸਤਿਗੁਰੂ ਜੀ ਦੇ ਬਚਨ ਵਿਚਾਰ ਲਏ ਜਾਣ, ਸੁਣ ਲਏ ਜਾਣ, ਸਮਝ ਲਏ ਜਾਣ, ਫਿਰ ਮਨ ਸਦਾ ਲਈ ਇਕਾਗਰ ਹੋ ਜਾਂਦਾ। ਕਿਵੇਂ? ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਗੁਰਮੁਖੋ ਵਾਹਿਗੁਰੂ ਦੀ ਸਿਫਤ ਕਰੋ, ਫਿਰ ਇਹਦਾ ਫਲ ਕੀ ਮਿਲੇਗਾ? ਅਗਲਾ ਫਲ ਹੈ ਜਿਹੜਾ ਅੱਗੇ ਮਿਲਣਾ। ਆਪਾਂ ਧਿਆਨ ਸਾਰੇ ਪਾਸਿਆਂ ਤੋਂ ਹਟਾ ਲੈਣਾ ਹੈ, ਇਹ ਕੋਸ਼ਿਸ਼ ਕਰਨੀ ਹੈ। ਜਦੋਂ ਪ੍ਰਭ ਕੀ ਵਾਹਿਗੁਰੂ ਦੀ ਉਸਤਤ ਕਰਾਂਗੇ ਫਿਰ ਹੋਏਗਾ ਕਿ ਸਾਵਧਾਨ ਇਕਾਗਰ ਚੀਤ, ਚਿੱਤ ਫਿਰ ਇਕਾਗਰ ਹੋ ਜਾਏਗਾ। ਜੇ ਚਿੱਤ ਪਹਿਲਾਂ ਇਕਾਗਰ ਹੈ ਫਿਰ ਹਰ ਜਸ ਕਰਨ ਦੀ ਕੀ ਲੋੜ? ਜੇ ਮਨ ਪਹਿਲਾਂ ਹੀ ਇਕਾਗਰ ਕਰ ਸਕਦਾ ਹੋਵੇ ਬੰਦਾ, ਹਰ ਜਸ ਤੋਂ ਬਿਨਾਂ ਹੀ, ਫਿਰ ਕੀ ਫਾਇਦਾ? ਸਮਝੋ, ਜਦੋਂ ਅਸੀਂ ਵਾਹਿਗੁਰੂ ਜੀ ਦੀ ਸਿਫਤ ਕਰਾਂਗੇ ਤੇ ਅਸੀਂ ਸਾਵਧਾਨ ਹੋ ਜਾਵਾਂਗੇ। ਸਾਵਧਾਨ ਕਿਵੇਂ? ਅਸੀਂ ਧਿਆਨ ਰੱਖਾਂਗੇ ਵੀ ਅੱਖਾਂ ਰਾਹੀਂ ਫਿਰ ਮੈੜਾ ਮੇਰੇ ਅੰਦਰ ਗੰਦਮੰਦ ਨਾ ਜਾਵੇ, ਮੈਲ ਨਾ ਜਾਵੇ ਅੱਖਾਂ ਰਾਹੀਂ, ਕਿਉਂਕਿ ਤਨ ਨੇ ਇਕੱਲਾ ਮੂੰਹ ਨਾਲ ਖਾਣਾ ਹੈ, ਮਨ ਹੈ ਜਿਹੜਾ ਇਹ ਅੱਖਾਂ ਨਾਲ ਵੀ ਖਾਂਦਾ ਹੈ, ਖੁਰਾਕ ਇਹਨੂੰ ਮਿਲਦੀ ਹੈ, ਕੰਨਾਂ ਨਾਲ ਵੀ ਖਾਂਦਾ ਹੈ, ਜੀਭ ਨਾਲ ਵੀ ਖਾਂਦਾ ਹੈ, ਚਮੜੀ ਦੇ ਸਪਰਸ਼ ਨਾਲ ਵੀ ਖਾਂਦਾ ਹੈ, ਜਿਹਨੂੰ ਅਸੀਂ ਕੀ ਟੱਚ ਕਰਨਾ, ਇਹਦੇ ਤੋਂ ਵੀ ਖਾਂਦਾ, ਖੁਰਾਕ ਖਾਂਦਾ ਮਨ। ਭੈੜੇ ਖਿਆਲਾਤ ਬਣਦੇ ਨੇ, ਮੈਲ ਅੰਦਰ ਜਮ੍ਹਾਂ ਹੁੰਦੀ ਹੈ, ਜਿਹੋ ਜਿਹਾ ਵੇਖਦਾ ਹੈ, ਸੁਣਦਾ ਹੈ, ਬੋਲਦਾ ਹੈ, ਚੱਖਦਾ ਹੈ, ਸਪਰਸ਼ ਕਰਦਾ ਹੈ, ਉਹਦਾ ਫਿਰ ਮਨ 'ਤੇ ਅਸਰ ਹੋ ਹੀ ਜਾਂਦਾ ਹੈ। ਸਾਵਧਾਨ ਹੋ ਜਾਵਾਂਗੇ ਕਿਵੇਂ?
ਵੀ ਮੈਲ ਨਹੀਂ ਅੰਦਰ ਜਾਣ ਦੇਣੀ, ਕੰਨਾਂ ਨਾਲ, ਅੱਖਾਂ ਨਾਲ, ਜੀਭ ਨਾਲ ਅੰਦਰ ਗੰਦ ਨਹੀਂ ਇਕੱਠਾ ਹੋਣ ਦੇਣਾ। ਸਾਵਧਾਨ ਹੁਣ ਹੈ ਨਹੀਂ ਆਪਾਂ, ਹੁਣ ਅੰਦਰ ਜਾਈ ਜਾਂਦਾ ਸਾਰਾ ਕੁਛ, ਉਹ ਅੰਦਰ ਜਾ ਜਾ ਕੇ ਗੰਢਾਂ ਬਣੀ ਜਾਂਦੀਆਂ ਨੇ। ਫਿਰ ਜਿਹੜਾ ਚਿੱਤ ਹੈ ਨਾ ਜੀ, ਇਹ ਇਕਾਗਰ ਨਹੀਂ, ਫਿਰ ਇਕਾਗਰ ਹੋ ਜਾਏਗਾ, ਹਰ ਵੇਲੇ ਇੱਕ ਨਾਲ ਜੁੜ ਜਾਏਗਾ, ਇੱਕ ਪਰਮਾਤਮਾ ਤੋਂ ਬਿਨਾਂ ਦ੍ਵੈਤ ਭਾਵਨਾ ਨਹੀਂ ਮਨ ਵਿੱਚ ਆਏਗੀ, ਕੋਈ ਦੂਜਾ ਸੁਰਤ ਵਿੱਚ ਨਹੀਂ ਆਏਗਾ, ਬਸ ਦੂਜਾ ਨਹੀਂ ਆਉਣਾ ਕੋਈ, ਬਸ ਇੱਕ ਪਰਮਾਤਮਾ ਹੀ ਆਉਣ ਲੱਗ ਜਾਂਦਾ। ਕਦੋਂ? ਜਦੋਂ ਇੱਦਾਂ ਬਹਿ ਕੇ ਹਰ ਜਸ ਕਰੀਏ ਜਿਵੇਂ ਆਪਾਂ ਕਰ ਰਹੇ ਹਾਂ। ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ, ਜਿੱਥੇ ਨਾਮ ਦੀ ਵਿਆਖਿਆ ਹੋਵੇ ਉਹ ਸਤਸੰਗ ਹੈ। ਨਾਮ ਦੀ ਵਿਆਖਿਆ ਮਤਲਬ ਸੱਚ ਦੀ ਵਿਆਖਿਆ ਹੋਵੇ, ਨਾਮ ਦੀ ਵਿਚਾਰ ਹੋਣ ਦਾ ਅਰਥ ਹੈ ਸੱਚ ਦੀ ਵਿਚਾਰ ਹੋਵੇ ਜਿੱਥੇ, ਉਹ ਸਤਸੰਗ ਹੁੰਦੀ ਹੈ। ਸਤਸੰਗ ਉਹ ਹੈ ਜਿੱਥੇ ਸੱਚ ਦੀ ਵਿਚਾਰ ਹੋਵੇ। ਧਿਆਨ ਨਾਲ ਸਮਝਿਓ ਗੁਰਮੁਖੋ, ਆਪਾਂ ਸਾਵਧਾਨ ਹੋ ਜਾਵਾਂਗੇ ਫਿਰ ਆਪਾਂ ਨਾ ਫਿਕਰ ਜਿਹਾ ਕਰਨ ਲੱਗ ਜਾਵਾਂਗੇ ਵੀ ਮਾੜਾ ਸੁਣ ਰਿਹਾ, ਇਹਦਾ ਅਸਰ ਮਨ 'ਚ ਮੈੜਾ ਮੈਲ ਚਲੀ ਜਾਏਗੀ, ਨਾ ਸੁਣ ਮਨ ਕੰਟਰੋਲ ਕਰਨ ਲੱਗ ਜਾਵਾਂਗੇ ਫਿਰ ਆਪਾਂ। ਇਹ ਬਖਸ਼ਿਸ਼ ਹੁੰਦੀ ਹੈ ਜਿਹੜਾ ਵਾਹਿਗੁਰੂ ਦੀ ਸਿਫਤ ਕਰਦਾ ਸੰਗਤ 'ਚ ਬਹਿ ਕੇ, ਇਹ ਕਿਰਪਾ ਹੈ, ਇਹ ਦਾਤ ਮਿਲ ਜਾਂਦੀ ਹੈ। ਵੀ ਆਹ ਚਾਰ ਬੰਦੇ ਬੈਠੇ ਭੈੜਾ ਬੋਲਦੇ ਨੇ, ਫਿੱਕਾ ਬੋਲਦੇ ਨੇ, ਛੱਡ ਪਰੇ ਇਹਨਾਂ ਨਾਲ ਨਹੀਂ ਗੱਲ ਕਰਨੀ, ਇਹ ਨਾਸਤਕ ਨੇ, ਇਹ ਨਿੰਦਕ ਨੇ ਰੱਬ ਦੇ, ਇਹਨਾਂ ਨੇ ਗੱਲਾਂ ਹੀ ਪੁੱਠੀਆਂ ਕਰਨੀਆਂ ਨੇ, ਛੱਡੋ ਪਰਾਂ ਇਹਨਾਂ 'ਚ ਨਹੀਂ ਬਹਿਣਾ, ਆਪਾਂ ਚੱਲ ਚੱਲੀਏ, ਕਾਹਦੇ ਲਈ ਟਾਈਮ ਖਰਾਬ ਕੀਤਾ, ਇੱਦਾਂ ਸਮਝ ਆਉਣ ਲੱਗ ਜਾਏਗੀ। ਨਹੀਂ ਤਾਂ ਉਹਨਾਂ ਨੇ ਪੁੱਠੀਆਂ ਪੁੱਠੀਆਂ ਗੱਲਾਂ ਕਰਾਂਗੇ, ਇੰਟਰਸਟ ਪਰ ਜ਼ਿਆਦਾ ਬਣਦਾ ਸਾਡਾ, ਸਾਡੀ ਉੱਧਰ ਖਿੱਚ ਜ਼ਿਆਦਾ, ਧਿਆਨ ਉੱਧਰ ਜ਼ਿਆਦਾ। ਫਿਰ ਆਪਾਂ ਸਾਵਧਾਨ ਹੋ ਜਾਵਾਂਗੇ, ਫਿਰ ਆਪਾਂ ਸਾਰੇ ਬਚਨ ਹੀ ਮੰਨ ਲਾਂਗੇ, ਇਹ ਸਰਵਣੋਹ ਮੇਰੇ ਹੋ ਸੱਚ ਹੈ ਸੁਣਨੈ ਨੋ ਪਠਾਏ, ਇਹ ਆਪਾਂ ਨੂੰ ਸਮਝ ਆ ਜਾਏਗੀ। ਇਹ ਨੇਤਰੋਹ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਇਹ ਸਾਰਾ ਪਤਾ ਲੱਗ ਜਾਂਦਾ ਫਿਰ ਜੀਭ ਨਾਲ ਕੀ ਕਰਨਾ ਹੈ, ਕੰਨਾਂ ਨਾਲ ਕੀ ਕਰਨਾ ਹੈ, ਅੱਖਾਂ ਨਾਲ ਕੀ ਕਰਨਾ ਹੈ, ਅਗਲ ਆ ਜਾਂਦੀ। ਸਾਵਧਾਨ ਹੋ ਜਾਂਦਾ ਮਨੁੱਖ ਹੁਣ ਨਾ ਜੀ, ਆਪਾਂ ਆਪਣੇ ਕਰਮਾਂ ਪ੍ਰਤੀ ਸਾਵਧਾਨ ਨਹੀਂ ਹਾਂ, ਸਾਵਧਾਨ ਨਹੀਂ ਕਰਮਾਂ ਪ੍ਰਤੀ ਵੀ ਕੀ ਕਰੀ ਜਾਂਦੇ ਹਾਂ, ਸੁੱਤੇ ਪਏ ਕਰੀ ਜਾਂਦੇ ਹਾਂ, ਆਪਾਂ ਸੁਚੇਤ ਨਹੀਂ, ਅਚੇਤ ਹੈ ਮਨ, ਸੁਚੇਤ ਨਹੀਂ। ਵਾਹਿਗੁਰੂ ਜੀ ਦੀ ਸਿਫਤ ਜਦੋਂ ਆਪਾਂ ਕਰਾਂਗੇ, ਪਰਮਾਤਮਾ ਵਾਹਿਗੁਰੂ ਜੀ ਦੇ ਗੁਣ ਗਾਵਾਂਗੇ ਨਾ ਜੀ, ਫਿਰ ਅਸੀਂ ਸੁਚੇਤ ਹੋ ਜਾਵਾਂਗੇ ਵੀ ਆਹ ਮਾੜਾ ਆ ਚੰਗਾ। ਹੁਣ ਕੀ ਹਾਲ ਹੈ ਸਾਡਾ, ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਗੁਰੂ ਦੇ ਮੁਖ ਦੁਆਰਾ ਤੇ ਪਤਾ ਲੱਗਦਾ, ਗਿਆਨ ਨਾਲ ਤੇ ਅਕਲ ਆਉਂਦੀ ਹੈ, ਗੁਰਮੁਖਾਂ ਨੂੰ ਪਤਾ ਲੱਗ ਜਾਂਦਾ, ਪਰ ਨਹੀਂ ਤੇ ਗੁਰਬਾਣੀ ਕਹਿੰਦੀ ਹੈ ਕਿ ਗਿਆਨ ਬਿਨਾਂ ਬੰਦਾ ਕਮਲਾ ਹੀ ਹੋਇਆ ਫਿਰਦਾ। ਫਿਰ ਧਿਆਨ ਨਾਲ ਸੁਣਿਓ, ਗਿਆਨ ਬਿਨਾਂ ਜਗ ਕਮਲਾ ਹੈ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬੌਰਾਨ। ਕਹਿੰਦੇ ਬੌਲਾ ਹੈ ਜਗ, ਸੰਸਾਰ ਕਮਲਾ ਹੈ। ਕਹਿੰਦੇ ਕਮਲਿਆਂ ਵਾਲੀਆਂ ਗੱਲਾਂ ਕਰੇਗਾ ਕਿਉਂਕਿ ਗਿਆਨਹੀਣ ਹੈ, ਗਿਆਨ ਨਹੀਂ, ਸਮਝ ਨਹੀਂ, ਅਕਲ ਨਹੀਂ। ਵੀਰੋ ਭਰਾਵੋ ਭੈਣੋ ਬਜ਼ੁਰਗੋ, ਜਰਾ ਇਕਾਗਰਤਾ ਨਾਲ ਗੱਲ ਸੁਣੋ, ਧਿਆਨ ਨਾਲ ਸੁਣੋ ਇਹਨਾਂ ਗੱਲਾਂ ਨੂੰ, ਸਤਿਗੁਰੂ ਜੀ ਦੇ ਬਚਨ ਨੇ, ਧਿਆਨ ਨਾਲ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ। ਇੱਕ ਵੀ ਨੁਕਤਾ ਜੇ ਸਮਝ ਆ ਗਿਆ
ਬਹੁਤ ਵੱਡਾ ਇਹਦਾ ਫਲ ਮਿਲਣਾ। ਫਲ ਮਤਲਬ ਕਿ ਬੜਾ ਵੱਡਾ ਲਾਭ ਮਿਲ ਜਾਏਗਾ, ਬੜਾ ਵੱਡਾ ਵਾਧਾ ਹੋ ਜਾਂਦਾ ਗਿਆਨ ਵਿੱਚ, ਸਾਡੀ ਸਮਝ ਵਿੱਚ। ਫਿਰ ਅਰਜ਼ ਕਰ ਰਿਹਾ, ਪੰਕਤੀ ਫਿਰ ਪੜੋ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬੌਰਾਨੰ, ਕਮਲਿਆਂ ਗਿਆਨ ਬਿਨਾ। ਕਮਲੇ ਕਿਉਂ ਕਹਿਤਾ ਗੁਰੂ ਜੀ ਨੇ ਸਾਨੂੰ, ਕਮਲੇ ਕਿਉਂ ਕਹਿਤਾ? ਗਿਆਨਹੀਣਿਆਂ ਦੀ ਗੱਲ ਏ, ਗਿਆਨਵਾਨ ਨਹੀਂ ਕਮਲਾ, ਗਿਆਨਵਾਨ ਨਹੀਂ। ਗਿਆਨਹੀਣਾਂ ਨੂੰ ਕਿਹਾ ਵੀ ਕਮਲੇ ਹੋਇਆ ਫਿਰਦੇ ਨੇ ਅੱਜ, ਬਹੁਤੇ ਉਹ ਨੇ ਕਮਲੇ। ਤੁਹਾਨੂੰ ਪਤਾ ਵੀ ਕਮਲੇ ਦੇ ਲੱਛਣ ਕੀ ਹੁੰਦੇ ਨੇ? ਆਪਾਂ ਕਿਹਨੂੰ ਕਹਿੰਦੇ ਹਾਂ ਵੀ ਬੰਦਾ ਪਾਗਲ ਹੈ, ਕਮਲਾ ਹੈ? ਕਮਲੇ ਦੇ ਲੱਛਣ ਕੀ ਨੇ, ਆਪਾਂ ਨੂੰ ਕਿਵੇਂ ਪਤਾ ਲੱਗੂ ਵੀ ਕਮਲਾ ਹੈ? ਆਪਾਂ ਵੇਖਾਂਗੇ, ਕਮਲੇ ਨੂੰ ਪਤਾ ਹੀ ਨਹੀਂ ਲੱਗਦਾ ਕਿਹੜੀ ਚੀਜ਼ ਚੁੱਕੇ ਤੇ ਮੂੰਹ ਚ ਪਾ ਜਾਏ। ਕਮਲੇ ਨੂੰ ਕੀ ਪਤਾ ਵੀ ਕੀ ਖਾ ਜਾਏ? ਨਿਸ਼ਾਨੀ ਹੈ ਨਾ ਕਮਲੇ ਦੀ। ਅੱਛਾ, ਕਮਲੇ ਦਾ ਕੀ ਪਤਾ ਵੀ ਕੀ ਬੋਲੀ ਜਾਵੇ, ਕੀ ਬੋਲੀ ਜਾਂਦਾ ਉਹਦੇ ਮੂੰਹ ਚੋਂ, ਕੀ ਨਿਕਲੀ ਜਾਂਦਾ ਉਹਨੂੰ ਕੀ ਪਤਾ? ਉਹ ਤੇ ਕਮਲਾ, ਇਹ ਨਿਸ਼ਾਨੀ ਹੈ ਕਮਲੇ ਦੀ। ਅੱਛਾ ਜੀ, ਕਮਲੇ ਦੀ ਨਿਸ਼ਾਨੀ ਹੈ ਕੀ ਪਤਾ ਬਈ? ਕਿਹੜੀ ਚੀਜ਼ ਚੁੱਕੇ ਮੂੰਹ ਚ ਪਾ ਜਾਏ, ਕੀ ਬੋਲੀ ਜਾਵੇ। ਕਮਲੇ ਦਾ ਕੀ ਪਤਾ ਕਿੱਧਰ ਮੂੰਹ ਚੁੱਕ ਕੇ ਤੁਰ ਪਵੇ, ਰੋਈਆਂ ਨੂੰ ਚੜ ਜੇ ਜਿੱਧਰ ਜੀ ਕਰੇ, ਉਹਨੇ ਕਿਹੜਾ ਸੋਚਣਾ, ਤੁਰ ਹੀ ਪੈਣਾ ਬਸ। ਕਮਲੇ ਦਾ ਕੀ ਪਤਾ ਵੀ ਬੱਸਾਂ ਟਰੱਕ ਆ ਰਹੇ ਨੇ, ਗੱਡੀਆਂ ਆ ਰਹੀਆਂ ਨੇ, ਉਹਨਾਂ ਨੂੰ ਕੀ ਪਤਾ ਵੀ ਕਿਹੜੇ ਪਾਸੇ ਤੁਰਨਾ ਨਹੀਂ ਤੁਰਨਾ, ਬਸ ਉਹ ਕਮਲਾ ਹੈ। ਆਪਾਂ ਇਹੀ ਕਹਾਂਗੇ ਨਾ ਵੀ ਕਮਲੇ ਦੀ ਨਿਸ਼ਾਨੀ ਹੈ ਬਈ। ਕੀ ਪਤਾ ਕੀ ਚੁੱਕ ਕੇ ਪੀਜੇ, ਜਿਹੜੀ ਚੀਜ਼ ਸਾਹਮਣੇ ਆ ਗਈ ਕਈ ਵਾਰੀ, ਇਹ ਕੀ ਪਤਾ ਵੀ ਤੇਜ਼ਾਬ ਜ਼ਹਿਰ ਕੀ ਪੀਜੇ, ਕੀ ਪਤਾ ਕਮਲੇ ਦਾ? ਕਿਉਂ ਜੀ? ਫਿਰ ਰੋਕ ਕੇ ਪੁੱਛਣਾ, ਇਹੀ ਨਿਸ਼ਾਨੀਆਂ ਨੇ ਨਾ ਕਮਲੇ ਦੀਆਂ ਵੀ ਕਿੱਧਰ ਤੁਰ ਜੇ, ਕੀ ਪੀਜੇ, ਕੀ ਖਾ ਲਵੇ, ਕੀ ਬੋਲਣ ਲੱਗ ਜੇ, ਕਮਲੇ ਦਾ ਕੀ ਪਤਾ ਹੈ? ਬਾਣੀ ਨੇ ਕਮਲੇ ਕਿਉਂ ਕਹਿਤਾ ਫਿਰ ਸਾਨੂੰ? ਮਾਫ਼ ਕਰਨਾ ਜੀ, ਅੱਜ ਸਾਨੂੰ ਲੱਗਦਾ ਹੈ ਸਿਆਣੇ ਆ, ਪਰ ਜੇ ਡੂੰਘਾਈ ਨਾਲ ਸਾਵਧਾਨ ਹੋਵਾਂਗੇ, ਜਦੋਂ ਸਾਵਧਾਨ ਇਕਾਗਰ ਚੀਤ ਜਦੋਂ ਹੋ ਗਿਆ, ਫਿਰ ਸਾਨੂੰ ਆਪਣਾ ਹੀ ਕਮਲ ਦਿਸਣ ਲੱਗ ਪੈਗਾ। ਓਏ ਮਨਾ ਕਮਲਿਆ, ਤੂੰ ਆਪਣੇ ਸਕੇ ਭਰਾ ਨੂੰ ਹੀ ਭੈਣ ਦੀ ਗਾਲ ਕੱਢੀ ਜਾਂਦਾ ਹੈ, ਇਹਦੀ ਭੈਣ ਤੇ ਮੇਰੀ ਭੈਣ 'ਚ ਕੀ ਫਰਕ ਹੈ? ਮੈਨੂੰ ਪਤਾ ਹੀ ਨਹੀਂ ਲੱਗਦਾ ਮੈਂ ਬੋਲੀ ਕੀ ਜਾਂਦਾ, ਮੈਂ ਕੀ ਬੋਲ ਗਿਆ, ਸਾਵਧਾਨ ਹੀ ਨਹੀਂ ਅਸੀਂ, ਮੈਂ ਕੀ ਬੋਲੀ ਜਾਂਦਾ ਮੈਨੂੰ ਪਤਾ ਹੀ ਨਹੀਂ ਲੱਗਦਾ। ਪਿਓ ਪੁੱਤਰ ਨੂੰ ਗਾਲ ਕੱਢ ਦਿੰਦਾ ਭੈਣ ਦੀ, ਉਹਦਾ ਦਿਮਾਗ ਨਹੀਂ ਕੰਮ ਕਰਦਾ ਵੀ ਇਹਦੀ ਭੈਣ ਮੇਰੀ ਧੀ ਲੱਗਦੀ ਹੈ। ਅੱਜ ਇੰਨੇ ਡੈੱਡ ਮਾਈਂਡ ਆ, ਡੈੱਡ ਹੋ ਗਏ ਆ, ਤਾਂ ਭਈ ਕਹਿੰਦੀ ਹੈ ਬਾਣੀ ਬਾਣੀ ਕਮਲਾ ਬੋਲਣ ਦਾ ਪਤਾ ਨਹੀਂ। ਕਮਲੇ ਦਾ ਕੀ ਪਤਾ ਕੀ ਬੋਲੇ, ਸਾਨੂੰ ਕਿਹੜਾ ਪਤਾ ਵੀ ਕੀ ਬੋਲਦੇ ਰਹੀ, ਕੀ ਬੋਲਦੀ ਏ, ਕੀ ਬੋਲਦੇ ਆ, ਪਤਾ ਕੁਛ? ਅੱਛਾ ਜੀ, ਕਮਲੇ ਦਾ ਕੀ ਪਤਾ ਹੈ ਕਿੱਥੇ ਤੁਰਿਆ ਫਿਰੇ? ਮਾਫ਼ ਕਰਨਾ ਜੀ, ਸਾਨੂੰ ਕਮਲਿਆਂ ਨੂੰ ਕੀ ਪਤਾ ਹੈ? ਕਬਰ ਤੇ ਖੜਾ ਹੈ, ਕਿਹਦੀ ਹੈ ਪਤਾ ਨਹੀਂ। ਇਹ ਜਗ੍ਹਾ ਤੇ ਮੱਥਾ ਟੇਕਦਾ ਹੈ, ਮੇਲਾ ਲੱਗਦਾ, ਤੂੰ ਆਏ ਸਾਲ ਆ ਕੇ ਇੱਥੇ ਚੜਾਵੇ ਚੜਾਉਣਾ ਹੈ, ਇਹ ਜਗ੍ਹਾ ਕਿਹਦੀ ਹੈ? ਕਹਿੰਦੇ ਪਤਾ ਨਹੀਂ। ਇਹ ਕੌਣ ਸੀ? ਪਤਾ ਨਹੀਂ। ਫਿਰ ਕਿਉਂ ਫਿਰਦਾ ਹੈ?
ਬਾ ਵੱਡੇ ਵਡੇਰੇ ਵੀ ਜਾਂਦੇ ਸੀ, ਅਸੀਂ ਕਿਹਾ ਵੀ ਆਪਾਂ ਵੀ ਜਾਣਾ ਹੀ ਆ, ਆਪਣੇ ਤਾਂ ਸਾਰੇ ਹੀ ਜਾਂਦੇ ਰਹੇ ਨੇ, ਹੈ ਕੀ ਕਹਿੰਦੇ ਪਤਾ ਹੀ ਨਹੀਂ। ਫਿਰ ਕਹਿਣਾ ਹੀ ਪੈਣਾ ਬਿਨ ਨਾਵੇ ਜੱਗ ਕੰਬਲਾ ਕਿਉਂ ਜੀ। ਤਾਂ ਕਿਹਾ ਬਾਣੀ ਨੇ ਵੀ ਲੋਕੀ ਕਮਲ ਮਾਰਦੇ ਫਿਰਦੇ ਨੇ, ਪਤਾ ਹੀ ਨਹੀਂ ਕਰੀ ਜਾਂਦੇ ਨੇ, ਕਿਉਂ ਕਰਦੇ ਆ ਇਹ ਪਤਾ ਨਹੀਂ। ਅੱਛਾ ਜੀ ਹੁਣ ਸੁਣਿਓ, ਨਾਮ ਬਿਨਾਂ ਕਮਲੇ ਕੀ ਕਰਦੇ ਨੇ, ਅਗਲੀ ਗੱਲ ਸੁਣੋ। ਕਹਿੰਦੇ ਜਵਾਈ ਭਾਈ ਆਏ ਨੇ ਸੇਵਾ ਕਰਨੀ ਹੈ, ਉਹ ਚੀਜ਼ ਪਿਆ ਕੇ ਜਿਹੜੀ ਸਿਹਤ ਲਈ ਸੇਵਾ ਕਰਾਂਗੇ ਜੀ ਤੁਹਾਡੀ ਰੱਜ ਕੇ। ਉਹਦੇ ਤੇ ਲਿਖਿਆ ਵੀ ਇਹ ਸਿਹਤ ਦਾ ਨੁਕਸਾਨ ਕਰਦੀ ਹੈ, ਡਾਕਟਰ ਮਨਾ ਕਰਦੇ ਨੇ। ਬੋਤਲ ਦੇ ਉੱਤੇ ਲਿਖਿਆ ਵੀ ਇਹ ਤੁਹਾਡੀ ਮਰਜ਼ੀ ਹੈ, ਪੀਣ ਵਾਲੇ ਉਹ ਪੀ ਵੀ ਜਾਓ, ਜੇ ਮਰ ਗਏ ਪੀ ਕੇ ਸਾਡਾ ਕੋਈ ਕਸੂਰ ਨਹੀਂ, ਕੰਪਨੀ ਤੇ ਫਾਰਗ ਹੋ ਗਈ, ਕੇਸ ਨਹੀਂ ਪੈਣਾ ਕੰਪਨੀ ਤੇ। ਉਹ ਤੇ ਕਹਿੰਦੇ ਅਸੀਂ ਤੇ ਪਹਿਲਾਂ ਹੀ ਲਿਖਿਆ ਸੀ, ਬੰਦਾ ਮਰੇ ਭਾਵੇਂ ਉਹਦੀਆਂ ਕਿਡਨੀਆਂ ਖਰਾਬ ਹੋਣ, ਭਾਵੇਂ ਜੋ ਮਰਜ਼ੀ ਹੁੰਦਾ ਰਹੇ, ਅਸੀਂ ਤੇ ਲਿਖਿਆ। ਹੁਣ ਜਦੋਂ ਅਗਲਾ ਅੱਖਰ ਪੜ੍ਹਦਾ ਹੀ ਨਹੀਂ, ਅਗਲਾ ਕਹਿੰਦੇ ਕੋਈ ਨਹੀਂ ਲਿਖਿਆ ਲਿਖਿਆ, ਰਹਿਣ ਦੇ ਕਿਧਰੇ ਨਹੀਂ ਮਰਦੇ। ਅੱਛਾ ਜੀ ਵੇਖਿਓ ਕਮਲੇ ਦਾ ਕੀ ਪਤਾ ਕੀ ਪੀ ਜੇ, ਕੀ ਪਤਾ ਵੀ ਜ਼ਹਿਰ ਹੀ ਪੀ ਜੇ, ਤੇਜ਼ਾਬ ਹੀ ਚੱਕ ਕੇ ਪੀ ਜੇ। ਬਾਣੀ ਨੇ ਕਮਲੇ ਕਿਉਂ ਕਿਹਾ, ਮੈਂ ਤਾਂ ਕਹਿ ਰਿਹਾ ਸਤਿਗੁਰ ਦੇ ਬਚਨ ਨੇ ਵੀ ਗਿਆਨ ਬਿਨਾ ਕਹਿੰਦੇ ਬੰਦਾ ਕਮਲਾ ਹੀ ਹੋਇਆ ਫਿਰਦਾ ਹੈ, ਪਤਾ ਹੀ ਨਹੀਂ ਵੀ ਕੀ ਪੀਣਾ ਤੇ ਕੀ ਨਹੀਂ ਪੀਣਾ। ਹੁਣ ਤੰਬਾਕੂ ਤੋਂ ਕੈਂਸਰ ਪੈਦਾ ਹੁੰਦਾ ਲਿਖਿਆ, ਥਾਂ ਥਾਂ ਤੇ ਬੋਰਡ ਲੱਗੇ ਨੇ ਜਿੱਥੇ ਤੰਬਾਕੂ ਦੀ ਮਸ਼ਹੂਰੀ ਹੋਊ ਐਡ ਉਹਦੇ ਉੱਤੇ ਲਿਖਿਆ ਹੁੰਦਾ ਹੈ ਬਈ ਤੰਬਾਕੂ ਤੋਂ ਕੈਂਸਰ ਪੈਦਾ ਹੁੰਦਾ ਹੈ। ਪਰ ਕਹਿੰਦੇ ਦੇ ਦੇ 50 ਰੁਪਏ ਦੀਆਂ ਦੋ ਚਾਰ ਕੁੜੀਆਂ ਲਿਆਇਆ, ਰੋਜ਼ ਸਵੇਰੇ ਦੁਪਹਿਰੇ ਸ਼ਾਮ ਚੁਟਕੀਆਂ ਮਾਰਦਾ ਹੈ, ਬੁੱਲਾਂ 'ਚ ਜਰਦਾ ਸਿੱਟ ਲੈਂਦਾ ਹੈ, ਸ਼ਰੇਆਮ ਲਿਖਿਆ ਹੈ ਬਈ ਇਹਦੇ ਤੋਂ ਕੈਂਸਰ ਪੈਦਾ ਹੁੰਦਾ ਹੈ। ਫਿਰ ਕਹਿਣਾ ਹੀ ਪਏਗਾ ਗੁਰੂ ਜੀ ਸੱਚ ਕਹਿੰਦੇ ਹੋ, ਬਿਨ ਨਾਵੇ ਜੱਗ ਕਮਲਾ ਫਿਰੇ, ਲੱਗਦਾ ਹੀ ਹੈ ਦਿਸਦਾ ਹੈ। ਤੁਸੀਂ ਕਿਹਾ ਅਸੀਂ ਵੇਖਿਆ, ਤੁਸੀਂ ਵੀ ਵੇਖ ਕੇ ਕਿਹਾ ਵੀ ਸਤਿਗੁਰਾਂ ਨੇ ਵੀ ਵੇਖ ਕੇ ਹੀ ਆਖਿਆ, ਤੁਸੀਂ ਕਿਹਾ ਸਾਨੂੰ ਦਿਸਦਾ ਹੈ ਅੱਜ ਵੀ ਹਾਲ ਹੀ ਬੋਲਣ ਦਾ ਕੀ ਹੈ ਪਤਾ ਹੀ ਨਹੀਂ, ਸੁਣਦਾ ਕੀ ਹੈ ਪਤਾ ਹੀ ਨਹੀਂ, ਖਾਂਦਾ ਕੀ ਹੈ ਪਤਾ ਹੀ ਨਹੀਂ, ਕਿੱਧਰ ਮੱਥਾ ਟੇਕਦਾ ਹੈ ਕੀ ਹੈ ਕਹਿੰਦੇ ਪਤਾ ਨਹੀਂ ਪਰ ਟੇਕਦੇ ਨੇ ਸਾਰੇ। ਮੈਂ ਕਿਹਾ ਮੈਂ ਵੀ ਟੇਕਦਾ, ਸਾਰੇ ਟੇਕਦੇ ਨੇ ਮੈਂ ਵੀ ਟੇਕ ਦਿੰਦਾ, ਪਤਾ ਹੀ ਨਹੀਂ ਹੈ ਕੀ। ਮੈਨੂੰ ਪੁੱਛ, ਸਾਨੂੰ ਪੁੱਛ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਕਿਉਂ ਮੱਥਾ ਟੇਕਿਆ, ਮੇਰੇ ਕੋਲ ਜਵਾਬ ਹੈ। ਇਹ ਨਹੀਂ ਮੇਰੇ ਦਾਦੇ ਪੜਦਾਦੇ ਟੇਕਦੇ ਸੀ, ਹੋ ਸਕਦਾ ਉਹ ਟੇਕਦੇ ਹੀ ਨਾ ਹੋਣ, ਜਾਂਦੇ ਹੀ ਨਹੀਂ ਸੀ ਗੁਰਦੁਆਰੇ, ਪਰ ਮੇਰਾ ਜਵਾਬ ਹੈ ਮੇਰੇ ਕੋਲ। ਮੈਂ ਆਪਣੀ ਗੱਲ ਨਹੀਂ ਕਰਦਾ, ਜਿੰਨੇ ਗੁਰਸਿੱਖ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਨੇ ਉਹਨਾਂ ਕੋਲ ਜਵਾਬ ਹੈ। ਕੀ ਇਹੋ ਜਿਹਾ ਗਿਆਨ ਦਿੱਤਾ ਹੀ ਨਹੀਂ ਕਿਸੇ ਨੇ ਤਾਂ ਟੇਕਿਆ। ਇਹੋ ਜਿਹੇ ਵਿਚਾਰ ਸੁਣਾਏ ਹੀ ਨਹੀਂ ਕਿਸੇ ਨੇ ਤਾਂ ਮੱਥਾ ਟੇਕਿਆ, ਨਾਲੇ ਸਾਨੂੰ ਇਹ ਲੱਭ ਕੇ ਕਿਹਨੇ ਦਿੱਤਾ, ਹੁਕਮ ਕਿਹਨੇ ਕੀਤਾ? ਧੰਨ ਗੁਰੂ ਗੋਬਿੰਦ ਸਿੰਘ ਨੇ, ਪੁੱਤਰ ਵਾਰਨ ਵਾਲੇ ਦਾਨੀ ਪਿਤਾ ਨੇ ਇਹ ਗੱਲ ਕਹੀ ਵੀ ਮੇਰੀ ਜਾਇਦਾਦ ਹੀ ਇਹ ਹੈ, ਬਸ ਇਹਨੂੰ ਮੱਥਾ ਟੇਕਿਓ, ਸਾਂਭਿਓ, ਖੋਲਿਓ, ਰੱਜ ਰੱਜ ਵਰਤਿਓ, ਸਿੱਖੋ ਰੱਜ ਰੱਜ ਵਰਤਿਓ, ਮੌਜਾਂ ਕਰਿਓ, ਆਖੋ ਸਤਨਾਮ।
ਰੱਜ ਰੱਜ ਵਰਤਿਓ ਤਾਂ ਮੱਥਾ ਟੇਕਿਆ ਤਾਂ ਤੂੰ ਖੜਾ ਖੇਤ ਚ ਜਵਾਬ ਦੇ ਇਸ ਗੱਲ ਦਾ ਜੇ ਦਲੀਲ ਹੈ ਤੇਰੇ ਕੋਲ ਕੋਈ ਖੇਤ ਚ ਖੜਾ ਹੈ ਨੌਜਵਾਨ ਬੱਚਾ ਤੇਰਾ ਪੜ੍ਹਿਆ ਲਿਖਿਆ ਯੂਨੀਵਰਸਿਟੀ ਚ ਪੜ੍ਹਿਆ ਹੈ ਉਹ ਨਾਲ ਚਲਿਆ ਗਿਆ ਖੇਤ ਕਹਿੰਦਾ ਪੁੱਤ ਕਹਿੰਦਾ ਹਾਂ ਆ ਆਪਣੇ ਜਿਹੜਾ ਪੀਰ ਹੈ ਨਾ ਬਾਲਾ ਕਰਾਮਾਤੀ ਹੈ ਆਪਣੇ ਖੇਤ ਚ ਹੈ ਅੱਛਾ ਬਾਪੂ ਓਏ ਪੁੱਤ ਖਿਆਲ ਰੱਖਿਓ ਓਏ ਜੇ ਇਹਦੀ ਆਪਾਂ ਸੇਵਾ ਨੂੰ ਨਾ ਬੇਅਦਬੀ ਨੇੜੇ ਨਹੀਂ ਜਾਣਾ ਬਾ ਮੱਥਾ ਟੇਕਣਾ ਪਤਾਸੇ ਚੜਾਣੇ ਨੇ ਬੇਅਦਬੀ ਨਾ ਹੋ ਜੇ ਅੱਛਾ ਬਾਪੂ ਜੇ ਇਹਦੇ ਮਾੜਾ ਮੋਟਾ ਵੀ ਆਪਾਂ ਬੇਅਦਬੀ ਕਰਤੀ ਇਹ ਨਹੀਂ ਛੱਡਦਾ ਇਹ ਤਾਂ ਚੱਕਰੀ ਘੁਮਾ ਦਿੰਦਾ ਦਿਨ ਚਾਰ ਨਹੀਂ ਲੰਘਣੇ ਮੱਝ ਬਿਮਾਰ ਹੋ ਜੂ ਪੁੱਛਣ ਵਾਲਾ ਹੋਵੇ ਵੀ ਮੰਨੇਗਾ ਤੂੰ ਨੀ ਮੱਝ ਦਾ ਕੀ ਕਸੂਰ ਹੈ ਮੱਝ ਐਵੇਂ ਹੀ ਬਿਮਾਰ ਹੋ ਜੂ ਵੀ ਮੱਝ ਨੇ ਮੰਨਣਾ ਸੀ ਮੱਝ ਬਿਮਾਰ ਹੋ ਗਈ ਮੱਝ ਦੁੱਧ ਦੇਣੋਂ ਹਟ ਜਾਏਗੀ ਉਹ ਵਿਚਾਰੀ ਐਵੇਂ ਹੀ 50,000 ਦੀ 20,000 ਦੀ ਰਹਿ ਗਈ 10,000 ਦੀ ਨਹੀਂ ਵਿਕਦੀ ਹੁਣ ਮੱਝ ਦਾ ਕੀ ਕਸੂਰ ਹੈ ਵੇਖੀ ਕਿਤੇ ਪੁੱਤ ਅੱਛਾ ਉਹਨੇ ਨੂੰ ਆ ਗਿਆ ਇੱਕ ਕੁੱਤਾ ਗੇੜੇ ਦਿੰਦਾ ਦਿੰਦਾ ਉਹਦਾ ਹੁਣ ਉਹਨੂੰ ਕੀ ਪਤਾ ਵੀ ਖੰਭਾ ਹੈ ਕਿ ਦਰਖਤ ਹੈ ਕਿ ਪੀਰ ਦੀ ਜਗ੍ਹਾ ਉਹਨੇ ਥੋੜਾ ਵੇਖਣਾ ਹੁੰਦਾ ਕੁੱਤਿਆਂ ਨੇ ਬਸ ਅੱਗੇ ਤੁਸੀਂ ਸਮਝ ਹੀ ਗਏ ਉਹ ਕੁੱਤੇ ਨੇ ਜਦੋਂ ਉਹ ਫਿਰ ਪਿਓ ਪੁੱਤ ਕੰਨੀ ਵੇਖ ਕੇ ਪੁੱਤ ਪਿਓ ਕੰਨੀ ਵੇਖ ਕੇ ਕਹਿੰਦੇ ਤੂੰ ਤੇ ਕਹਿੰਦਾ ਸੀ ਬਈ ਇਹ ਬੰਦੇ ਦੀ ਚੱਕਰੀ ਘੁਮਾ ਦਿੰਦਾ ਹੈ ਆਪਣੇ ਵਾਲਾ ਕੁੱਤਾ ਤੇ ਕਿਰਿਆ ਹੀ ਇੱਥੇ ਕਰਦਾ ਨਾਲੇ 15 ਸਾਲ ਹੋ ਗਏ ਕੁੱਤਾ ਬੁੱਢਾ ਹੋ ਚੱਲਿਆ ਸਾਰੀ ਉਮਰ ਭੋਗ ਗਿਆ ਇਹਦੀ ਤੇ ਚੱਕਰੀ ਘੁੰਮੀ ਨਹੀਂ ਆਖੋ ਸਤਨਾਮ ਹਾਂਜੀ ਜਵਾਬ ਦੇ ਓਏ ਹੁਣ ਦੱਸ ਕਰ ਗੱਲ ਬਾਪੂ ਦੇ ਜਵਾਬ ਹੁਣ ਬੋਲ ਫੇਰ ਮੈਂ ਬੇਨਤੀ ਕੀ ਕਰ ਰਿਹਾ ਮੇਰਿਓ ਵੀਰੋ ਮੇਰਿਓ ਬਜ਼ੁਰਗੋ ਮੈਂ ਤੁਹਾਨੂੰ ਇਹ ਕਹਿ ਰਿਹਾ ਜੇ ਨਾ ਸਿਆਣੇ ਬਣੇ ਤੁਹਾਡੇ ਨਿਆਣਿਆਂ ਨੇ ਧਰਮ ਛੱਡ ਦੇਣਾ ਇਹਨਾਂ ਨੇ ਆਖਣਾ ਐਵੇਂ ਹੀ ਬਕਵਾਸ ਕਰਦੇ ਨੇ ਗੱਲ ਹੀ ਕੋਈ ਨਹੀਂ ਜੇ ਸਿਆਣੇ ਨਾ ਆਪਾਂ ਬਣੇ ਬੱਚਿਆਂ ਨੂੰ ਧਰਮ ਦੇਣਾ ਹੈ ਧਰਮ ਦੇ ਰਾਹ ਤੇ ਪਾਉਣਾ ਹੈ ਪਰ ਉਹਦੇ ਰਾਹ ਤੇ ਤੋਰੋ ਜਿਹੜਾ ਬਿਲਕੁਲ ਸਾਫ਼ ਸੁਥਰਾ ਤੇ ਸੱਚਾ ਹੋਵੇ ਦਲੀਲ ਹੋਵੇ ਤੁਹਾਡਾ ਨਿਆਣਾ ਯੂਨੀਵਰਸਿਟੀ ਚ ਪੜ੍ਹਦਾ ਹੋਵੇ ਕਿਹੜੇ ਧਰਮ ਨਾਲ ਸੰਬੰਧ ਰੱਖਦਾ ਹੈ ਅਸੀਂ ਸਿੱਖ ਹੁੰਨੇ ਆ ਆਹ ਗੱਲ ਦਾ ਜਵਾਬ ਦੇ ਡਟ ਕੇ ਜਵਾਬ ਦੇ ਸਕੇ ਉੱਥੇ ਜੋੜ ਉੱਥੇ ਲਾ ਆਪਣੇ ਬੱਚੇ ਇਹ ਸਾਡੇ ਬੱਚਿਆਂ ਨੂੰ ਅਸੀਂ ਦੱਸੀਏ ਤੇ ਉਹ ਦੱਸ ਸਕਦਾ ਪਿਓ ਪਿਤਾ ਜਿਹੜਾ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਸੇਵਕ ਹੈ ਉਹ ਦੱਸ ਸਕਦਾ ਆਹ ਦਲੀਲ ਵਾਲੀਆਂ ਗੱਲਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਬਚਨ ਦੱਸਦੇ ਨੇ ਕਿਉਂ ਕਹਿਤਾ ਕਮਲਾ ਜੱਗ ਨੂੰ ਜੀ ਕਿਉਂ ਕਹਿਤਾ ਕਹਿੰਦੇ ਬੰਦਾ ਕਮਲਾ ਹੀ ਤੁਰਿਆ ਫਿਰਦਾ ਗਿਆਨ ਬਿਨਾ ਤਾਂ ਕਮਲਾ ਹੈ ਕਿਉਂਕਿ ਕਮਲੇ ਵਾਲੀਆਂ ਹਰਕਤਾਂ ਕਰਦਾ ਕਹਿੰਦੇ ਜਵਾਈ ਭਾਈ ਦੀ ਸੇਵਾ ਕਰਾਂਗੇ ਉਹ ਕਾਹਦੇ ਨਾਲ ਜ਼ਹਿਰ ਪਿਆ ਗਿਆ ਜ਼ਹਿਰ ਪਿਆ ਕੇ ਸੇਵਾ ਕਰਾਂਗੇ ਤੇ ਅਗਲੇ ਕਿਹੜਾ ਘੱਟ ਨੇ ਉਹ ਰੋਂਦੇ ਨੇ ਕਹਿੰਦੇ ਕਾਹਦੀ ਸੇਵਾ ਕੀਤੀ ਲੈ ਸਾਡੀ ਕੋਈ ਸੇਵਾ ਹੀ ਨਹੀਂ ਕੀਤੀ ਦੁੱਧ ਪਿਆ ਦਿੱਤਾ ਮਿਲਕ ਬਦਾਮ ਪਿਆਉਂਦੇ ਹੋ ਤੁਸੀਂ ਉਹ ਚੀਜ਼ ਪਿਆਓ ਜਿਹਦੇ ਉੱਤੇ ਲਿਖਿਆ ਹੋਵੇ ਵੀ ਇਹ ਸਿਹਤ ਲਈ ਹਾਨੀਕਾਰਕ ਹੈ ਮੈਨੂੰ ਤੇ ਉਹ ਲਿਆ ਕੇ ਪਿਆਓ ਲੈ ਦੱਸੋ ਉਹ ਉਦੂ ਕਮਲਾ ਮੈਨੂੰ ਤੇ ਯਾਰ ਤੁਸੀਂ ਦੁੱਧ ਪਿਆਉਂਦੇ ਹੋ
ਉਹ ਚੀਜ਼ਾਂ ਪਿਆਓ ਜਿਹਦੇ ਤੇ ਲਿਖਿਆ ਹੋਵੇ ਵੀ ਇਹ ਇਹ ਨੁਕਸਾਨ ਕਰਦੀਆਂ ਨੇ, ਤੁਸੀਂ ਮੇਰੀ ਸੇਵਾ ਹੀ ਨਹੀਂ ਕਰਦੇ। ਸੇਵਾ ਕਰਾਉਣ ਵਾਲੇ ਵੇਖ ਲਓ, ਸੇਵਾ ਕਰਨ ਵਾਲੇ ਵੇਖ। ਇਹ ਸੱਚ ਹੈ ਗੁਰਬਾਣੀ ਦਾ, ਠੀਕ ਹੈ। ਵਿਰੋਧ ਤਾਂ ਲੋਕਾਂ ਨੇ ਮੇਰੀ ਕਰਨੀ ਹੁੰਦੀ ਹੈ, ਇਹ ਬਾਬੇ ਜੀ ਨਵੀਆਂ ਹੀ ਗੱਲਾਂ ਕਰਦੇ ਨੇ, ਗੱਲਾਂ ਨਵੀਆਂ ਨਹੀਂ, ਗੁਰਬਾਣੀ ਦੀਆਂ ਬਚਨ ਨੇ, ਆਪਾਂ ਤੇ ਸਾਂਝੇ ਕਰਦੇ ਹਾਂ ਸਾਰੇ ਰਲ ਕੇ। ਮੈਂ ਕੋਈ ਆਪਣਾ ਕਿਹੜਾ ਗਿਆਨ ਹੈ ਮੇਰਾ, ਸਾਡੀ ਆਪਣੀ ਕੋਈ ਵਿਚਾਰਧਾਰਾ ਨਹੀਂ। ਜਿਹੜੀ ਗੱਲ ਮੇਰੀ ਹੋਵੇ ਉਹ ਤੁਸੀਂ ਮੈਨੂੰ ਦੱਸਿਓ ਵੀ ਆਹ ਤੁਹਾਡੀ ਆਪਣੀ ਹੈ। ਜਿਹੜੀ ਮੇਰੀ ਹੋਵੇ ਤੁਸੀਂ ਮੈਨੂੰ ਦੱਸੋ ਵੀ ਆਹ ਗੱਲ ਤੁਹਾਡੀ ਆਪਣੀ ਹੈ। ਜਿਹੜੇ ਬਚਨ ਗੁਰਬਾਣੀ ਦੇ ਨੇ ਉਹ ਤੇ ਮੰਨੋ, ਜਾਂ ਫਿਰ ਗੁਰੂ ਆਖੋ ਨਾ, ਜਾਂ ਗੁਰੂ ਕਹੋ ਨਾ। ਜਿਹੜੇ ਸਤਿਗੁਰਾਂ ਦੇ ਬਚਨ ਨੇ ਉਹਨਾਂ ਤੇ ਡਟ ਕੇ ਪਹਿਰਾ ਦੇਣਾ ਚਾਹੀਦਾ। ਸਿੰਘ ਮੈਨੂੰ ਇੱਕ ਕਹਿੰਦਾ, ਇਹ ਤੁਸੀਂ ਕਬਰਾਂ ਬਾਰੇ ਕਹਿ ਦਿੰਦੇ ਹੋ, ਲੈ ਐ ਨਹੀਂ ਕਰਨਾ ਚਾਹੀਦਾ, ਮੱਥਾ ਨਹੀਂ ਲਾਣਾ ਚਾਹੀਦਾ। ਮੈਂ ਕਿਹਾ ਤੂੰ ਫਿਰ ਮੇਰੀ ਗੱਲ ਛੱਡ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ, ਮੜੀ ਮਟ ਭੂਲ ਨ ਮਾਨੈ, ਤੀਰਥ ਦਾਨ ਦਇਆ ਤਬ ਸੰਜਮ, ਏਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨ ਖਾਲਸ ਜਾਨੈ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਤੇਰੀਆਂ ਲੱਤਾਂ ਭਾਰ ਝੱਲਦੀਆਂ ਨੇ ਵੀ ਕਲਗੀਆਂ ਵਾਲੇ ਨਾਲ ਮੱਥਾ ਲਾ ਲੈਂਗਾ, ਮੰਨਦਾ ਗੁਰੂ ਗੋਬਿੰਦ ਸਿੰਘ ਨੂੰ? ਕਹਿੰਦੇ ਮੰਨਦਾ। ਮੈਂ ਕਿਹਾ ਫਿਰ ਮੈਂ ਤੇ ਮੱਥਾ ਟੇਕਾਂਗਾ, ਜੋ ਉਹਨਾਂ ਨੇ ਕਿਹਾ ਉਹ ਦੱਸਣਾ ਹੈ, ਜਿਹਦਾ ਦਿਲ ਕਰੂ ਮੰਨ ਲੂ, ਜਿਹਦਾ ਨਹੀਂ ਦਿਲ ਕਰਦਾ ਮੱਥਾ ਲਾ ਲੇਗਾ। ਪਰ ਇੰਨੀ ਹਿੰਮਤ ਨਹੀਂ ਨਾ ਪੈਣੀ ਹੈ। ਹੁਣ ਸਤਿਗੁਰਾਂ ਦੇ ਬਚਨ ਦੱਸਣੇ ਕਿਉਂ ਹੈ ਭਲਾ? ਵੇਖੋ ਆਵਾਜ਼ਾ ਕਿਹਦਾ ਦਿੱਤਾ ਹੈ? ਪੰਥ ਦਾ, ਕੌਮ ਦਾ, ਸੰਗਤ ਦਾ। ਮੈਂ ਜਿਹੜੀ ਗੱਡੀ 'ਚ ਬਹਿ ਕੇ ਆਇਆ ਉਹ ਕਿਹਨੇ ਦਿੱਤੀ ਹੈ? ਕੌਮ ਨੇ, ਸੰਗਤ ਨੇ। ਮੇਰੇ ਪਾਏ ਕੱਪੜੇ ਕਿਹਦੇ ਨੇ? ਸੰਗਤ ਦੇ ਦਿੱਤੇ ਹੋਏ ਨੇ। ਸੁੱਖ ਸਹੂਲਤਾਂ ਕਿਹਨੇ ਦਿੱਤੀਆਂ ਨੇ? ਸੰਗਤ ਨੇ। ਫਿਰ ਆਪਣੀ ਡਿਊਟੀ ਤੋਂ ਕਤਾਹੀ ਕਿਉਂ ਕਰੀਏ? ਇਹ ਕਿਉਂ ਮਿਲਿਆ? ਪ੍ਰਚਾਰ ਕਰੋ ਸੱਚ ਦਾ, ਤੇ ਸੱਚ ਦੱਸਣਾ ਚਾਹੀਦਾ। ਜੋ ਸੱਚ ਹੈ ਇਹ ਦੱਸਣਾ ਚਾਹੀਦਾ ਹੈ। ਚੇਤੇ ਰੱਖਿਓ ਜੀ, ਸੱਚ ਹੈ ਜਿਹੜਾ ਨਾ, ਇਹ ਝੂਠਿਆਂ ਨੂੰ ਪਸੰਦ ਨਹੀਂ, ਪਰ ਜੇ ਕਿਤੇ ਵਰਤ ਲਿਆ ਜਾਏ ਜ਼ਿੰਦਗੀ ਬਦਲ ਜਾਂਦੀ। ਜਿਹੜੇ ਜਿਹੜੇ ਗੁਰਮੁਖਾਂ ਨੇ ਤੁਹਾਡੇ ਵਿੱਚੋਂ ਸੱਚ ਤੇ ਚੱਲਣਾ ਸ਼ੁਰੂ ਕਰ ਦਿੱਤਾ ਹੈ, ਉਹਨਾਂ ਨੂੰ ਪਤਾ ਹੈ, ਉਹਨਾਂ ਦੀ ਜ਼ਿੰਦਗੀ 'ਚ ਡਰ ਡੋਰ ਸਭ ਚੁੱਕੇ ਗਏ। ਕੋਈ ਡਰਦੇ ਨਹੀਂ, ਕੋਈ ਵਹਿਮ ਨਹੀਂ ਕਰਦੇ, ਕੋਈ ਭਰਮ ਨਹੀਂ ਕਰਦੇ। ਭਾਵੇਂ ਰਾਤ ਨੂੰ 12 ਵਜੇ ਕਹੋ ਚੱਲ ਮੜੀਆਂ 'ਚ ਗੇੜਾ ਦੇ ਕੇ, ਉਹ ਕਹਿੰਦੇ ਡਰ ਹੀ ਕੋਈ ਨਹੀਂ, ਕੋਈ ਗੱਲ ਹੀ ਨਹੀਂ, ਫਿਰ ਕੀ ਹੈ, ਡਰਦੇ ਹੀ ਨਹੀਂ। ਬਾਕੀ ਸਹਿਮੇ ਪਏ ਨੇ, ਬਾਕੀ ਸਾਰਾ ਸੰਸਾਰ ਹੈ ਜਿਹੜਾ ਅੱਜ ਉਹ ਡਰਿਆ ਹੋਇਆ। ਇਸ ਕਰਕੇ ਜੀ ਧਿਆਨ ਰੱਖਿਓ, ਗਿਆਨ ਬਿਨਾਂ ਜਿਹੜਾ ਸੰਸਾਰ ਹੈ, ਇਹ ਗੁਰਬਾਣੀ ਦਾ ਬਚਨ ਹੈ ਵੀ ਕਮਲੇ ਹਾਂ ਅਸੀਂ, ਕਮਲੇ ਫਿਰ ਅਸੀਂ ਕਮਲੇ ਨਾ ਬਣੀਏ, ਸੂਝਵਾਨ ਬਣੀਏ। ਸਤਿਗੁਰੂ ਨਾ ਜੀ ਸਿਆਣੇ ਬਣਾ ਦਿੰਦੇ ਨੇ, ਸਿਆਣੇ। ਅਕਲੀ ਸਾਹਿਬ ਸੇਵੀ ਹੈ ਭਾਈ, ਰੱਬ ਨੂੰ ਮੰਨਣਾ ਹੈ ਪਰ ਅਕਲ ਲੈ ਕੇ ਮੰਨਣਾ, ਐਵੇਂ ਹੀ ਨਹੀਂ ਵੀ ਜਿਵੇਂ ਹੁਣ ਵੇਖੋ ਨਾ, ਅਕਲ ਲੈ ਪਰ ਗੁਰੂ ਤੋਂ ਅਕਲ ਲੈ ਕੇ ਮੰਨ ਰੱਬ ਨੂੰ। ਇਹ ਨਹੀਂ ਵੀ ਵੱਡੇ ਵਡੇਰੇ ਕਰਦੇ ਸੀ ਆਪਾਂ ਵੀ ਕਰੀ ਚੱਲੋ। ਮੈਂ ਬਹੁਤ ਵਾਰੇ ਬੇਨਤੀ ਕੀਤੀ ਹੈ ਵੀ ਜਰਦਾ ਜਿਹੜਾ ਹੈ, ਤੰਬਾਕੂ ਹੈ ਜਿਹੜਾ, ਇਹ ਨਹਿਰ 'ਚ ਸੁੱਟਣ ਵਾਲੀ ਚੀਜ਼ ਹੈ,
ਇਹਦੇ ਤੋਂ ਕੈਂਸਰ ਪੈਦਾ ਹੁੰਦਾ ਹੈ। ਇਹ ਨਹਿਰ ਵਿੱਚ ਵਗਾ ਕੇ ਮਾਰਨ ਵਾਲੀਆਂ ਚੀਜ਼ਾਂ ਨੇ। ਤੰਬਾਕੂ ਲੋਕਾਂ ਨੇ ਮੂੰਹ ਵਿੱਚ ਪਾਇਆ, ਨਾਰੀਅਲ ਭਾਈ ਖਾਣ ਵਾਲੀ ਚੀਜ਼ ਹੈ, ਇਹਨੂੰ ਲੋਕੀ ਨਹਿਰ 'ਚ ਸੁੱਟੀ ਜਾਂਦੇ। ਫਿਰ ਕਹਿਣਾ ਹੀ ਪਏਗਾ ਵੀ ਬਿਨ ਨਾ ਵੈ ਜੱਗ। ਹਾਂਜੀ, ਕਹਿਣਾ ਹੀ ਪਊਗਾ। ਫਿਰ ਹੁਣ ਜਿੱਦਾਂ ਆਪਾਂ, ਮੈਂ ਕੱਲ ਪਰਸੋਂ ਰਾਤ ਗਿਆ ਪ੍ਰੋਗਰਾਮ ਤੇ ਜਾ ਰਹੇ ਸੀ ਤੇ ਨਹਿਰ ਕੋਲੋਂ ਲੰਘੇ ਸੀ, ਭਾਖੜਾ ਤੋਂ ਹੀ ਲੰਘੇ ਸੀ। ਪਰਸੋਂ ਦੀ ਹੋਈ ਗੱਲ, ਭਾਖੜਾ ਤੇ ਉਹ ਗੱਡੀ ਕਿਸੇ ਨੇ ਰੋਕੀ, ਉਹ ਬੀਬੀ ਵੇਖਿਆ ਇੰਨਾ ਸਮਾਨ ਉਹਨੇ ਨਹਿਰ ਦੇ ਵਿੱਚ ਸੁੱਟਿਆ। ਰੋਜ਼ ਨਹਿਰ ਤੇ ਤੁਸੀਂ ਬਹਿ ਜਾਓ ਜਾ ਕੇ, ਅੱਜ ਚੱਲੋ ਭਾਖੜਾ ਤੇ ਰਾਤ ਨੂੰ ਤਜਰਬਾ ਕਰ ਲਓ। ਤੁਸੀਂ ਨਹਿਰ ਤੇ ਬਹਿ ਜਾਓ ਜਾ ਕੇ, ਇੱਕ ਘੰਟੇ 'ਚ ਹੀ ਵੇਖ ਲਿਓ ਵੀ ਕਿੰਨੇ ਆਉਣਗੇ। ਸਿੱਟੀ ਜਾਂਦੇ ਨੇ ਵਿੱਚ, ਸਿੱਟੀ ਜਾਂਦੇ ਨੇ। ਆ ਫੁੱਟਪਾਥਾਂ ਤੇ ਕਈਆਂ ਦੇ ਨਿਆਣੇ ਰੁਲਦੇ ਮੰਗਦੇ ਫਿਰਦੇ ਨੇ, ਉਹਨੂੰ ਕਹਿਣਗੇ ਨਾ ਤੈਨੂੰ ਨਹੀਂ 10 ਰੁਪਏ ਦੇਣੇ, ਨਾਰੀਅਲ 200 ਦਾ ਲੈ ਕੇ ਉਹਦੇ 'ਚ ਸੁੱਟ ਕੇ ਆਉਣਗੇ, ਉਹਨੂੰ ਸੁੱਟ ਕੇ ਆਉਣਗੇ। ਕਹਿਣਗੇ ਧਰਮ ਹੈ। ਕਿਸੇ ਗਰੀਬ ਦੇ ਮੂੰਹ ਵਿੱਚ ਨਾ ਪੈ ਜੇ, ਕਿਸੇ ਲੋੜਵੰਦ ਨੂੰ ਨਹੀਂ ਫੜਾਉਣਾ, ਸੁੱਟਣਾ ਹੈ। ਫਿਰ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਗਿਆਨ ਬਿਨਾ ਤੇ ਬੰਦਾ ਐਵੇਂ ਕਮਲਾ ਜਿਹਾ ਹੀ ਹੁੰਦਾ ਹੈ, ਕਮਲਾ ਜਿਹਾ ਹੀ ਹੁੰਦਾ। ਕਹਿੰਦੇ ਗਿਆਨ ਬਿਨਾ ਤੇ ਉਹਨੂੰ ਤਾਂ ਪਤਾ ਹੀ ਨਹੀਂ ਲੱਗਦਾ ਕੀ ਖਾਣਾ ਹੈ, ਕੀ ਬੋਲਣਾ ਹੈ, ਕੀ ਮੈਂ ਵੇਖਣਾ ਹੈ, ਕੀ ਮੈਂ ਸੁਣਨਾ ਹੈ। ਭੈੜਾ ਸੁਣੇਗਾ, ਭੈੜਾ ਬੋਲੇਗਾ, ਭੈੜਾ ਹੀ ਵੇਖੇਗਾ ਤੇ ਮਾਫ਼ ਕਰਨਾ ਜੀ ਫਿਰ ਭੈੜਾ ਹੀ ਸੋਚੇਗਾ, ਵਿਚਾਰ ਵੀ ਉਹਦੇ ਭੈੜੇ ਭੈੜੇ ਹੀ ਹੋਣਗੇ। ਜਿਹੜੇ ਉਹਦੇ ਅੰਦਰ ਫੁਰਨੇ ਚੱਲਣਗੇ, ਖਿਆਲ ਚੱਲਣਗੇ, ਉਹ ਵੀ ਭੈੜੇ ਹੀ ਚੱਲਣਗੇ, ਕਿਉਂਕਿ ਖੁਰਾਕ ਮਾੜੀ ਗਈ ਹੈ ਨਾ, ਵਿਚਾਰ ਵੀ ਫਿਰ ਮਾੜੇ ਹੀ ਬਣਨਗੇ। ਤਾਂ ਮੈਂ ਇਹ ਬੇਨਤੀ ਕਰ ਰਿਹਾ ਕਿ ਚੰਗਾ ਸੁਣਨਾ ਚਾਹੀਦਾ। ਚੰਗਾ ਸੁਣਨਾ ਕੀ ਹੈ? ਗੁਰਬਾਣੀ ਸੁਣੋ। ਚੰਗਾ ਪੜ੍ਹਨਾ ਚਾਹੀਦਾ ਹੈ, ਗੁਰਬਾਣੀ ਪੜ੍ਹੋ। ਚੰਗਾ ਵੇਖਣਾ ਚਾਹੀਦਾ ਹੈ, ਗੁਰਮੁਖਾਂ ਦੇ ਦਰਸ਼ਨ ਕਰੋ, ਕੁਦਰਤ ਨੂੰ ਵੇਖੋ। ਚੰਗਾ ਖਾਓ, ਐਸਾ ਖਾਣਾ ਨਾ ਖਾ ਜਿਹੜਾ ਤੰਗ ਕਰੇ, ਪੌਸ਼ਟਿਕ ਆਹਾਰ ਸਾਦਾ ਖਾ। ਸਾਦਾ ਭੋਜਨ ਠੀਕ ਰੱਖਦਾ ਸਰੀਰ ਨੂੰ, ਬਚੇ ਰਹੀ। ਇਸ ਕਰਕੇ ਸੱਚੇ ਪਾਤਸ਼ਾਹ ਸਾਨੂੰ ਸਿਆਣੇ ਕਰ ਦਿੰਦੇ ਨੇ। ਸਾਡਾ ਕਮਲ ਪੂਣਾ ਜਿਹੜਾ ਹੈ ਨਾ, ਇਹ ਚੁੱਕਿਆ ਜਾਂਦਾ ਹੈ, ਸਤਿਗੁਰੂ ਕਿਰਪਾ ਕਰਦੇ ਨੇ, ਸਾਨੂੰ ਜਿਉਣ ਦਾ ਚੱਜ ਆ ਜਾਂਦਾ। ਮੈਂ ਕੱਲ ਵੀ ਜਿਹੜੀ ਬੇਨਤੀ ਕੀਤੀ ਸੀ ਕਿ ਸਤਸੰਗ ਵਿੱਚ ਸਿਰਫ ਸਿਰਫ ਅਸੀਂ ਸਾਖੀਆਂ ਸੁਣ ਨਹੀਂ ਆਉਂਦੇ, ਫਲਾਣਾ ਸਿੱਖ ਤਰ ਗਿਆ, ਉਹਨੇ ਇਦਾਂ ਤਰ ਗਿਆ, ਉਹ ਇਦਾਂ ਤਰ ਗਿਆ, ਗੱਲ ਨਿਬੜੀ। ਸਤਸੰਗ ਵਿੱਚ ਅਸੀਂ ਕੱਲੀਆਂ ਸਾਖੀਆਂ ਸੁਣ ਨਹੀਂ ਆਉਂਦੇ, ਅਸੀਂ ਆਪਣਾ ਜੀਵਨ ਵੇਖਣਾ ਹੁੰਦਾ। ਸ਼ੀਸ਼ਾ ਇੱਥੇ ਆ ਕੇ ਆਪਣੇ ਆਪ ਨੂੰ ਵੇਖਣਾ ਹੁੰਦਾ ਵੀ ਆਹ ਮੇਰੇ 'ਚ ਕਮੀਆਂ ਨੇ, ਅੰਦਰੋਂ ਕੱਢ ਦਈਏ, ਜੀਵਨ ਬਦਲ ਜਾਏ, ਤਾਂ ਸੰਗਤ ਵਿੱਚ ਆਉਣ ਦਾ ਫਾਇਦਾ ਹੈ, ਤਾਂ ਲਾਭ ਹੈ ਭਾਈ। ਤਾਂ ਕਰਕੇ ਬੇਨਤੀ ਕਰੀਦੀ ਹੈ, ਨਾਲ ਨਾਲ ਪੜ੍ਹੋ, ਸਤਿਗੁਰ ਦੀ ਬਾਣੀ ਤੋਂ ਚੱਜ ਸਿੱਖ ਜਿਉਣ ਦਾ, ਜੀਵਨ ਦੀਆਂ ਸਿੱਖ ਲੈ ਜਾਣਾ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਣਾ, ਜੀਵਨ ਦੀਆਂ ਸਿੱਖ ਲੈ ਜਾਣਾ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਣਾ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਣਾ। ਭੈਣਾ ਬੋਲੋ ਸਾਰੀਆਂ।
ਸਤਿਗੁਰੂ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾ ਸਾਹਿਬ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾ ਸਿੱਖ ਲੈ ਜਾਚਾ ਜੀਵਨ ਦੀਆਂ ਸਿੱਖ ਲੈ ਜੀਵਨ ਦੀਆਂ ਸਿੱਖ ਲੈ ਜਾਚਾ ਜੀਵਨ ਦੀਆਂ ਸਿੱਖ ਲੈ ਜਾਚਾ ਜੀਵਨ ਦੀਆਂ ਸਿੱਖ ਲੈ ਜਾਣਾ ਸਿੱਖ ਲੈ ਜਾਣਾ ਜੀਵਨ ਦੀਆਂ 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 ਸਿੱਖ ਲੈ ਜਾਚਾ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾ ਸਤਿਗੁਰ ਦੀ ਬਾਣੀ ਤੋਂ ਸਤਿਗੁਰੂ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਣਾ ਸਤਿਗੁਰੂ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਣਾ ਜਿਉਣ ਦਾ ਚੱਜ ਸਿੱਖ ਲੈ ਭਾਈ ਸਤਿਗੁਰ ਦੇ ਬਚਨ ਸੁਣ ਸਮਝ ਕੇ ਜ਼ਿੰਦਗੀ ਜਿਉਣ ਦਾ ਚੱਜ ਸਿੱਖ ਲੈ ਤੇ ਹੁਣ ਚੇਤਾ ਰੱਖਿਓ ਜੀ ਜਿਹੜਾ ਬੰਦਾ ਜਿਉਣਾ ਜਿਉਣ ਦਾ ਚੱਜ ਸਿੱਖ ਲੈ ਮੈਜੋਰਿਟੀ ਉਹਨਾਂ ਲੋਕਾਂ ਦੀ ਹੈ ਜਿਹੜੇ ਵਹਿਮਾਂ 'ਚ ਪਏ ਨੇ ਜਿਹੜਾ ਚੱਜ ਸਿੱਖ ਕੇ ਆਉਂਦਾ ਹੈ ਉਹਨੂੰ ਕਹਿਣਗੇ ਕਮਲਾ ਹੈ ਆਖੋ ਸਤਨਾਮ ਲੈ ਨਵੀਆਂ ਹੀ ਗੱਲਾਂ ਕਰਦਾ ਹੈ ਗੱਲਾਂ ਉਹੀ ਨੇ ਜਿਹੜੇ ਬਚਨ ਗੁਰੂ ਸਾਹਿਬ ਨੇ ਕੀਤੇ ਆ ਕਹਿਣਗੇ ਇਕੱਲਾ ਹੀ ਕਮਲਾ ਹੈ ਕਮਲਿਆਂ ਨੇ ਜਿਵੇਂ ਹੁਣ ਆਪਾਂ ਕਈ ਵਾਰੀ ਬੇਨਤੀ ਕਰੀ ਦੀ ਹੈ ਨਾ ਵੀ ਬਾਰਿਸ਼ ਕਿਤੇ ਪਈ ਨਾ ਇਹ ਐਗਜੈਂਪਲ ਹੈ ਪ੍ਰਮਾਣ ਹੈ ਸਮਝਣ ਲਈ ਮੀਂਹ ਨਾ ਪਿਆ ਉੱਥੋਂ ਦਾ ਰਾਜਾ ਇੱਕ ਮਹਾਤਮਾ ਨੂੰ ਮਿਲਿਆ ਕਹਿੰਦਾ ਜੀ ਮਹਾਂਪੁਰਸ਼ੋ ਮੀਂਹ ਨਹੀਂ ਪੈਂਦਾ ਕੋਈ ਹੱਲ ਦੱਸੋ ਉਹ ਕਹਿੰਦਾ ਵੀ ਮੀਂਹ ਤੇ ਪੈ ਜੂ ਰਾਜਿਆ ਬੇਮੌਸਮਾ ਮੀਂਹ ਤਾਂ ਪੈ ਜੂ ਪਰ ਜਿਹੜਾ ਮੀਂਹ ਵਾਲਾ ਪਾਣੀ ਪੀਏਗਾ ਨਾ ਤੇ ਉਹ ਪਾਗਲ ਹੋ ਜਾਏਗਾ ਰਾਜਾ ਕਹਿੰਦਾ ਭੁੱਖ ਮਰੀ ਹੈ ਦੁਨੀਆਂ ਮਰ ਰਹੀ ਹੈ ਪਾਣੀ ਨਾ ਮੀਂਹ ਨਾ ਪਿਆ ਨੁਕਸਾਨ ਬੜਾ ਹੋ ਜਾਣਾ ਉਹਨੇ ਵਜ਼ੀਰ ਨਾਲ ਸਲਾਹ ਕੀਤੀ ਵਜ਼ੀਰ ਆਂਦਾ ਜੀ ਮੀਂਹ ਪਵਾ ਲਓ ਆਪਾਂ ਦੋਵੇਂ ਨਾ ਪੀਆਂਗੇ ਦੁਨੀਆਂ ਕਮਲੀ ਹੁੰਦੀ ਹੈ ਹੋ ਜਾਏ ਇਹਨਾਂ ਦਾ ਕੀ ਹੈ ਅੱਜ ਕੱਲ੍ਹ ਵਾਲੇ ਕਿਹੜਾ ਨਾ ਕਮਲੇ ਕਰ ਦੇਣ ਕਰ ਦੇਣ ਹੁਣ ਤੁਰ ਪਤਾ ਵੀ ਲੋਕੀ ਸਿਆਣੇ ਜੇ ਹੁੰਦੇ ਜਾਂਦੇ ਨੇ ਅੱਜ ਕੱਲ੍ਹ ਵਾਲਿਆਂ ਤੋਂ ਤੇ ਪੈਂਦਾ ਹੀ ਨਹੀਂ ਇੱਦਾਂ ਦਾ ਮੀਂਹ ਨਹੀਂ ਤੇ ਕਮਲੇ ਕਰ ਦੇਣ ਹੁਣ ਤੱਕ ਕਮਲੇ ਹੀ ਕਰਦੇ ਆਏ ਨੇ ਕਿੰਨੇ ਸਾਲ ਹੋ ਗਏ ਕਮਲੇ ਹੀ ਨਹੀਂ ਕਮਲੇ ਹੀ ਕੀਤਾ ਹਾਂ ਇਹ ਗੱਲ ਇਹਨਾਂ ਨੂੰ ਕੰਨ ਚੋਂ ਕੱਢ ਦੇਣੀ ਚਾਹੀਦੀ ਹੈ ਵੀ ਤੁਸੀਂ ਹੁਣ ਜ਼ਿਆਦਾ ਚਿਰ ਨਹੀਂ ਕਮਲੇ ਕਰ ਸਕਦੇ ਆਖੋ ਸਤਨਾਮ
ਹਾਂਜੀ ਇਹ ਵੀ ਇਹਨਾਂ ਦੇ ਦਿਮਾਗ 'ਚ ਨਿਕਲ ਜਾਣੀ ਚਾਹੀਦੀ ਵੀ ਇਹਨਾਂ ਨੂੰ ਕਮਲੇ ਤੁਸੀਂ ਜ਼ਿਆਦਾ ਚਿਰ ਨਹੀਂ ਕਰ ਸਕਦੇ ਹੁਣ ਪਿੱਪਲ ਦਾ ਪਿੱਪਲ ਦੇ ਆ ਪੱਤਿਆ ਕਿਉਂ ਫੜ ਫੜ ਲਾਈਏ ਝੜ ਗਏ ਪੁਰਾਣੇ ਰੁੱਤ ਨਵਿਆਂ ਦੀ ਹੈ ਹੁਣ ਜ਼ਮਾਨਾ ਬਦਲ ਰਿਹਾ ਹੈ ਹੁਣ ਕੁਝ ਕਰੋਗੇ ਤਾਂ ਗੱਲ ਬਣਨੀ ਹੈ ਇਹ ਪੁਰਾਣੀ ਕਹਿ ਦਿੰਦੇ ਸੀ ਹਾਂਜੀ ਹਾਂਜੀ ਇਹ ਨਵਿਆਂ ਨੇ ਨਹੀਂ ਕਹਿਣਾ ਆ ਨਵੇਂ ਨਿਆਣੇ ਤੁਹਾਡੇ ਗੱਲ ਪੈਣਗੇ ਕਾਲਜਾਂ ਵਿੱਚ ਬੈ ਪੜ੍ਹਨ ਵਾਲੇ ਬੱਚਿਆਂ ਨੇ ਤੁਹਾਡੀ ਨਹੀਂ ਚੱਲਣ ਦੇਣੀ ਇਹ ਪਹਿਲਾਂ ਹੀ ਸੀ ਪਹਿਲਿਆਂ ਨੂੰ ਬੁੱਧੂ ਬਣਾ ਕੇ ਹੁਣ ਨਹੀਂ ਬਣਨੇ ਹੁਣ ਜ਼ਮਾਨਾ ਬਦਲ ਗਿਆ ਇਹਨਾਂ ਨੂੰ ਕਾਇਮ ਹੋ ਜਾਣਾ ਚਾਹੀਦਾ ਹੁਣ ਸਿਆਣੇ ਕੁਝ ਕਰੋਗੇ ਤੇ ਗੱਲ ਬਣੇਗੀ ਨਹੀਂ ਤੇ ਕਿਸੇ ਨੇ ਨਹੀਂ ਪੁੱਛਣਾ ਕਿਧਰੇ ਹੀ ਜਾਏਗੀ ਤੁਹਾਡੀ ਲੀਡਰੀ ਲੂਡਰੀ ਕਿਧਰੇ ਹੀ ਪਹਿਲਾਂ ਵਾਲੀ ਨਹੀਂ ਚੱਲਣੀ ਚਲੋ ਇੰਨੀ ਗੱਲ ਹੀ ਬਹੁਤ ਹੈ ਹੁਣ ਅੱਗੇ ਵੇਖੋ ਮੀਂਹ ਵਾਲਾ ਪਾਣੀ ਕਹਿੰਦੇ ਆਪਾਂ ਦੋਵੇਂ ਨਹੀਂ ਪੀਂਦੇ ਵਜ਼ੀਰ ਕਹਿੰਦਾ ਵੀ ਤੂੰ ਨਹੀਂ ਪੀਵੀਂ ਮੈਂ ਨਹੀਂ ਪੀਂਦਾ ਬਾਕੀ ਕਮਲੇ ਹੋ ਜਾਣਦੇ ਕਹਿੰਦੇ ਮੀਂਹ ਪੈ ਗਿਆ ਜਿਹੜੇ ਪਾਣੀ ਪੀਣ ਪਾਗਲ ਹੋ ਜਾਣ ਜਿਹੜੇ ਪਾਣੀ ਪੀਣ ਕਮਲੇ ਪਾਗਲ ਹੋ ਹੀ ਜਾਣ ਸਾਰੇ ਪਾਗਲ ਹੋ ਗਏ ਦੋਵੇਂ ਬਚ ਗਏ ਉਹ ਸਾਰੇ ਪਾਗਲ ਇਕੱਠੇ ਹੋ ਕੇ ਕਹਿੰਦੇ ਆਪਾਂ ਸਾਰੇ ਸਿਆਣੇ ਹਾਂ ਇਹ ਦੋਵੇਂ ਹੀ ਪਾਗਲ ਨੇ ਨਵੀਆਂ ਗੱਲਾਂ ਕਰਦੇ ਉਹ ਦੋ ਰਹਿ ਗਏ ਸਿਆਣਿਆਂ ਨੂੰ ਉਹ ਕਹਿਣੇ ਇਹ ਪਾਗਲ ਨੇ ਕੀ ਕਰੀਏ ਫਿਰ ਉਹ ਕਹਿੰਦੇ ਇਹਨਾਂ ਨੂੰ ਮਾਰੋ ਦੋਨਾਂ ਨੂੰ ਉਹ ਇਕੱਠੇ ਹੋ ਕੇ ਮਾਰਨ ਆ ਗਏ ਰਾਜਾ ਕਹਿੰਦਾ ਓਏ ਵਜ਼ੀਰਾ ਤੇਰੀ ਸਲਾਹ ਮੰਨ ਤੇ ਲਈ ਹੁਣ ਕੀ ਕਰੀਏ ਇਹ ਤੇ ਕਹਿੰਦੇ ਮਾਰ ਦੇਣੇ ਨੇ ਰਾਜਾ ਕਹਿੰਦਾ ਜੀ ਵਜ਼ੀਰ ਨੇ ਫਿਰ ਸਲਾਹ ਦਿੱਤੀ ਕਹਿੰਦੇ ਜੀ ਤਰੀਕਾ ਹੀ ਇੱਕੋ ਹੈ ਕਹਿੰਦੇ ਕੀ ਵਜ਼ੀਰ ਪੀਏ ਹੁੰਦਾ ਸੀ ਐਂ ਕਹਿ ਲਓ ਉਦੋਂ ਦਾ ਅੱਜ ਵਜ਼ੀਰ ਉਦੋਂ ਵਜ਼ੀਰ ਕਹਿੰਦੇ ਸੀ ਅੱਜ ਕੱਲ੍ਹ ਪੀਏ ਕਹਿੰਦੇ ਨੇ ਪੀਏ ਸਾਹਿਬ ਪੀਏ ਸਾਹਿਬ ਨਾਲ ਲੋਕੀ ਜ਼ਿਆਦਾ ਗੱਲਾਂ ਕਰਦੇ ਨੇ ਰਾਜਿਆਂ ਤੱਕ ਤੇ ਪਹੁੰਚ ਨਹੀਂ ਨਾ ਹੁੰਦੀ ਅੱਛਾ ਉਹ ਪੀਏ ਨੂੰ ਵਜ਼ੀਰ ਉਹ ਕਹਿੰਦਾ ਵੀ ਹੁਣ ਕੀ ਕਰੀਏ ਕਹਿੰਦਾ ਜੀ ਹੁਣ ਤੇ ਇੱਕੋ ਹੀ ਤਰੀਕਾ ਵੀ ਮੀਂਹ ਵਾਲਾ ਪਾਣੀ ਆਪਾਂ ਵੀ ਪੀ ਲਓ ਇਹਨਾਂ 'ਚ ਹੀ ਰਲ ਜਾਓ ਹੋਰ ਕੋਈ ਤਰੀਕਾ ਨਹੀਂ ਜੇ ਉਹ ਜੇ ਨੇ ਉਹ ਜੇ ਆਪਾਂ ਬਣ ਜਾਂਦੇ ਏਦਾਂ ਹੀ ਹੋ ਗਿਆ ਏਦਾਂ ਹੀ ਹੋ ਗਿਆ ਕਈ ਸੱਜਣ ਗੁਰਬਾਣੀ ਪੜ੍ਹ ਕੇ ਸਾਡੇ ਵੱਡੇ ਵੱਡੇ ਕਥਾਵਾਚਕ ਵੇਖੇ ਆ ਸਮਝ ਪੂਰੀ ਹੈ ਪਰ ਗੱਲਾਂ ਉਹ ਉਹੋ ਜਿਹੀ ਕਰਦੇ ਨੇ ਬਿਨ ਨਾਵੇ ਜਗ ਕਮਲਾ ਫਿਰੇ ਵਾਲੀਆਂ ਉਹ ਸਿਧਾਂਤ ਤੇ ਪਹਿਰਾ ਕਿਉਂ ਨਹੀਂ ਦਿੰਦੇ ਉਹ ਕਹਿੰਦੇ ਮੈਜੋਰਿਟੀ ਇਹਨਾਂ ਲੋਕਾਂ ਦੀ ਇਹਨਾਂ ਵਾਲੀ ਕੋਈ ਬੋਲੀ ਬੋਲੀ ਚੱਲੋ ਲੋੜ ਹੀ ਨਹੀਂ ਸੱਚ ਬੋਲਣ ਦੀ ਬਹੁਤੇ ਪ੍ਰਚਾਰਕ ਵੀ ਇਦਾਂ ਕਰਦੇ ਨੇ ਕਿਉਂ ਭਲਾ ਕਿਉਂਕਿ ਲੋਕੀ ਤੁਹਾਨੂੰ ਅੱਡਰਾ ਅੱਡਰਾ ਸਮਝਦੇ ਨੇ ਕਮਲੇ ਕਹਿੰਦੀ ਹੈ ਦੁਨੀਆ ਵੀ ਇਕੱਲਾ ਹੀ ਵੱਖਰੀਆਂ ਗੱਲਾਂ ਕਰਦਾ ਹੈ ਇਹ ਇਕੱਲਾ ਹੀ ਕਮਲੀਆਂ ਗੱਲਾਂ ਕਰਦਾ ਹੈ ਲੋਕਾਂ ਨੇ ਇਦਾਂ ਕਹਿਣਾ ਹੈ ਪਰ ਉਹਨੂੰ ਕੌਣ ਸਮਝਾਵੇ ਇਹ ਵੀ ਕਿਸੇ ਪਾਰਟੀ ਦਾ ਹੈ ਕਿਹੜੀ ਪਾਰਟੀ ਦਾ ਬੰਦਾ ਹੈ ਇਹ ਉਸ ਪਾਰਟੀ ਦਾ ਜਿਹਦੇ ਆ 36 ਬੈਠੇ ਨੇ ਆਖੋ ਸਤਨਾਮ ਆ ਹੈ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆ ਨੇ ਭਗਤ ਇਹ ਕਹਿੰਦੇ ਨੇ ਇਹਨਾਂ ਦੀ ਪਾਰਟੀ ਦਾ ਬੰਦਾ ਹੈ ਉਹ ਗੱਲ ਤਾਂ ਵੱਖਰੀ ਕਰਦਾ ਕਿਉਂਕਿ ਇਹਨਾਂ ਨੇ ਕੀਤੀ ਹੈ ਇਹਨਾਂ ਭਗਤਾਂ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਹੋਰ ਕੋਈ ਵੱਖਰੀ ਨਹੀਂ ਬਸ ਸਾਡੇ ਗੁਰਦੁਆਰਿਆਂ ਦੇ ਵਿੱਚ ਉਹ ਆਵਾਜ਼ ਉੱਠਦੀ ਜ਼ਰੂਰ ਹੈ ਸਾਡੇ ਸਮਝ ਵਿੱਚ ਨਹੀਂ ਪੈਂਦੀ ਇਹ ਵਿਚਾਰਧਾਰਾ ਵੱਖਰੀ ਹੈ ਤਾਂ ਸਿੱਖ ਵੱਖਰੀ ਕੌਮ ਹੈ ਇਹ ਚੇਤਾ ਰੱਖਿਓ ਜੀ ਸਿੱਖ ਵੱਖਰੀ ਕੌਮ ਤਾਂ ਹੈ ਕਿਉਂਕਿ ਗੱਲਾਂ ਵੱਖਰੀਆਂ ਕਰਦੇ ਨੇ ਜੇ ਕਹੋ ਵੀ ਆਪਾਂ ਦਾੜੀ ਕੇਸ ਰੱਖ ਕੇ ਵੱਖਰੇ ਹਾਂ ਦਾੜੀ ਕੇਸ ਤੇ ਸਾਰੇ ਹੀ ਰੱਖਦੇ ਨੇ ਅੱਜ ਕੱਲ੍ਹ ਦੇ ਗੁਰੂਆਂ ਦੇ ਦਾੜੀ ਵੀ ਰੱਖੀ ਹੈ ਕੇਸ ਵੀ ਰੱਖੇ ਨੇ ਕਈਆਂ ਦੇ
ਸਿੱਖਾਂ ਦੇ ਰੱਜ ਕੇ ਵਿਰੋਧੀ ਬੰਦਿਆਂ ਨੇ ਪੱਗ ਵੀ ਬੰਨਦੇ ਨੇ, ਦਾੜੀ ਵੀ ਰੱਖੀ ਹੋਈ ਹੈ, ਆਪਣਾ ਹੀ ਉਹਨਾਂ ਦਾ ਮਿਸ਼ਨ ਸਿੱਖਾਂ ਦੇ ਉਲਟ ਨੇ। ਵੱਖਰੀ ਕੌਮ ਤਾਂ ਹੈ, ਸਿੱਖਾਂ ਦੀ ਸੋਚ ਵੱਖਰੀ ਹੈ। ਸਿੱਖ ਜਦੋਂ ਗੱਲ ਕਰਦੇ ਨੇ ਵੱਖਰੀ ਕਰਦੇ ਨੇ ਦੁਨੀਆ ਨਾਲ, ਵੱਖਰੀ ਕੌਮ ਹੈ ਤਾਂ ਹੈ ਭਾਈ। ਤੇ ਜੇ ਸਾਡੇ ਚ ਵੱਖਰਾਪਣ ਆਇਆ ਚੇਤਾ ਰੱਖਿਓ ਜੀ, ਤਾਂ ਸਿੱਖਾਂ ਥਾਣੇਦਾਰ ਘਰ ਜੰਮ ਕੇ ਕੋਈ ਥਾਣੇਦਾਰ ਨਹੀਂ ਬਣ ਜਾਂਦਾ, ਡਾਕਟਰ ਘਰ ਜੰਮ ਕੇ ਕੋਈ ਡਾਕਟਰ ਨਹੀਂ ਬਣ ਜਾਂਦਾ, ਟੀਚਰ ਘਰ ਜੰਮ ਕੇ ਕੋਈ ਟੀਚਰ ਨਹੀਂ, ਵਕੀਲ ਘਰ ਜੰਮ ਕੇ ਕੋਈ ਵਕੀਲ ਨਹੀਂ। ਪਰ ਅੱਜ ਕੱਲ ਹੈ ਹਾਲ, ਤੂੰ ਹੈ ਸਿੱਖ, ਕਿਉਂ ਸਿੱਖ ਹੈ? ਕਹਿੰਦੇ ਸਿੱਖਾਂ ਘਰ ਜੰਮਿਆ, ਸਿੱਖਾਂ ਘਰ ਜੰਮ ਕੇ ਸਿੱਖ ਨਹੀਂ, ਡਾਕਟਰ ਘਰ ਜੰਮ ਕੇ। ਜੇ ਕੋਈ ਡਾਕਟਰ ਘਰ ਜੰਮਾ ਬੱਚਾ ਜੰਮਿਆ, ਉਹ ਕਹੇ ਮੈਂ ਵੀ ਤੇਰੇ ਟੀਕਾ ਲਾ ਦੂੰ, ਆਪਾਂ ਕਹਾਂਗੇ ਤੂੰ ਕੀ ਲੱਗਦਾ ਤੇਰੀ ਕੁਆਲੀਫਿਕੇਸ਼ਨ ਕੀ ਹੈ? ਡਾਕਟਰ ਬਣ, ਤੇਰਾ ਪਿਓ ਡਾਕਟਰ ਹੈ, ਤੂੰ ਡਾਕਟਰ ਨਹੀਂ। ਸਿੱਖਾਂ ਘਰ ਜੰਮ ਕੇ ਸਿੱਖ ਨਹੀਂ, ਜਿਹਦੇ ਅੰਦਰ ਗੁਰਬਾਣੀ ਦਾ ਗਿਆਨ ਜਨਮ ਲਏਗਾ ਉਹ ਸਿੱਖ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਜਿਹੜਾ ਗੁਰੂ ਦੇ ਹੁਕਮ 'ਚ ਚੱਲਦਾ ਉਹ ਸਿੱਖ ਹੈ, ਗੁਰਬਾਣੀ ਦੇ ਮੁਤਾਬਕ ਚੱਲਦਾ ਉਹ ਸਿੱਖ ਹੈ, ਤੇ ਜਿਹੜਾ ਆਪਣੀ ਮਰਜ਼ੀ ਕਰਦਾ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ, ਮਰਜ਼ੀ ਕਰਦਾ ਆਪਣੀ ਜੰਮੇ ਭਾਵੇਂ ਸਿੱਖਾਂ ਘਰ, ਉਹ ਸਿੱਖ ਨਹੀਂ। ਸਿੱਖ ਉਹ ਹੈ ਜਿਹੜਾ ਗੁਰਬਾਣੀ ਮੁਤਾਬਕ ਚੱਲਦਾ ਹੈ। ਪਰ ਚੇਤਾ ਰੱਖਿਓ ਜੀ, ਸੱਚ ਦੇ ਤੁਰਨਾ ਖੇਡ ਨਹੀਂ ਪਈ, ਬਾਣੀ ਦੇ ਦੱਸੇ ਰਾਹ ਤੇ ਤੁਰਨਾ ਇਹ ਖੇਡ ਨਹੀਂ ਪਈ। ਇਸ ਰਾਹ ਤੇ ਤੁਰਨਾ ਖੰਨਿਓ ਤਿੱਖੀ ਵੱਲ ਉਹ ਨਿੱਕੀ ਏਤ ਮਾਰਗ ਜਾਣਾ। ਜਿਵੇਂ ਹੁਣ ਮੈਂ ਆਹ ਗੱਲ ਕਹਿਤੀ, ਕਈਆਂ ਨੇ ਫੜ ਲੈਣੀ, ਹਾਂ ਜੀ ਕਿਹੜਾ ਖੇਡ ਹੈ, ਅਸੀਂ ਤੇ ਕਰ ਹੀ ਨਹੀਂ ਸਕਦੇ, ਬਸ ਇੱਥੇ ਖਿਹੜਾ ਛੁਡਾ ਲੈਂਦੇ ਨੇ। ਉਹ ਛੱਡੋ ਪਰੇ, ਫਿਰ ਆਪਣੇ ਤੋਂ ਕਿਹੜਾ ਮੰਨਿਆ ਜਾਣਾ? ਐਸੀ ਗੱਲ ਨਹੀਂ ਗੁਰੂ, ਮੈਂ ਬੇਨਤੀ ਕਰ ਰਿਹਾ, ਸਿੱਖੀ ਇੱਕ ਐਸਾ ਮਾਰਗ ਹੈ, ਇਹਨੂੰ ਇੱਕ ਪ੍ਰਧਾਨ ਮੰਤਰੀ ਮੁੱਖ ਮੰਤਰੀ ਦੇ ਅਹੁਦੇ ਤੇ ਬੈਠਾ ਬੰਦਾ ਵੀ ਕਮਾ ਸਕਦਾ ਹੈ, ਇੱਕ ਰਿਕਸ਼ਾ ਚਾਲਕ ਵੀ ਕਮਾ ਸਕਦਾ, ਦਿਹਾੜੀ ਵਾਲਾ ਵੀ ਕਮਾ ਸਕਦਾ। ਕੋਈ ਚੀਜ਼ ਐਸੀ ਨਹੀਂ ਜਿਹੜੀ ਮੰਨੀ ਨਾ ਜਾ ਸਕਦੀ ਹੋਵੇ। ਹਾਂ, ਸਾਡੇ ਵਰਗਿਆਂ ਨੇ ਹਊਏ ਬਣਾ ਦਿੱਤੇ ਨੇ ਕਈ ਗੱਲਾਂ ਦੇ, ਤਾਂ ਨਹੀਂ ਮੰਨੀ ਜਾਂਦੀ, ਹਊਏ ਬਣਾ ਦਿੱਤੇ ਨਾ। ਹੈ ਕੁਛ ਵੀ ਇਹੋ ਜਿਹਾ ਨਹੀਂ ਵੀ ਜਿਹੜਾ ਤੁਸੀਂ ਨਹੀਂ, ਕੋਈ ਕੰਮ ਇੱਦਾਂ ਕਹਿ ਲਓ, ਉਹ ਕੋਈ ਕੰਮ ਇੱਦਾਂ ਦਾ ਹੈ ਨਹੀਂ ਜਿਹੜਾ ਮੈਂ ਕਰ ਸਕਦਾ ਤੇ ਤੁਸੀਂ ਨਹੀਂ ਕਰ ਸਕਦੇ, ਸਾਰੇ ਆਪਾਂ ਕਰ ਸਕਦੇ। ਬਸ ਸਮਝਣ ਦੀ ਲੋੜ ਹੈ ਗੁਰਬਾਣੀ ਕਹਿੰਦੀ ਕੀ ਹੈ, ਸੱਚੇ ਪਾਤਸ਼ਾਹ ਸਮਝਾਉਂਦੇ ਕੀ ਨੇ। ਕੁਛ ਵੀ ਐਸਾ ਨਹੀਂ ਜਿਹੜਾ ਮੈਂ ਕਰ ਸਕਦਾ ਤੁਸੀਂ ਨਹੀਂ ਕਰ ਸਕਦੇ, ਗੁਰਬਾਣੀ ਦੇ ਮੁਤਾਬਕ ਬੜਾ ਸੌਖਾ ਤੇ ਸਰਲ ਮਾਰਗ ਹੈ, ਪਰ ਇਹਨੂੰ ਕਈਆਂ ਨੇ ਔਖਿਆਂ ਕਰ ਦਿੱਤਾ। ਇਸ ਕਰਕੇ ਭਾਈ ਸੱਚ ਦੇ ਰਾਹ ਤੇ ਤੁਰਨਾ ਖੰਨਿਓ ਤਿੱਖੀ ਵੱਲੋਂ ਨਿੱਕੀ ਏਤ ਮਾਰਗ ਜਾਣ। ਹੁਣ ਵੇਖੋ ਨਾ ਜੀ, ਜਿਹੜਾ ਪੈਲਸ ਵਿੱਚ ਬੈਠਾ ਹੈ, ਸਾਰੇ ਸ਼ਰਾਬ ਪੀ ਰਹੇ ਨੇ, ਰਾਜੇ ਰੱਜੇ ਹੋਏ ਨੇ, ਆਰਕੈਸਟਾਂ ਚੱਲਦੀਆਂ ਨੇ, ਪੈਸੇ 500 ਦੇ ਨੋਟ ਇੱਦਾਂ ਵਾਰੇ ਜਾ ਰਹੇ ਨੇ, ਇੱਕ ਬੰਦਾ ਉਹ ਹੈ ਜਿਹੜਾ ਸਾਰੇ ਪਾਸੇ ਤੋਂ ਸਾਰਾ ਕੁਝ ਵੇਖਦਾ ਹੋਇਆ ਵੀ ਸਾਈਡ ਤੇ ਹੋ ਕੇ ਸ਼ਾਮ ਦਾ ਵੇਲਾ ਹੈ, ਰਹਿਰਸ ਦਾ ਪਾਠ ਕਰ ਰਿਹਾ ਹੈ, ਪਾਸੇ ਤੇ ਬੈਠਾ ਹੈ, ਰਹਿਰਸ ਦਾ ਪਾਠ ਕਰਦਾ ਹੈ। ਬਸ ਇਹ ਸਮਝ ਲਓ ਵੀ ਔਖਾ ਹੈ, ਇਹੋ ਜਿਹੇ ਰੌਣਕ ਮੇਲੇ ਛੱਡ ਕੇ ਰਹਿਰਸ ਚੇਤਾ ਰੱਖਣੀ, ਪਰ ਰੱਖੀ ਜਾ ਸਕਦੀ ਹੈ ਜੇ ਪਿਆਰ ਹੈ ਸਤਿਗੁਰਾਂ ਨਾਲ, ਰੱਖਿਆ ਜਾ ਸਕਦਾ, ਕਿਉਂ ਨਹੀਂ ਹੋ ਸਕਦਾ? ਪੜ੍ਹਨ ਵਾਲੇ ਪੜ੍ਹਦੇ ਨੇ, ਪੱਕੇ ਨਿਤਨੇਮ ਹੀ ਨਿਤਨੇਮ ਨਹੀਂ ਛੱਡਦੇ,
ਜਿਹੋ ਜਿਹੇ ਮਰਜ਼ੀ ਮਾਹੌਲ ਵਿੱਚ ਹੋਣ, ਭਾਵੇਂ ਮਾਹੌਲ ਦਾ ਉਹਨਾਂ ਉੱਤੇ ਅਸਰ ਹੀ ਨਹੀਂ ਹੁੰਦਾ, ਇਹ ਹੋ ਸਕਦਾ ਹੈ। ਪਰ ਜੇ ਇਸ ਰਾਹ ਤੇ ਤੁਰੀਏ, ਬਸ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਔਖਾ ਹੈ। ਹਰ ਕੇ ਸੇਵਕ ਜੋ ਹਰ ਭਾਏ, ਤਿੰਨ ਕੀ ਕਥਾ ਨਰਾਰੀ ਰੇ, ਅਬ ਹੈ ਨਾ ਜਾਹੇ ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਘਾਰੀ। ਹੋਰ ਆਹ ਗੱਲਾਂ ਵੇਖੋ ਜੀ, ਉਹ ਤੇ ਜੀ ਸਾਲ ਚੌਂਕੜਾ ਮਾਰ ਕੇ ਬੈਠਾ ਹੀ ਰਿਹਾ, ਤਪ ਹੋ ਰਿਹਾ ਹੈ, ਤੇ ਆਪਾਂ ਪਤਾ ਕੀ ਸੋਚਦੇ ਹਾਂ, ਓਏ ਅਸੀਂ ਤੇ ਏਡਾ ਤਪ ਕਰ ਨਹੀਂ ਸਕਦੇ, ਗ੍ਰਿਸ਼ਤੀ ਬੰਦੇ ਬੱਚੇ ਵੀ ਪਾਲਣੇ ਨੇ, ਕਿਹੜਾ ਸਾਲ ਕੱਢੇ, ਅਸੀਂ ਏਦਾਂ ਫਸ ਗਏ ਵੀ ਨਾ ਜੀ ਸਾਡੇ ਤੋਂ ਨਹੀਂ ਹੋਣਾ। ਗੁਰਬਾਣੀ ਦਾ ਬਚਨ ਸੁਣੋ, ਤਪ ਕੀ ਹੈ? ਗੁਰ ਸੇਵਾ ਤਪਾਂ ਸਿਰ ਤਪਸਾਰ। ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਨੇ? ਹੁਣ ਆਪਾਂ ਵੇਖਿਆ ਵੀ ਇੱਕ ਬੰਦਾ ਪਿੱਪਲ ਦੇ ਕੰਢੇ, ਪਿੱਪਲ ਦੇ ਥੱਲੇ ਬੈਠਾ ਹੈ, ਇੱਕ ਲੱਤ ਦੇ ਭਾਰ ਖੜਾ, ਐਡਾ ਪੈਰ ਸੁੱਜਿਆ ਪਿਆ ਉਹਦਾ। ਜਾਂ ਕੀ ਹੈ, ਅੱਜ ਕੱਲ੍ਹ ਦੇ ਮਹੀਨੇ ਪੋਹ ਵਿੱਚ ਸਿਰ ਵਿੱਚ ਘੜਾ ਪਾਣੀ ਦਾ ਪਵਾ ਲਿਆ, ਸੌ ਸੌ ਘੜਾ ਪਵਾਈ ਜਾਂਦਾ। ਆਪਾਂ ਪਤਾ ਕੀ ਕਹਿੰਦੇ ਹਾਂ, ਓਏ ਯਾਰ ਮੱਥਾ ਹੀ ਟੇਕ ਲਓ, ਆਪਣੇ ਤੋਂ ਨਹੀਂ ਇਹੋ ਜਿਹਾ ਕੁਝ ਹੋਣਾ। ਆਪਾਂ ਤੇ ਹੁਣ ਮਾਫ ਕਰਨਾ ਜੀ, ਕਈ ਤੇ ਅੱਜ ਕੱਲ੍ਹ ਨਹਾਉਂਦੇ ਵੀ ਨਹੀਂ, ਠੰਡ ਜੀ ਆ ਗਈ ਨਹਾਉਂਦੇ, ਕਈ ਅੱਜ ਹੋਣਗੇ ਅੱਜ ਵੀ ਨਹੀਂ ਨਹਾਤੇ, ਵੇਲੋ ਹੱਸ ਪਏ, ਕਈ ਅੱਜ ਨਹੀਂ ਨਹਾ ਕੇ ਆਏ ਹੋਣੇ, ਘਰ ਵਾਲੀ ਕਹਿੰਦੀ ਹੋਣੀ ਵੀ ਅੱਜ ਤੇ ਨਹਾਉਣਾ, ਚੱਲ ਗੁਰਦੁਆਰੇ ਜਾਣਾ ਹੈ, ਪਾ ਕੀਰਤਨ 'ਚ ਚੱਲਾਂਗੇ। ਉਹ ਛੱਡ ਪਰੇ ਕਿਉਂ ਮੈਲ ਮੇਰੇ ਕੀ, ਮੇਰੇ ਖੈਲ ਲੱਗੀ ਹੈ, ਏਦਾਂ ਕਹਿੰਦੇ। ਹਾਂਜੀ ਹਾਂਜੀ ਸੱਚ ਹੈ, ਪਿੰਡਾਂ 'ਚੋਂ ਹੀ ਆਇਆ, ਵੇਖਿਆ ਹੀ ਹੈ ਘਰਾਂ ਦੇ ਮਾਹੌਲ ਏਦਾਂ ਦੇ, ਨਹਾ ਲੈ ਅੱਜ, ਇਸ਼ਨਾਨ ਕਰ ਲੈ, ਕੇਸੀ ਨਹਾ ਲੈ, ਦਸ ਦਸ ਦਿਨ ਲੰਘ ਜਾਂਦੇ ਨੇ ਕਈਆਂ ਦੇ। ਚਲੋ ਇਹ ਵੀ ਗੱਲ ਮੈਂ ਕਹਿ ਦਿੰਦਾ ਬਜ਼ੁਰਗੋ, ਕੋਈ ਬੰਦਾ ਨਾ ਸਰੀਰ ਕਰਕੇ ਠੀਕ ਹੋਵੇ ਉਹਦੇ ਵਾਸਤੇ ਤੇ ਠੀਕ ਹੈ, ਏਡਾ ਵੀ ਕਰੜਾ ਕੰਮ ਨਹੀਂ, ਪਰ ਜਿਹੜਾ ਚੰਗਾ ਭਲਾ ਹੈ ਉਹਨੂੰ ਇਸ਼ਨਾਨ ਕਰ ਲੈਣਾ ਚਾਹੀਦਾ, ਇਹਦੇ ਨਾਲ ਸੁਸਤੀ ਲੈ ਜਾਂਦੀ ਹੈ, ਕਾਇਮ ਹੋ ਜਾਈਦਾ। ਪੱਗ ਕੱਸ ਕੇ ਬੰਨੀ ਹੋਵੇ ਤੁਸੀਂ, ਇਹਦੇ ਨਾਲ ਹੀ ਚੇਂਜ ਹੋ ਜਾਂਦਾ ਮਾਹੌਲ, ਮਨ ਤੇ ਇਹਨਾਂ ਚੀਜ਼ਾਂ ਦਾ ਅਸਰ ਹੁੰਦਾ ਹੈ, ਇਸ ਕਰਕੇ ਇਸ਼ਨਾਨ ਕਰ ਲੈਣਾ ਚਾਹੀਦਾ। ਹੁਣ ਵੇਖੋ, ਹੁਣ ਆਪਾਂ ਵੇਖ ਲਿਆ ਕਿ ਵੀ ਇਹ ਬੰਦਾ ਬੈਠਾ ਹੈ, ਸੁਣਿਓ ਵੀ ਆਪਾਂ ਤੇ ਕਰ ਹੀ ਨਹੀਂ ਸਕਦੇ ਭਾਈ, ਇਹ ਤੇ ਸੌ ਘੜਾ ਪਾਣੀ ਦਾ ਪਵਾ ਲੈਂਦਾ, ਫਿਰ ਸੁਣਿਓ ਆਪਾਂ ਕੀ ਕਹਿੰਦੇ ਹਾਂ, ਆਪਾਂ ਤੇ ਬਾ ਮੱਥਾ ਹੀ ਟੇਕ ਲਓ, ਬਾਬਾ ਜੀ ਤੁਹਾਨੂੰ ਤੁਸੀਂ ਵੀ ਰਾਹ ਚੱਕੋ, 50 ਰੁਪਈਆ ਦੇ ਅੱਗੇ ਰੱਖ ਕੇ ਵੀ ਅਸੀਂ ਤੇ ਬਾ ਤੁਹਾਨੂੰ ਹੀ ਮੱਥਾ ਟੇਕ ਲਿਆ, ਸਾਥੋਂ ਨਹੀਂ ਹੋਣਾ, ਏਦਾਂ ਹੀ ਹੈ ਨਾ ਜੀ। ਜੇਠ ਹਾੜ ਦੇ ਮਹੀਨੇ ਵਿੱਚ ਆਪਾਂ ਵੇਖਿਆ ਵੀ ਇੱਕ ਬੰਦਾ ਪੰਜ ਚਾਰ ਧੂਣੀਆਂ ਲਾ ਕੇ ਵਿਚਾਲੇ ਬੈਠਾ ਹੈ, ਆਪਾਂ ਕਹਿੰਦੇ ਹੱਦ ਹੋ ਗਈ, ਅਸੀਂ ਸੌਂਦੇ ਹਾਂ ਕੂਲਰ ਏਸੀ ਥੱਲੇ, ਇਹ ਜੇਠ ਦੀ ਧੁੱਪ ਦੇ ਵਿੱਚ ਵੀ ਤਪਦਾ ਹੈ, ਆਪਾਂ ਕਹਿੰਦੇ ਸਾਥੋਂ ਨਹੀਂ ਹੋਣਾ, ਭਗਤੀ ਤੇ ਆ ਆਇਆ, ਆਪਾਂ ਤੇ ਮੱਥਾ ਹੀ ਟੇਕ ਲਓ, ਏਦਾਂ ਹੀ ਕਹਿੰਦੇ ਆਪਾਂ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਵੀ ਇਹ ਚੀਜ਼ਾਂ ਪ੍ਰਵਾਨ ਨੇ, ਵੀ ਸੱਚੇ ਪਾਤਸ਼ਾਹ ਇਦਾਂ ਰੱਬ ਮਿਲ ਜਾਂਦਾ ਹੈ, ਕੀ ਏਦਾਂ ਠੀਕ ਹੈ? ਤੇ ਸੱਚੇ ਪਾਤਸ਼ਾਹ ਕੀ ਆਂਦੇ ਨੇ? ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਨੇ, ਬਸਤਰ ਨਾ ਪਹਿਰੇ ਅਹਿਨਸ ਕਹਿਰੇ, ਮੌਨ ਵਿਗੂਤਾ ਕਿਉਂ ਜਾਗੈ ਗੁਰਬਿਨ ਸੂਤਾ, ਪੱਗ ਉਪਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੇ ਪਤ ਗਵਾਈ। ਗੁਰੂ ਨਾਨਕ ਤੇ ਇਹੋ ਜਿਹੇ ਲੋਕਾਂ ਨੂੰ ਮੂਰਖ ਦੱਸਦੇ ਨੇ, ਮੂਰਖ
ਆਪਾਂ ਕਹਿੰਦੇ ਆ ਰੱਬ ਭਗਤ ਹੈ ਯਾਰ, ਬਾਲਾ ਹੀ ਵੱਡਾ ਭਗਤ ਹੈ, ਆਪਾਂ ਭਗਤ ਕਹਿੰਦੇ ਆ, ਗੁਰੂ ਨਾਨਕ ਕਹਿੰਦੇ ਮੂਰਖ ਬੰਦਾ। ਮੈਨੂੰ ਇੱਕ, ਮੈਂ ਐਤਵਾਰ ਖੜਾ ਮਿਲ ਰਿਹਾ ਸੀ, ਮੈਨੂੰ ਇੱਕ ਬੱਚੇ ਨੇ ਕਿਹਾ, ਕਹਿੰਦਾ ਜੀ ਸਾਡੇ ਇੱਕ ਮਹਾਤਮਾ ਨੇ ਨੰਗੇ ਹੀ ਰਹਿੰਦੇ ਨੇ, ਕੱਪੜੇ ਨਹੀਂ ਪਾਉਂਦੇ। ਮੈਂ ਕਿਹਾ ਅੱਛਾ। ਕਹਿੰਦਾ ਜੀ ਫਿਰ ਮੈਂ, ਅਸੀਂ ਉੱਥੇ ਜਾਂਦੇ ਹਾਂ, ਅੰਮ੍ਰਿਤਧਾਰੀ ਹਾਂ, ਪਰ ਉੱਥੇ ਜਾ ਕੇ ਸਾਡਾ ਪਿਆਰ ਬਣਦਾ ਹੈ, ਗੁਰੂ ਨਾਲ ਸਾਡੀ ਸ਼ਰਧਾ ਬਣਦੀ ਹੈ। ਮੈਂ ਕਿਹਾ ਅੱਛਾ, ਮੈਂ ਜਾਵਾਂ ਕਿ ਨਾ ਜਾਵਾਂ, ਮੈਨੂੰ ਜਾਣਾ ਚਾਹੀਦਾ ਹੈ ਕਿ ਨਹੀਂ ਜਾਣਾ ਚਾਹੀਦਾ, ਮੈਨੂੰ ਮੰਨਣਾ ਚਾਹੀਦਾ ਹੈ ਕਿ ਨਹੀਂ ਮੰਨਣਾ, ਦੱਸੋ ਕੀ ਕਰਾਂ। ਮੈਂ ਉਹਨੂੰ ਆਹੀ ਬੇਨਤੀ ਕੀਤੀ, ਮੈਂ ਕਿਹਾ ਕੱਪੜੇ ਪਾਉਂਦੇ ਨਹੀਂ? ਕਹਿੰਦਾ ਪਾਉਂਦੇ ਨਹੀਂ, ਬਿਲਕੁਲ ਹੀ ਨੰਗੇ ਰਹਿੰਦੇ ਨੇ। ਮੈਂ ਕਿਹਾ ਬਸਤਰ ਨਾ ਪਹਿਰੇ, ਐਨਸ ਕਹਿਰੇ ਮੌਨ ਵਿਗੂਤਾ, ਕਿਉਂ ਜਾਗੈ ਗੁਰਬਿਨ ਸੂਤਾ, ਪੱਗ ਪਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੇ ਪਤ ਗਵਾਈ। ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਆਸਾ ਜੀ ਦੀ ਵਾਰ ਚ ਆਪਾਂ ਰੋਜ਼ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਨੇ ਵੀ ਇਹ ਮੂਰਖ ਲੋਕ ਹੁੰਦੇ ਨੇ ਜਿਹੜੇ ਐਵੇਂ ਕੱਪੜੇ ਨਹੀਂ ਪਾਉਂਦੇ, ਨੰਗੇ ਤੁਰੇ ਫਿਰਦੇ ਨੇ। ਮੈਂ ਕਿਹਾ ਗੁਰੂ ਨਾਨਕ ਕਹਿੰਦੇ ਨੇ ਮੈਨੂੰ ਵਿੱਚ ਨਾ ਲੈ ਭਰਾਵਾ, ਤੂੰ ਕਹੇਗਾ ਮੈਂ ਉਹਨਾਂ ਨਾਲ ਈਰਖਾ ਕਰਦਾ, ਮੈਂ ਤੈਨੂੰ ਕਹਿੰਦਾ ਵੀ ਤੂੰ ਸਾਡੇ ਆ ਜਾ, ਉੱਥੇ ਨਾ ਜਾਇਆ ਕਰ। ਮੈਂ ਕਿਹਾ ਤੂੰ ਜਾਣੇ, ਗੁਰੂ ਨਾਨਕ ਜਾਣੇ, ਇਹਦੇ ਅਰਥ ਜਾ ਕੇ ਆਪ ਪੜ੍ਹ ਲੈ। ਹੋਰ ਵੀ ਮੈਂ ਉਹਨੂੰ ਦੋ ਤਿੰਨ ਐਗਜ਼ੈਂਪਲ ਦਿੱਤੇ, ਮੈਂ ਕਿਹਾ ਸ਼ਬਦ ਕੱਢ ਤੇ ਪੜ੍ਹ ਲੈ, ਨੋਟ ਕਰ ਲੈ। ਉਹ ਮੈਨੂੰ ਕਹਿੰਦਾ ਜੀ ਅੱਜ ਤੋਂ ਬਾਅਦ ਨਹੀਂ ਜਾਂਦਾ, ਗੁਰੂ ਨਾਨਕ ਨਾਲ ਮੱਥਾ ਕਿਹੜਾ ਲਾਵੇ, ਆਖੋ ਸਤਨਾਮ। ਮੈਨੂੰ ਕਹਿੰਦਾ ਹੈ ਵੀ ਮੈਂ ਗੁਰੂ ਨਾਨਕ ਨਾਲ ਤੇ ਨਹੀਂ ਮੱਥਾ ਲਾ ਸਕਦਾ, ਗੁਰੂ ਨਾਨਕ ਜੀ ਕਹਿੰਦੇ ਨੇ। ਮੈਂ ਕਿਹਾ ਅਰਥ ਤੂੰ ਪੜ੍ਹ ਲੈ ਜਾ ਕੇ, ਜੇ ਤੇਰੇ ਸਮਝ 'ਚ ਨਹੀਂ ਪਈ ਤੇ ਆਪ ਪੋਥੀ ਲੈ ਕੇ ਪੜ੍ਹ ਲੈ, ਗੁਰੂ ਨਾਨਕ ਨੇ ਇੱਦਾਂ ਕਿਹਾ। ਕਹਿੰਦੇ ਅੱਛਾ, ਅੱਜ ਤੋਂ ਬਾਅਦ ਨਹੀਂ। ਅੱਛਾ ਵੇਖਿਓ, ਹੁਣ ਸੁਣਿਓ, ਜਿਹੜਾ ਤਪ ਗੁਰਬਾਣੀ ਨੇ ਦੱਸਿਆ ਹੈ, ਜਿਹੜਾ ਮੈਂ ਹੁਣ ਦੱਸਾਂਗਾ ਗੁਰਬਾਣੀ ਵਾਲਾ ਤਪ, ਤੁਸੀਂ ਸਾਰੇ ਕਰ ਸਕਦੇ ਹੋ। ਕਿਵੇਂ? ਗੁਰ ਸੇਵਾ ਤਪਾਂ ਸਿਰ ਤਪ ਸਾਰ। ਕਿਹੜਾ ਤਪ ਹੈ? ਠੰਡ ਦਾ ਮਹੀਨਾ ਨਾ, ਅੱਜ ਠੰਡ ਹੈ, ਵੇਖੋ ਠੰਡ ਹੈ ਪੂਰੀ, ਤੇਰੇ ਸਾਹਮਣੇ ਉਹ ਮਰੀਜ਼ ਪਿਆ ਕੋਈ, ਜਾਂ ਐਕਸੀਡੈਂਟ ਹੋ ਗਿਆ, ਸੱਟ ਵੱਜ ਗਈ ਕਿਸੇ ਬੁੱਢੇ ਦੇ, ਕਿਸੇ ਬਜ਼ੁਰਗ ਦੇ, ਜਾਣ ਜੋਗਾ ਹੈ ਨਹੀਂ ਹਸਪੀਟਲ ਵਿੱਚ, ਓਏ ਚੁੱਕ ਕੇ ਛੜਕ ਦੇ ਉੱਤੇ ਭੱਜਿਆ ਜਾਂਦਾ ਹੈ, ਨੰਗੇ ਪੈਰੀ ਠੁਰ ਠੁਰ ਕਰਦੇ ਨੇ ਪੈਰ ਤੇਰੇ, ਗਾਲਿਆ ਸਰੀਰ ਠੰਡ ਵਿੱਚ ਠੁਰ ਠੁਰ ਕਰਦਾ ਭੱਜਿਆ ਜਾਂਦਾ ਚੁੱਕ ਕੇ ਥਾਰ ਦੇ, ਗਾਲ ਦੇ ਸਰੀਰ, ਪਰ ਕਿਸੇ ਦੀ ਸੇਵਾ ਵਾਸਤੇ ਗਾਲ, ਸਾੜ ਦੇ ਸਰੀਰ, ਕਿਸੇ ਦੀ ਸੇਵਾ ਵਾਸਤੇ ਸਾੜ, ਬਿਨਾਂ ਗੱਲ ਤੋਂ ਹੀ ਸੌ ਘੜਾ ਪਵਾਉਣ ਦਾ ਕੀ ਫਾਇਦਾ ਆ, ਆਖੋ ਸਤਨਾਮ। ਗੁਰਬਾਣੀ ਕਹਿੰਦੀ ਹੈ ਗੱਲ ਨਾ ਚੰਗਾ ਹੈ, ਪਰ ਕਿਸੇ ਗੱਲ ਪਿੱਛੇ ਤੇ ਗਾਲ, ਸਰੀਰ ਸਾੜਨਾ ਚੰਗਾ ਹੈ ਪਰ ਕੋਈ ਗੱਲ ਤੇ ਹੋਵੇ, ਜਦੋਂ ਸੇਵਾ ਵਿੱਚ, ਜਦੋਂ ਹੁਣ ਵੇਖੋ ਨਾ ਜੀ, ਜਦੋਂ ਆਪਾਂ ਅੱਜ ਸੇਵਾ ਕਰਨੀ ਹੈ, ਕਿਸੇ ਗਰੀਬ ਨੂੰ ਤੁਸੀਂ ਹਸਪੀਟਲ ਜਾਣਾ, ਖੇਚਲ ਤੇ ਕਰਨੀ ਪਊ, ਹਸਪੀਟਲ ਲਿਜਾਣ ਚ ਖੇਚਲ ਨਹੀਂ ਹੋਊ? ਉਹ ਜਿਹੜੀ ਖੇਚਲ ਹੈ, ਗੁਰੂ ਗ੍ਰੰਥ ਸਾਹਿਬ ਇਹਨੂੰ ਤਪ ਕਹਿੰਦੇ ਨੇ, ਖੇਚਲ ਨੂੰ ਤਪ ਕਹਿੰਦੇ ਨੇ। ਤੈਨੂੰ ਹਾਰਡ ਵਰਕ ਕਰਨਾ ਪੈਣਾ, ਕਿਸੇ ਨੂੰ ਚੁੱਕਣਾ ਪਊ, ਰਾਤ ਨੂੰ ਜਾਗਣਾ ਪੈਣਾ ਹੈ ਕਿਸੇ ਨੂੰ। ਰਜਿੰਦਰਾ ਹਸਪੀਟਲ ਚੱਲ ਜਾਓ, ਕਿੰਨੇ ਲੋਕ ਨੇ? ਆਪਾਂ ਐਂ ਕਰੋ, 15-20 ਬੰਦੇ ਇਕੱਠੇ ਹੋ ਕੇ ਵੀ ਚਲੋ ਅੱਜ ਰਜਿੰਦਰਾ ਹਸਪੀਟਲ ਦੇ ਬਾਹਰ ਲੰਗਰ ਲਾ ਦਈਏ,
ਗਰੀਬ ਬੰਦੇ ਬਾਹਰ ਖਰਚਾ ਕਰਦੇ ਨੇ, ਉਹ ਹੋਟਲਾਂ ਤੇ ਜਾ ਜਾ ਕੇ ਖਾਂਦੇ ਨੇ, ਆਪਾਂ ਭਰੋ ਗੱਡੀ 20 ਘਰ ਅੱਜ ਬਣਾ ਲਓ, 20 ਘਰ ਕੱਲ ਨੂੰ ਬਣਾ ਲੈਣਗੇ, ਬਣਾ ਕੇ 15-15 20-20 ਪ੍ਰਸ਼ਾਦੇ ਥੋੜੀ ਜੀ ਸਬਜ਼ੀ ਬਣਾ ਕੇ ਤੇ ਭਰ ਕੇ ਬਾਲਟਾ ਤੇ ਲਓ ਬਈ, ਪ੍ਰਸ਼ਾਦਿਆਂ ਉੱਤੇ ਹੀ ਧਰ ਧਰ ਕੇ ਦੇਈ ਚੱਲੋ। ਠੀਕ ਹੈ, ਉਹਨਾਂ ਨੇ ਉਹਨਾਂ ਨੂੰ ਉਹਨਾਂ ਦਾ 50 ਰੁਪਈਏ 100 ਰੁਪਈਏ 200 ਰੁਪਈਆ ਉਹਨਾਂ ਗਰੀਬਾਂ ਦਾ ਬਚ ਗਿਆ, ਉਹ ਬਾਹਰ ਆਏ, ਗੱਡੀ ਬਾਹਰ ਖੜੀ ਹੈ, ਟੈਂਪੂ ਬਾਹਰ ਖੜਾ ਹੈ, ਏਦਾਂ ਰੱਖ ਕੇ ਪ੍ਰਸ਼ਾਦਾ ਦੋ ਮੰਨੀਆਂ ਛੱਕ ਕੇ ਤੁਰਦੇ ਬਣੇ, ਉਹਨਾਂ ਦਾ 200 ਰੁਪਈਆ ਬਚ ਗਿਆ, ਅੰਦਰ ਬਿਮਾਰ ਹੈ ਉਹ ਖਰਚਾ ਠੀਕ ਹੋ ਗਿਆ। ਇਹਦੇ ਲਈ ਕੀ ਕਰਨਾ ਪਏਗਾ? ਖੇਚਲ, ਠੀਕ ਹੈ ਜੀ, ਖੇਚਲ ਕਰਨੀ ਪਊ। ਆਹ ਗੱਲ ਜਦੋਂ ਮੈਂ ਕਹੀ ਤੁਹਾਡੇ ਦਿਮਾਗ 'ਚ ਇੱਕਦਮ ਆ ਗਿਆ ਹੋਣਾ ਵੀ ਯਾਰ ਗੱਲ ਤੇ ਕੁਛ ਨਹੀਂ, 20 ਕੁ ਪ੍ਰਸ਼ਾਦੇ ਇੱਕ ਘਰ 'ਚੋਂ ਬਣ ਜਾਣ, 20-25 ਪਰਿਵਾਰ ਆਪਾਂ 500-700 ਪ੍ਰਸ਼ਾਦਾ ਬਣਾ ਕੇ ਲੈ ਜਾ ਸਕਦੇ ਹਾਂ, ਕੋਈ ਕੰਮ ਔਖਾ ਨਹੀਂ, ਪਰ ਖੇਚਲ ਕਰਨੀ ਪਊ। ਇਸ ਖੇਚਲ ਨੂੰ ਗੁਰੂ ਗ੍ਰੰਥ ਸਾਹਿਬ ਤਪ ਕਹਿੰਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਹ ਤਪ ਕਰਨਾ ਹੈ ਤੇ ਦੱਸੋ ਮੈਨੂੰ ਕੌਣ ਨਹੀਂ ਕਰ ਸਕਦਾ? ਹਰ ਕੋਈ ਕਰ ਸਕਦਾ। ਆਹ ਤਪ ਸੀ ਜਿਹੜਾ ਗੁਰੂ ਗ੍ਰੰਥ ਸਾਹਿਬ ਨੇ ਦੱਸਿਆ ਸੀ। ਇਹ ਕਹਿੰਦੇ ਬਿਨਾਂ ਗੱਲ ਤੋਂ ਸਰੀਰ ਨੂੰ ਤਪਾ ਦੇਣਾ, ਇਹ ਤੈਨੂੰ ਤਪਾਣ ਨੂੰ ਨਹੀਂ ਮਿਲਿਆ ਵੀ ਤੂੰ ਬੈਠਾ ਰਹਿ ਧੂਣੀਆਂ ਦੇ ਵਿੱਚ ਵੀ ਸਾੜ ਦੇ, ਇਹ ਤੈਨੂੰ ਸਾੜਨ ਨੂੰ ਮਿਲੀ ਹੈ ਚਮੜੀ ਕਿਤੇ, ਇਹ ਗਾਲਣ ਨੂੰ ਮਿਲਿਆ ਤੈਨੂੰ ਸਰੀਰ ਵੀ ਗਾਲ ਦੇ। ਕਿਉਂ ਗਾਲ? ਇਹ ਗਾਲਣ ਨੂੰ ਨਹੀਂ ਮਿਲਿਆ, ਜੇ ਤੇਰਾ ਦਿਲ ਕਰਦਾ ਖੇਚਲ ਕਰਨੀ ਹੋਈ ਹੈ, ਕਿਸੇ ਦੀ ਹੈਲਪ ਕਰਿਆ ਕਰ, ਕਿਸੇ ਦੀ ਮਦਦ ਕਰਿਆ ਕਰ। ਕਿਸੇ ਵੀ ਗਰੀਬ ਗੁਰਬੇ ਦੀ ਜਦੋਂ ਆਪਾਂ ਸੇਵਾ ਕਰਦੇ ਹਾਂ ਨਾ ਜੀ, ਉਹਦੇ ਲਈ ਆਪਾਂ ਨੂੰ ਖੇਚਲ ਕਰਨੀ ਪੈਂਦੀ ਹੈ। ਇਹ ਖੇਚਲ ਹੀ ਤਪ ਹੈ, ਗੁਰੂ ਘਰ ਦਾ ਤਪ ਦੱਸ ਰਿਹਾ, ਦੂਜੇ ਧਰਮਾਂ ਵਾਲਾ ਉਹ ਜਵਾਬ ਦੇਣ, ਮੈਂ ਗੁਰੂ ਘਰ ਦਾ ਤਪ ਦੱਸਦਾ, ਜਿਹੜਾ ਗੁਰਬਾਣੀ 'ਚ ਲਿਖਿਆ ਤਪ ਹੈ ਮੈਂ ਉਹ ਦੱਸਦਾ। ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ, ਕਹੋ ਨਾਨਕ ਬਾਂਹ ਲੁਡਾਈ ਹੈ। ਕਹਿੰਦੇ ਲੁੱਡੀਆਂ ਹੀ ਮਾਰਦਾ ਫਿਰੇਗਾ, ਆ ਨਿਆਣੇ ਨੀ ਨਿਆਣੇ, ਲੁੱਡੀਆਂ ਨੀ ਮਾਰਦੇ ਹੁੰਦੇ, ਕਈ ਵਾਰੀ ਬਹੁਤ ਖੁਸ਼ ਹੁੰਦੇ ਨੇ ਆਪਾਂ ਤੇ ਨੀ ਨਾ ਵੱਡੇ, ਹੁਣ ਜਿਵੇਂ ਜਿਉਂ ਜਿਉਂ ਬੰਦਾ ਵੱਡਾ ਹੋ ਜਾਂਦਾ ਹੈ, ਜਬ ਗਰੀਬੀ ਥੀ ਤਬ ਮਸਤੀ ਥੀ, ਬੇਸ਼ੱਕ ਨਾ ਮੇਰੀ ਹਸਤੀ ਥੀ, ਜਬ ਸ਼ੋਹਰਤ ਪੈਸਾ ਪਾਸ ਆਏ, ਮੈਂ ਇਨ ਦੋਨੋਂ ਕਾ ਹੋ ਬੈਠਾ, ਹਸਤੀ ਬੰਨੇ ਕੇ ਮੈਂ ਚੱਕਰ ਮੈਂ ਮੈਂ ਮਸਤੀ ਆਪਣੀ ਖੋ ਬੈਠਾ। ਨਿਆਣੇ ਵਾਲੀ ਮਸਤੀ ਤੇ ਨਹੀਂ ਨਾ ਆਪਣੇ ਕੋਲ, ਜਿਵੇਂ ਹੁਣ ਨਿਆਣਾ, ਤੁਸੀਂ ਐਂ ਕਰੋ ਨਿਆਣੇ ਨੂੰ 2 ਰੁਪਈਏ ਦੇ ਦਿਓ, ਫਿਰ ਟਪੂਸੀਆਂ ਹੀ ਮਾਰਦਾ ਜਾਂਦਾ, ਛਾਲਾ ਨਹੀਂ ਮਾਰਦਾ ਨਿਆਣਾ, ਉਹ ਲੁੱਡੀਆਂ ਮਾਰਦਾ ਨਿਆਣਾ, ਆਪਾਂ ਕਿੱਥੇ ਮਾਰਦੇ ਹਾਂ? ਹੁਣ ਆਪਾਂ ਸਿਆਣੇ ਹੋ ਗਏ, ਆਪਾਂ ਕਹਿੰਦੇ ਉਹ ਆਪਾਂ ਸਿਆਣੇ ਹੋ ਗਏ, ਆਪਾਂ ਨਹੀਂ ਨਾ ਇੱਦਾਂ ਕਰਾਂਗੇ। ਕਹਿੰਦੇ ਬਸ ਜੇ ਕਿਤੇ ਇੱਦਾਂ ਦੁਨੀਆਂ ਵਿੱਚ ਰਹਿ ਕੇ ਸੇਵਾ ਕਰੇ ਸਿੱਖਾ, ਤੇਰੀ ਸਾਰੀ ਜ਼ਿੰਦਗੀ ਲੁੱਡੀਆਂ ਮਾਰਦੇ ਦੀ ਹੋਈ ਲੰਘ ਜੂ। ਆਖੋ ਸਤਨਾਮ। ਹਾਂਜੀ ਹਾਂਜੀ, ਤੇਰੀ ਸੇਵਾ ਲੁੱਡੀਆਂ ਮਾਰਦੇ ਦੀ ਤੇਰੀ ਜ਼ਿੰਦਗੀ ਲੰਘ ਜਾਏਗੀ ਸਾਰੀ, ਭਾਵ ਕੇ ਖੁਸ਼ ਰਹੇਗਾ, ਸਦਾ ਹੀ ਚੜ੍ਹਦੀ ਕਲਾ 'ਚ ਰਹੇਗਾ ਜੇ ਸੇਵਾ ਕਰਦਾ ਹੈ। ਜੇ ਅਸਲੀ ਸੇਵਾ ਕਰ ਲਈ ਅਸਲੀ, ਆਹ ਤਪ ਮੈਨੂੰ ਤੁਹਾਡੇ 'ਚੋਂ ਕੋਈ ਦੱਸ ਦੇਵੇ, ਸਾਡੇ ਸਤਿਗੁਰਾਂ ਦੇ ਦਸੇ ਪਾਤਸ਼ਾਹੀਆਂ ਨੇ ਆਹ ਤਪ ਕੀਤਾ ਜਿਹੜਾ ਦੱਸਿਆ, ਸੇਵਾ ਕੀਤੀ ਹੈ ਹੱਥੀ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਇਆ ਜਥਾ, ਗੁਰਦੁਆਰਾ ਪਿੱਪਲੀ ਸਾਹਿਬ ਰੁਕ ਗਿਆ, ਦਰਸ਼ਨ ਕਰਨ ਵਾਸਤੇ ਆਏ ਨੇ ਗੁਰੂ ਅਰਜਨ ਦੇਵ ਜੀ ਦੇ ਅੰਦਰ ਭਾਵਨਾ ਲੈ ਕੇ।
ਪਿਆਰ ਲੈ ਕੇ ਆਏ ਕਿ ਸਤਿਗੁਰਾਂ ਦੇ ਦਰਸ਼ਨ ਕਰਨੇ ਨੇ, ਮਨ ਵਿੱਚ ਪਿਆਰ ਜਾਗਿਆ, ਸ਼ਰਧਾ ਬਣੀ, ਲੰਬੇ ਸਫ਼ਰ ਤੈਅ ਕਰਦੇ ਹੋਏ ਆ ਗਏ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ। ਦੀਦਾਰ ਕਰਕੇ ਆਈਏ, ਮਨ ਵਿੱਚ ਇੱਛਾ ਬਣੀ, ਪੰਥ ਨਿਹਾਰੇ ਕੰਮਣੀ, ਲੋਚਨ ਭਰੀ ਲੇ ਉਸਾਸਾ, ਔਰ ਨਾ ਭਿੱਜੈ ਪੱਗ ਨਾ ਖਿੱਸੈ ਹਰ ਦਰਸ਼ਨ ਕੀ ਆਸਾ। ਮਨ ਵਿੱਚ ਆਸ ਹੋਵੇ, ਚੰਗੇ ਪਾਸੇ ਤੁਰੀਏ, ਪਿਆਰ ਹੋਵੇ ਅੰਦਰ, ਦਰਸ਼ਨ ਕਰਨ ਵਾਸਤੇ ਸ਼ਰਧਾ ਭਾਵਨਾ ਮਨ ਵਿੱਚ ਪਿਆਰ ਲੈ ਕੇ ਦੂਰੋਂ ਚੱਲੇ, ਰਾਹ ਵਿੱਚ ਹੀ ਪ੍ਰਸ਼ਾਦਾ ਪਾਣੀ ਮਾੜਾ ਮੋਟਾ ਬਣਾ ਲੈਂਦੇ ਨੇ, ਪ੍ਰਸ਼ਾਦਾ ਥੋੜਾ ਬਹੁਤ ਬਣਾ ਲੈਣਾ ਤੇ ਛਕ ਲੈਣਾ। ਲੰਬੇ ਸਫ਼ਰ ਤਰ ਕਰਦੇ ਕਾਬਲ ਵੱਲੋਂ ਆਏ, ਕਰਨੇ ਨੇ ਦੀਦਾਰੇ ਸਤਿਗੁਰ ਮੇਰੇ ਦੇ, ਛੇਤੀ ਛੇਤੀ ਮੁੱਕ ਪੈਂਡਿਆ, ਅਸੀਂ ਕਰਨੇ ਨੇ ਦੀਦਾਰੇ ਸਤਿਗੁਰ ਮੇਰੇ, ਛੇਤੀ ਛੇਤੀ ਮੁੱਕ ਪੈਂਡਿਆ, ਮੁੱਕ ਪੈਂਡਿਆ, ਅਸੀਂ ਕਰਨੇ ਦੀਦਾਰੇ ਸਤਿਗੁਰ ਮੇਰੇ, ਛੇਤੀ ਛੇਤੀ ਮੁੱਕ ਪੈਂਡਿਆ। ਬੋਲਿਆ ਕਰੋ ਸਾਰੇ, ਅਸੀਂ ਕਰਨੇ ਨੇ ਦੀਦਾਰੇ ਮੇਰੇ ਦੇ, ਦੀਦਾਰੇ ਛੇਤੀ ਛੇਤੀ ਮੁੱਕ ਪੈਂਡਿਆ, ਅੱਜ ਕਰਨੇ ਨੇ ਦੀਦਾਰੇ ਛੇਤੀ ਛੇਤੀ ਮੁੱਕ ਪੈਂਡਿਆ, ਸਤਿਗੁਰ ਮੇਰੇ ਦੇ। ਬੋਲੋ ਸਾਰੇ, ਬੋਲੋ ਸਾਰੇ, ਸਤਿਗੁਰ ਮੇਰੇ ਦੇ, ਛੇਤੀ ਛੇਤੀ ਭੈਣਾ ਪੜੋ ਭੈਣਾ, ਕਰਨੇ ਨੇ ਦੀਦਾਰੇ ਸਤਿਗੁਰ ਮੇਰੇ। ਛੇਤੀ ਛੇਤੀ ਮੁੱਕ ਪੈਂਡਿਆ, ਬਾਬਾ ਬਾਬਾ ਛੇਤੀ ਛੇਤੀ ਮੁੱਕ ਪੈਂਡਿਆ, ਬਾਬਾ ਬਾਬਾ ਛੇਤੀ ਛੇਤੀ ਮੁੱਕ ਪੈਂਡਿਆ, ਬਾਬਾ ਬਾਬਾ ਛੇਤੀ ਛੇਤੀ ਮੁੱਕ ਪੈਂਡਿਆ, ਕੀ ਬਾਬਾ ਬਾਬਾ ਛੇਤੀ ਛੇਤੀ ਮੁੱਕ ਪੈਂਡਿਆ।
ਅਰਦਾਸਾਂ ਕਰਦੇ ਤੁਰੇ ਜਾਂਦੇ ਖੇਤੀ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਕਰੀਏ ਦੀਦਾਰ ਕਰੀਏ ਸਭ ਸੰਗਤਾਂ ਆਈਆਂ ਦਰਸ਼ਨ ਸੰਗਤਾਂ ਆਈਆਂ ਦਰਸ਼ਨ ਨੂੰ ਆਈਆਂ ਦਰਸ਼ਨ ਨੂੰ ਦਰਸ਼ਨ ਗੁਰਮੇਰ ਸਭ ਸੰਗਤਾਂ ਆਈਆਂ ਦਰਸ਼ਨ ਦਿਓ ਮਹਾਰਾਜ ਪਿਆਰ ਨਾਲ ਸ਼ਰਧਾ ਨਾਲ ਆਏ ਦੀਦਾਰ ਕਰਨ ਵਾਸਤੇ ਆਏ ਤੇ ਜਦੋਂ ਪਿਪਲੀ ਸਾਹਿਬ ਪਹੁੰਚੇ ਉਹ ਅਸਥਾਨ ਹੁਣ ਬਣਿਆ ਬਾਅਦ ਵਿੱਚ ਰੜੇ ਮੈਦਾਨ ਵਿੱਚ ਪੈ ਗਏ ਕਹਿੰਦੇ ਸ਼ਾਮ ਪੈ ਗਈ ਰਾਤ ਪੈ ਗਈ ਹੁਣ ਤੇ ਦਰਸ਼ਨ ਵੀ ਨਹੀਂ ਹੋਣੇ ਗੁਰੂ ਸਾਹਿਬ ਦੇ ਦਰਬਾਰ ਬੰਦ ਹੋ ਗਿਆ ਹੋਣਾ ਹੈ ਹੁਣ ਦੀਦਾਰ ਨਹੀਂ ਹੋਣੇ ਉੱਥੇ ਹੀ ਕਹਿੰਦੇ ਚਲੋ ਅੱਜ ਇੱਥੇ ਹੀ ਡੇਰਾ ਲਾ ਲਓ ਥੱਕ ਇੰਨੇ ਗਏ ਨੇ ਪ੍ਰਸ਼ਾਦਾ ਬਣਾਓ ਬਈ ਸੇਵਾ ਕਰੀ ਪ੍ਰਸ਼ਾਦਾ ਬਣਾਓ ਹਿੰਮਤ ਨਹੀਂ ਕਿਸੇ ਵਿੱਚ ਥੱਕੇ ਪਏ ਨੇ ਬਸ ਜਿੱਥੇ ਜਿਹਨੂੰ ਜਗ੍ਹਾ ਮਿਲੀ ਐਂ ਪੈ ਗਿਆ ਧਰਤੀ ਉੱਤੇ ਹੀ ਬਜ਼ੁਰਗ ਨੇ ਵਿੱਚ ਕਈ ਲੰਬੇ ਸਫ਼ਰ ਤੈਅ ਕਰਕੇ ਆਏ ਭਾਵਨਾ ਲੈ ਕੇ ਆਏ ਭੁੱਖ ਬਹੁਤ ਲੱਗੀ ਹੈ ਪਰ ਪ੍ਰਸ਼ਾਦਾ ਬਣਾਉਣ ਦੀ ਹਿੰਮਤ ਨਹੀਂ ਪ੍ਰਸ਼ਾਦਾ ਬਣਾਉਣ ਵਾਸਤੇ ਖੇਚਲ ਕਰਨੀ ਪੈਣੀ ਹੈ ਹਿੰਮਤ ਕਰਨੀ ਪੈਣੀ ਥੱਕ ਬਹੁਤੇ ਗਏ ਇਦਾਂ ਹੀ ਡਿੱਗ ਪਏ ਕਹਿੰਦੇ ਸਵੇਰੇ ਹੀ ਦਰਸ਼ਨ ਕਰਾਂਗੇ ਫੇਰ ਹੀ ਛਕਾਂਗੇ ਸੰਗਤਾਂ ਭੁੱਖੀਆਂ ਸਤਿਗੁਰਾਂ ਨੂੰ ਨੀਂਦਰ ਕਿਵੇਂ ਆ ਜਾਂਦੀ ਬੜੀ ਮਿਹਨਤ ਕਰਕੇ ਗਏ ਜਾਣ ਜਾਣ ਵਿੱਚ ਫਰਕ ਹੈ ਜਾਂਦੇ ਤੇ ਸਾਰੇ ਜਿਵੇਂ ਫਤਿਹਗੜ੍ਹ ਸਾਹਿਬ ਮੈਂ ਦੀਵਾਨ 'ਚ ਬੇਨਤੀ ਕੀਤੀ ਸੀ ਕਿ ਜਿਸ ਦਿਨ ਅਸੀਂ ਫਤਿਹਗੜ੍ਹ ਸਾਹਿਬ ਲਾਣ ਗਏ ਨਾ ਦੀਵਾਨ ਰਾਤ ਦਾ ਪਹਿਲਾ ਦੀਵਾਨ 26 ਨੂੰ ਤੇ ਰਾਹ ਵਿੱਚ ਵੇਖਿਆ ਟਰਾਲੀ ਦੇ ਵਿੱਚ 5-6 ਨੌਜਵਾਨ ਤਾਸ਼ ਖੇਡਦੇ ਜਾ ਰਹੇ ਸੀ ਉੱਤੇ ਛੱਤ ਸੀ ਤੇ ਤਾਸ਼ ਖੇਡਦੇ ਟਰਾਲੀ 'ਚ ਜਾਂਦੇ ਸੀ ਮੈਂ ਇੱਕਦਮ ਵੇਖਿਆ ਮੈਂ ਕਿਹਾ ਹੱਦ ਹੋ ਗਈ ਆਹ ਕੀ ਪਰ ਅਜੇ 2-3 ਕਿੱਲੇ ਹੀ ਲੰਘੇ ਅਸੀਂ ਟਰਾਲੀ ਨੂੰ ਪਾਸ ਕੀਤਾ ਅੱਗੇ ਵੇਖਿਆ 8-10 ਨੌਜਵਾਨ ਨੰਗੇ ਪੈਰੀ ਵਾਹਿਗੁਰੂ ਵਾਹਿਗੁਰੂ ਜਪਦੇ ਉਹ ਵੀ ਜਾ ਰਹੇ ਸੀ ਜਾ ਰਹੇ ਨੇ ਸਾਰੇ ਪਰ ਜਾਣ ਜਾਣ ਵਿੱਚ ਭਾਵਨਾ 'ਚ ਫਰਕ ਹੈ ਪਿਆਰ 'ਚ ਫਰਕ ਹੈ ਸ਼ਰਧਾ 'ਚ ਫਰਕ ਹੁੰਦਾ ਕੋਈ ਕਿਵੇਂ ਜਾਂਦਾ ਕੋਈ ਕਿਵੇਂ ਜਾਂਦਾ ਜੇ ਜਾਣਾ ਜੇ ਸਿੱਖਣ ਜਾਣਾ ਕੁਝ ਲੈਣ ਜਾਣਾ ਸਮਝਣ ਜਾਣਾ ਜਾਓ ਵੀ ਸਤਿਗੁਰੂ ਇੱਥੇ ਕੀ ਸਮਝਾ ਕੇ ਗਏ ਕੀ ਸਿੱਖਿਆ ਦਿੱਤੀ ਆਪਾਂ ਕੇਸਗੜ੍ਹ ਸਾਹਿਬ ਗਏ ਹੋ ਮਨਾ ਆਹ ਧਰਤੀ ਹੈ ਜਿੱਥੇ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਦਿੱਤੀ ਨਾ ਹੀ ਇਹਦਾ ਕੇਸਗੜ੍ਹ ਰੱਖ ਦਿੱਤਾ ਇੱਥੇ ਗੁਰੂ ਗੋਬਿੰਦ ਸਿੰਘ ਨੇ ਕਿਰਪਾ ਕੀਤੀ ਹੈ ਮਨਾ ਅੱਜ ਤੋਂ ਬਾਅਦ ਆਪਾਂ ਨਹੀਂ ਕੇਸ ਕੱਟਦੇ ਜਾਣਾ ਸਫਲ ਹੋ ਗਿਆ ਇਹਨੂੰ ਕਹਿੰਦੇ ਯਾਤਰਾ ਸਫਲ
ਪੌੜੀ ਸਾਹਿਬ ਚਲੇ ਗਏ 84 ਕੱਟੀ ਜਾਂਦੀ ਹੈ ਜੀ 84 ਕੱਟੀ ਜਾਂਦੀ ਹੈ ਉਹ ਤਾਂ ਉਹਦਾ ਮਤਲਬ ਕੀ ਹੈ ਵੀ ਸਾਂਝਾ ਖੂਹ ਹੈ ਪਹਿਲਾਂ ਖੂਹ ਲੋਕਾਂ ਨੇ ਵੰਡੇ ਹੋਏ ਸੀ ਵੱਡੀਆਂ ਜਾਤਾਂ ਵਾਲੇ ਇਹ ਖੂਹ 'ਚ ਪਾਣੀ ਭਰਨਗੇ ਨਹਾਉਣਗੇ ਦੂਜਾ ਦੂਜੇ ਖੂਹ 'ਚ ਤੀਜਾ ਏਦਾਂ ਛੋਟੇ ਛੋਟੀਆਂ ਜਾਤਾਂ ਵਾਲਿਆਂ ਦੇ ਖੂਹ ਅੱਡ ਸੀ ਸਤਿਗੁਰਾਂ ਨੇ ਖੂਹ ਬਣਾਇਆ ਬੌਲੀ ਸਾਹਿਬ ਬਣਾਈ ਮਹਾਰਾਜ ਇਹ ਕਿਹਦਾ ਖੂਹ ਹੈ ਮਹਾਰਾਜ ਕਹਿੰਦੇ ਨਾ ਇਹ ਖੱਤਰੀਆਂ ਦਾ ਨਾ ਵੈਸਾਂ ਦਾ ਨਾ ਇਹ ਬ੍ਰਾਹਮਣਾਂ ਦਾ ਨਾ ਇਹ ਸ਼ੂਦਰਾਂ ਦਾ ਕਹਿੰਦੇ ਮਹਾਰਾਜ ਫਿਰ ਖੂਹ ਕਿਹਦਾ ਕਹਿੰਦੇ ਸਾਰਿਆਂ ਦਾ ਸਾਂਝਾ ਜਿਹੜਾ ਮਰਜ਼ੀ ਆਵੇ ਪਾਣੀ ਭਰ ਕੇ ਲੈ ਜੇ ਸਾਂਝਾ ਖੂਹ ਬਣਾ ਦਿੱਤਾ ਮਹਾਰਾਜ ਨੇ ਤੇ ਆਪਾਂ ਗਏ ਬੌਲੀ ਸਾਹਿਬ ਆਪਾਂ ਉੱਥੇ ਜਾ ਕੇ ਸਾਂਝੀ ਵਾਲਤਾ ਦਾ ਉਪਦੇਸ਼ ਲੈ ਆਏ ਆਪਾਂ ਕੀ ਕਿਹਾ ਅੱਜ ਤੋਂ ਬਾਅਦ ਮਨਾ ਆਪਾਂ ਵੀ ਇਦਾਂ ਵਿਤਕਰੇ ਜੇ ਨਹੀਂ ਕਰਿਆ ਕਰਨੇ ਸਾਰਿਆਂ ਵਿੱਚ ਹੀ ਰੱਬ ਵੱਸਦਾ ਹੈ ਤੇ ਸਮਝ ਲਓ ਸਾਡੀ ਯਾਤਰਾ ਸਫਲ ਹੋ ਗਈ ਜੇ ਆ ਕੇ ਆਪਾਂ ਫੇਰ ਉਦਾਂ ਹੀ ਫਰਕ ਰੱਖਦੇ ਹਾਂ ਫਿਰ ਸਾਡੀ ਯਾਤਰਾ ਕਾਹਦੀ ਸਫਲ ਹੈ ਜੇ ਫਿਰ ਵੀ ਆ ਛੋਟੀ ਜਾਤ ਦਾ ਵੱਡੀ ਜਾਤ ਦਾ ਭਰਮ ਸਾਡੇ ਅੰਦਰ ਉਵੇਂ ਹੀ ਰਹਿਣੇ ਨੇ ਫਿਰ ਸਾਡੀ ਯਾਤਰਾ ਕਾਹਦੀ ਸਫਲ ਹੈ ਇਦਾਂ ਅਸਥਾਨਾਂ ਤੇ ਜਾਣਾ ਹੈ ਪਰ ਉੱਥੋਂ ਜੋ ਉਪਦੇਸ਼ ਲੈ ਕੇ ਆਉਣਾ ਹੈ ਉਹਨੂੰ ਪੱਲੇ ਬੰਨ੍ਹ ਕੇ ਲਿਆਉਣਾ ਹੁੰਦਾ ਹੈ ਸਮਝਣਾ ਹੁੰਦਾ ਹੈ ਤਾਂ ਲਾਭ ਹੈ ਸੁੱਤੇ ਨਹੀਂ ਜਾਣਾ ਮੈਂ ਜਿਵੇਂ ਬੇਨਤੀ ਕੀਤੀ ਸਾਵਧਾਨ ਹੋਈਏ ਵੀ ਮੈਂ ਜਿਹੜੇ ਤੀਰਥ ਤੇ ਚੱਲਿਆ ਮੈਂ ਸਿੱਖਣਾ ਕੀ ਹੈ ਸਾਵਧਾਨ ਨਾ ਹੋਵਾਂਗੇ ਤੇ ਮਾਫ ਕਰਨਾ ਇੱਥੇ ਵੀ ਆਏ ਆ ਦੋ ਚਾਰ ਘੰਟਾ ਦੋ ਘੰਟੇ ਬਹਿ ਕੇ ਲੰਗਰ 'ਚ ਪ੍ਰਸ਼ਾਦਾ ਛੱਕ ਕੇ ਮੁੜ ਗਏ ਕੁਛ ਨਹੀਂ ਪੱਲੇ ਪੈਂਦਾ ਜੇ ਸਾਵਧਾਨ ਹੋ ਕੇ ਜਾਵਾਂਗੇ ਹਰੇਕ ਅਸਥਾਨ ਤੋਂ ਸਿੱਖਿਆ ਮਿਲਦੀ ਹੈ ਉਹ ਸਿੱਖਿਆ ਲੈ ਕੇ ਆਉਣੀ ਹੁੰਦੀ ਹੈ ਜਾਣਾ ਜ਼ਰੂਰ ਹੈ ਪਰ ਜਾਣ ਜਾਣ ਵਿੱਚ ਫਰਕ ਹੈ ਭਾਵਨਾ ਦਾ ਫਰਕ ਹੈ ਤੇ ਹੁਣ ਜਦੋਂ ਉਹ ਸੰਗਤਾਂ ਜਿੱਥੇ ਕੋਈ ਪਿਆ ਸੀ ਉੱਥੇ ਹੀ ਪੈ ਗਿਆ ਕਹਿੰਦੇ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਮਾਤਾ ਗੰਗਾ ਨੂੰ ਠਾ ਲਿਆ ਘਰੋਂ ਬੀਬੀ ਹੈ ਮਾਤਾ ਗੰਗਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਾਤਾ ਹੈ ਗੁਰੂ ਰਾਮਦਾਸ ਜੀ ਦੀ ਨੂੰਹ ਲੱਗਦੀ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦਾਦੀ ਲੱਗਦੀ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਪੜਦਾਦੀ ਲੱਗਦੀ ਮਾਤਾ ਗੰਗਾ ਠਾਇਆ ਕਹਿੰਦੇ ਗੰਗਾ ਉੱਠ ਬਈ ਸੇਵਾ ਦਾ ਮੌਕਾ ਹੈ ਫਟਾਫਟ ਕਰੋ ਲੰਗਰ 'ਚ ਚੱਲੀਏ ਲੰਗਰ 'ਚ ਗਏ ਵੱਡਾ ਸਾਰਾ ਦੇਗਾ ਚੁੱਕਿਆ ਫਟਾਫਟ ਦਾਲ ਧਰ ਲਈ ਝੋਕਾ ਮਹਾਰਾਜ ਆਪ ਲਾ ਕੇ ਆਟਾ ਗੁੰਨਦੇ ਨੇ ਨਾਲ ਹੀ ਸੱਚੇ ਪਾਤਸ਼ਾਹ ਪ੍ਰਸ਼ਾਦੇ ਬਣਾਈ ਦਾਲ ਬਣਦੀ ਬਣਦੀ ਉੱਧਰ ਫਟਾਫਟ ਪ੍ਰਸ਼ਾਦੇ ਬਣ ਗਏ ਜਦੋਂ ਚਾਹ ਹੋਵੇ ਨਾ ਫਿਰ ਇਦਾਂ ਹੀ ਹੁੰਦਾ ਹੈ ਕਈ ਸੁਚੱਜੇ ਹੁੰਦੇ ਨੇ ਕਈ ਬੀਬੀਆਂ ਸੁਚੱਜੀਆਂ ਹੁੰਦੀਆਂ ਨੇ ਸੁਚੱਜੀ ਬੀਬੀ ਦਸ ਬੰਦਿਆਂ ਦਾ ਪ੍ਰਸ਼ਾਦਾ ਬਣਾਉਣਾ ਹੋਵੇ ਤੁਸੀਂ ਫੋਨ ਕਰਦੇ ਹੋ ਵੀ ਬੀਬੀ ਜੀ ਪ੍ਰਸ਼ਾਦਾ ਛਕਣਾ ਹੈ ਜਦ ਭਾਈ ਕਹਿੰਦਾ ਵੀ ਘਰ ਵਾਲੀ ਨੂੰ ਵੀ ਮੇਰੇ ਨਾਲ ਅੱਜ 8-10 ਜਣੇ ਸਿੰਘ ਪਾ ਕੇ ਪ੍ਰਸ਼ਾਦਾ ਬਣਾਓ ਉਹਨੇ ਪਤਾ ਵੀ ਨਹੀਂ ਲੱਗਣ ਦੇਣਾ ਕੁਚੱਜੀ ਨੇ ਕੁਚੱਜ ਪਾ ਲੈਣਾ ਆਟਾ ਹੀ ਖਿਲਾਰੀ ਜਾਏਗੀ ਸਾਰੇ ਰਸੋਈ 'ਚ ਗਾਹ ਪੈ ਜੂ ਉਹ 10 ਬੰਦਿਆਂ ਦੀ ਰੋਟੀ ਕੁਚੱਜ ਪੈ ਜਾਣਾ ਕੁਚੱਜੀਆਂ ਦਾ ਇਹੀ ਕੰਮ ਹੁੰਦਾ ਹੈ ਸੁਚੱਜੀ ਬੀਬੀ ਦਾ ਪਤਾ ਹੀ ਨਹੀਂ ਲੱਗਦਾ ਸੁਚੱਜੀ ਨੇ ਧਿਆਨ ਰੱਖਿਓ ਘਰ 'ਚ ਸਾਰਾ ਕੰਮ ਕਰਨਾ ਪਤਾ ਨਹੀਂ ਲੱਗਦਾ ਤੇ ਕੁਚੱਜੀ ਨੂੰ ਦੋ ਬੰਦਿਆਂ ਦੀ ਰੋਟੀ ਬਣਾਉਣੀ ਹੋਵੇ ਗਾਹ ਪੈ ਜਾਂਦਾ ਆਟਾ ਹੀ ਖਿਲਾਰਦੇ ਕਦੇ ਕੁਛ ਉਹਦੇ ਹਿਸਾਬ 'ਚ ਹੀ ਨਹੀਂ ਆਉਂਦਾ ਮਾਫ ਕਰਨਾ ਜੀ ਮਾਫੀ ਮੰਗ ਕੇ ਬੇਨਤੀ ਕਰਦਾ ਫਿਰ ਇਹ ਉਦੋਂ ਹੀ ਪਤਾ ਲੱਗਦਾ ਨਾ ਵੀ ਫੈਸ਼ਨ ਹੀ ਕੀਤੇ ਨੇ ਸਿੱਖਿਆ ਨਹੀਂ ਹਾਂਜੀ ਹਾਂਜੀ ਸਿੱਖਿਆ ਨਹੀਂ ਨਾ
ਭਰਜਾਈਆਂ ਤੋਂ ਮਾਂ ਤੋਂ ਦਾਦੀ ਤੋਂ ਸਿਆਣੀਆਂ ਕੋਲ ਬਹਿ ਕੇ ਸਿੱਖਿਆ ਨਹੀਂ ਵੀ ਰੋਟੀ ਪਾਣੀ ਕਿਵੇਂ ਬਣਦਾ ਹੈ। ਸੁਚੱਜਿਆਂ ਦਾ ਫਰਕ ਹੈ, ਪੁਚੱਜੇ ਵੀ ਹੁੰਦੇ ਨੇ ਸੁਚੱਜੇ ਵੀ ਹੁੰਦੇ ਨੇ, ਬੀਬੀਆਂ ਦੀ ਗੱਲ ਨਹੀਂ ਭਾਈਆਂ ਦੀ ਵੀ ਗੱਲ ਹੈ। ਪਰ ਹਾਂਜੀ ਇੱਕ ਗੱਲ ਇਹ ਵੀ ਕਹਿੰਦੇ ਹਾਂ, ਹਰ ਬੰਦਾ ਸਮਝਦਾ ਆਪਣੇ ਆਪ ਨੂੰ ਸੁਚੱਜਾ ਹੀ ਹੁੰਦਾ ਹੈ। ਆਖੋ ਸਤਨਾਮ। ਇਹ ਜਿੰਨੀਆਂ ਨੇ ਨਾ, ਚਾਹੇ ਸੱਸਾਂ ਚਾਹੇ ਨੂੰਹਾਂ, ਸਾਰੀਆਂ ਨੇ ਆਪਣੇ ਨਹੀਂ, ਮੈਂ ਤੇ ਸੁਚੱਜੀ ਹਾਂ। ਆਪਣੇ ਆਪ ਨੂੰ ਬੰਦਾ ਸੁਚੱਜਾ ਹੀ ਸਮਝਦਾ ਹੁੰਦਾ, ਫਟਾਫਟ ਪ੍ਰਸ਼ਾਦਾ ਬਣ ਗਿਆ, ਪ੍ਰਸ਼ਾਦਾ ਬਣਾ ਕੇ ਦਾਲ ਪਾ ਕੇ ਬਾਲਟੇ ਚ ਫਟਾਫਟ ਪ੍ਰਸ਼ਾਦੇ ਬਣੇ, ਟੋਕਰਾ ਸਿਰ ਤੇ ਚੁੱਕ ਲਿਆ, ਟੋਕਰਾ ਸਿਰ ਤੇ ਨਾਲ ਹੀ ਲੈ ਕੇ ਫਟਾਫਟ ਚਲੋ ਬਈ ਪਹੁੰਚ ਗਏ। ਏਦਾਂ ਸੰਗਤਾਂ ਸਾਰੀਆਂ ਲੰਮੀਆਂ ਪਈਆਂ ਨੇ, ਹੁਣ ਇਹ ਖੇਚਲ ਹੈ ਜੀ, ਇਹ ਖੇਚਲ ਇਹਦੇ ਲਈ ਕਰਨੀ ਪੈਂਦੀ ਹੈ, ਇਹਨੂੰ ਤਪ ਕਹਿੰਦੇ। ਆਹ ਤਪ ਹੈ ਗੁਰੂ ਘਰ ਦਾ ਭਾਈ, ਭੁੱਲ ਨਾ ਜਾਇਓ। ਜਪ ਗੁਰਬਾਣੀ ਨੂੰ ਸਮਝੋ, ਜਪ ਸਮਝੋ, ਜਪ ਫਿਰ ਅੱਗੇ ਤਪ, ਜੋ ਸਮਝਿਆ ਇਹਨੂੰ ਮੰਨ ਲੈ, ਇਹਨੂੰ ਮੰਨਣਾ ਹੀ ਤਪ ਹੈ। ਗੁਰਬਾਣੀ ਨੂੰ ਸਮਝ ਤੇ ਲਏਗਾ, ਉਹਦੇ ਤੇ ਚੱਲਣ ਲਈ ਤੈਨੂੰ ਖੇਚਲ ਕਰਨੀ ਪਊ, ਉਹ ਖੇਚਲ ਤੇਰਾ ਤਪ ਹੈ। ਫਿਰ ਸਮਝ ਲਓ, ਜਪ ਗੁਰਬਾਣੀ ਨੂੰ ਸਮਝੋ ਤੇ ਸਮਝ ਕੇ ਉਹਦੇ ਤੇ ਪਹਿਰਾ ਦਿਓ ਪੂਰਾ, ਇਹ ਤਪ ਹੈ। ਪਹਿਰਾ ਦੇਣ ਲਈ ਖੇਚਲ ਕਰਨੀ ਪੈਣੀ, ਮਾਫ ਕਰਨਾ ਲੜਨਾ ਵੀ ਪੈਣਾ ਦੁਨੀਆ ਨਾਲ, ਬਸ ਇਹ ਤਪ ਹੈ, ਇਹ ਤਪ ਕਮਾਉਣਾ ਚਾਹੀਦਾ। ਪਰ ਜਪ ਤਪ ਸੰਜਮ ਧਰਮ ਨਾ ਕਮਾਇਆ, ਜਿਹੜੇ ਦੱਸੇ ਸੀ ਪਰਹੇਜ਼ ਸੰਜਮ ਰੱਖੇ ਨਹੀਂ ਪਰਹੇਜ਼, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਜਾਣਿਆ ਹੀ ਨਹੀਂ, ਸਮਝ ਹੀ ਨਹੀਂ ਲੱਗੀ। ਹਾਂਜੀ ਜਦੋਂ ਮਹਾਰਾਜ ਗਏ ਇਹ ਤਪ ਹੋਇਆ ਐਸਾ, ਲਓ ਬਈ ਆਵਾਜ਼ ਦਿੱਤੀ ਸਤਨਾਮ ਵਾਹਿਗੁਰੂ ਦਾ, ਆਵਾਜ਼ਾਂ ਲੱਗ ਗਿਆ, ਕਰੀਏ ਸੇਵਾ ਭਾਈ ਆਓ, ਲੰਗਰ ਲੱਗ ਗਏ। ਤੁਹਾਨੂੰ ਚੇਤਾ ਹੈ ਜੀ, ਸਾਡੇ ਦੋ ਸਾਕੇ ਨੇ, ਇੱਕ ਸਾਕਾ ਨਨਕਾਣਾ ਸਾਹਿਬ ਦਾ ਤੇ ਦੂਜਾ ਸਾਕਾ ਪੰਜਾ ਸਾਹਿਬ ਦਾ, ਦੋ ਸਾਕੇ ਬੜੇ ਮਸ਼ਹੂਰ ਨੇ। ਜਿਹੜਾ ਪੰਜਾ ਸਾਹਿਬ ਦਾ ਸਾਕਾ ਹੋਇਆ, ਲੰਗਰਾਂ ਦੀਆਂ ਗੱਲਾਂ ਨੇ, ਲੰਗਰਾਂ ਦੀਆਂ, ਜਿਹੜਾ ਪੰਜਾ ਸਾਹਿਬ ਦਾ ਸਾਕਾ ਹੋਇਆ ਉਹ ਮਹੰਤ ਕਰਮ ਸਿੰਘ ਸੀ ਸਾਰਿਆਂ ਤੋਂ ਅੱਗੇ, ਤੇ ਭਾਈ ਪ੍ਰਤਾਪ ਸਿੰਘ। ਅਟਕ ਜੇਲ੍ਹ ਵਿੱਚ ਸਿੰਘਾਂ ਨੂੰ ਲਿਜਾਇਆ ਜਾ ਰਿਹਾ ਸੀ, ਧਰਮ ਯੁੱਧ ਮੋਰਚਾ ਲੱਗਿਆ ਉਦੋਂ, ਗੁਰੂ ਕੇ ਬਾਗ ਦਾ ਮੋਰਚਾ ਸੀ। ਅਟਕ ਜੇਲ੍ਹ ਵਿੱਚ ਲੈ ਕੇ ਚੱਲੇ ਨੇ, ਅੰਗਰੇਜ਼ਾਂ ਦਾ ਰਾਜ ਸੀ, ਸਿੰਘਾਂ ਨੂੰ ਫੜਿਆ, ਟ੍ਰੇਨ ਭਰ ਲਈ, ਟ੍ਰੇਨ ਭਰ ਕੇ ਲੈ ਚੱਲੇ। ਹਸਨ ਅਬਦਾਲ ਸਟੇਸ਼ਨ ਹੈ ਪੰਜਾ ਸਾਹਿਬ ਤੇ ਗੁਰਦੁਆਰੇ ਦਾ ਨਾਂ ਹੈ, ਸਟੇਸ਼ਨ ਦਾ ਨਾਂ ਹੈ ਹਸਨ ਅਬਦਾਲ, ਹੁਣ ਪਾਕਿਸਤਾਨ 'ਚ। ਕਹਿੰਦੇ ਜੀ ਸਿੰਘ ਜਾ ਰਹੇ ਨੇ, ਟ੍ਰੇਨ ਭਰੀ ਹੋਈ ਹੈ ਨੇ ਭੁੱਖੇ, ਮਹੰਤ ਪ੍ਰਤਾਪ ਸਿੰਘ, ਮਹੰਤ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਗੁਰਦੁਆਰੇ ਆਏ, ਸਾਰੀ ਸੰਗਤ ਨੂੰ ਇਕੱਠਿਆਂ ਕੀਤਾ, ਕਹਿੰਦੇ ਸੇਵਾ ਦਾ ਮੌਕਾ, ਸਿੰਘ ਭੁੱਖੇ ਨੇ, ਮੋਰਚਾ ਲਾਇਆ ਹੋਇਆ ਸੀ, ਭੁੱਖਿਆਂ ਨੂੰ ਲੈ ਕੇ ਚੱਲੇ ਨੇ ਜੇਲ੍ਹ ਵਿੱਚ, ਤੇ ਟ੍ਰੇਨ ਲੰਘਣੀ ਹੈ ਆਪਣੇ ਸ਼ਹਿਰ ਵਿੱਚੋਂ, ਆਪਾਂ ਸੇਵਾ ਕਰੀਏ, ਪ੍ਰਸ਼ਾਦਾ ਛਕਾਈ। ਇੱਕ ਗੱਲ ਹੋਰ ਨਾ ਭੁੱਲਿਓ, ਰੱਜਿਆਂ ਨੂੰ ਰਜਾਉਣਾ ਸੇਵਾ ਨਹੀਂ ਹੁੰਦੀ, ਸੇਵਾ ਹੁੰਦੀ ਹੈ ਕਿਸੇ ਭੁੱਖੇ ਨੂੰ ਛਕਾਉਣਾ, ਆ ਵੀ ਨਾ ਭੁੱਲਿਓ ਗੱਲ, ਇਹ ਦਿਮਾਗ 'ਚ ਭਾ ਲਓ।
ਸਭਾ ਤੇ ਲੰਗਰ ਲਾਇਆ ਸੀ। ਅੱਛਾ ਜੀ ਪੁੱਛਦਾ, ਅੱਛਾ ਫੇਰ ਬਈ ਬੜੀ ਸੇਵਾ ਕੀਤੀ। ਅੱਛਾ ਕਿਵੇਂ? ਬਸ ਗੱਡੀ ਦੇ ਵਿੱਚ ਲਓ ਜੀ। ਅਗਲਾ ਕਹਿੰਦਾ ਨਾ ਜੀ ਮੈਂ ਪਿੱਛੇ ਚਾਰ ਲੰਗਰਾਂ ਚੋਂ ਖਾ ਕੇ ਆਇਆ, ਮੇਰੇ ਢਿੱਡ 'ਚ ਜਾਂਦਾ ਨਹੀਂ ਹੁਣ ਕੁਛ। ਨਾ ਜੀ ਨਾ ਤੈਨੂੰ ਛਕਾਉਣਾ ਹੀ ਛਕਾਉਣਾ ਹੈ। ਅਗਲਾ ਕਹਿੰਦਾ ਮੇਰੇ ਢਿੱਡ 'ਚ ਜਾਂਦਾ ਨਹੀਂ, ਮੇਰੇ ਤੇ ਉਂਗਲ ਨਹੀਂ ਖੁੱਭਦੀ, ਤੂੰ ਰਹਿਣ ਦੇ, ਅਸੀਂ ਤੇ ਛਕਾਵਾਂਗੇ। ਅਗਲੇ ਦਾ ਦਿਲ ਨਹੀਂ ਸੀ ਕਰਦਾ, ਧੱਕੇ ਨਾਲ ਗੱਡੀ 'ਚ ਸਿੱਟਤਾ, ਧੱਕੇ ਨਾਲ ਫੜਾਤਾ, ਥੋੜਾ ਜਿਹਾ ਲੈ ਲਓ ਥੋੜਾ ਜਿਹਾ ਲੈ ਲਓ, ਧੱਕੇ ਨਾਲ ਖਵਾਇਆ, ਰੱਜਿਆਂ ਨੂੰ ਰਜਾਇਆ। ਸੇਵਾ ਤੇ ਸੀ ਭੁੱਖੇ ਨੂੰ ਛਕਾਉਣਾ, ਰੱਜਿਆਂ ਨੂੰ ਰਜਾਉਣਾ ਸੇਵਾ ਨਹੀਂ ਹੁੰਦੀ। ਸੇਵਾ ਹੈ ਲੋੜਵੰਦ ਦੀ ਸੇਵਾ ਕਰੋ, ਜਿਹਨੂੰ ਲੋੜ ਹੈ ਇਹ ਸੇਵਾ ਹੁੰਦੀ। ਚਾਹੀਦਾ ਸੇਵਾ ਕਰਨੀ ਪਰ ਉੱਥੇ ਜਿੱਥੇ ਜ਼ਰੂਰਤ ਹੈ। ਪਰ ਸਾਡੇ ਪਤਾ ਕੀ ਹੈ, ਬੌਲ ਚੜ੍ਹ ਜਾਂਦਾ ਸਾਨੂੰ, ਜਿਹੜੇ ਪਾਸੇ ਹੋ ਜਾਂਦੇ ਆਪਾਂ ਕਮਲਿਆਂ ਵਾਂਗੂ ਹੋ ਜਾਂਦੇ ਹਾਂ, ਫਿਰ ਆਪਾਂ ਸਾਰੇ ਹੀ ਕਮਲਿਆਂ ਵਾਂਗੂ ਇੱਕੋ ਪਾਸੇ ਹੀ ਫਿਰ ਸਾਰੇ ਹੋ ਜਾਂਦੇ ਹਾਂ, ਇੱਕੋ ਪਾਸੇ ਹੀ ਜਿੱਧਰ ਨੂੰ ਤੁਰ ਪਏ ਬਸ ਸਾਰੇ ਹੀ ਤੁਰ ਪੈਂਦੇ। ਲਾਣਾ ਨਹੀਂ ਇੱਕ ਨਹੀਂ ਲਾਣਾ, ਜੇ ਲਾਉਣ ਤੇ ਆ ਜਾਓ ਫਿਰ ਇਕੱਠੇ ਹੀ 50 100 ਇਕੱਠੇ ਹੀ, ਨਹੀਂ ਲਾਉਣਾ ਇੱਕ ਵੀ ਨਹੀਂ ਲਾਉਣਾ, ਆਪਾਂ ਕਰਨੇ ਆ ਇਸ ਤਰ੍ਹਾਂ। ਅੱਛਾ ਜੀ ਫਿਰ ਸਭਾ ਤੋਂ ਆਇਆਂ ਦੀਆਂ ਗੱਲਾਂ ਸੁਣੋ। ਓਏ ਲੰਗਰ ਸੀ ਉੱਥੇ, ਉੱਥੇ ਖੀਰ ਵਰਤੇ, ਓਏ ਉੱਥੇ ਗਜਰੇਲਾ ਚੱਲੇ, ਉੱਥੇ ਗੁਲਾਬ ਜਾਮਣ ਚੱਲਣ, ਓਏ ਉੱਥੇ ਪਕੌੜੇ, ਓਏ ਉੱਥੇ ਸਮੋਸੇ। ਕੋਈ ਆ ਕੇ ਇਹ ਕਹਿੰਦਾ ਹੈ, ਗੁਰਬਾਣੀ ਦੀ ਆਹ ਗੱਲ ਸੁਣੀ ਸ਼ਾਂਤ ਹੋ ਗਿਆ ਮਨ, ਕਿਹੜਾ ਕਹਿੰਦਾ ਦੱਸੋ? ਰਹਿ ਵੀ ਤੇ ਲੰਗਰ ਹੀ ਗਏ ਆਪਣੇ ਕੋਲ, ਟਰਾਲੀਆਂ ਭਰੀਆਂ ਨੇ ਨੌਜਵਾਨਾਂ ਦੀਆਂ, ਕਲਕਾਰੀਆਂ ਤੇ ਕੂਕਾਂ ਮਾਰਦੇ ਤੁਰੇ ਜਾਂਦੇ ਨੇ, ਉਵੇਂ ਵਾਪਸ ਆ ਜਾਂਦੇ ਨੇ ਵਿਰਲਿਆਂ ਨੂੰ ਛੱਡ ਕੇ। ਥੋੜੇ ਹੋਣਗੇ ਜਿਹੜੇ ਸਹੀ ਜਾਂਦੇ ਨੇ, ਬਸ ਗੇੜੇ ਗੂੜੇ ਦੇ ਕੇ ਆਪਾਂ ਮੁੜ ਆਉਂਦੇ ਹਾਂ। ਰਹਿ ਵੀ ਤੇ ਲੰਗਰ ਹੀ ਗਏ, ਖਾਣ ਪੀਣ ਜੋਗੇ ਹੀ ਰਹਿ ਗਏ, ਮਨ ਦੀ ਖੁਰਾਕ ਤੇ ਸਾਨੂੰ ਮਿਲੀ ਹੋਈ ਕੋਈ ਨਹੀਂ, ਗਿਆਨ 'ਚ ਵਾਧਾ ਹੀ ਨਹੀਂ ਹੋਇਆ, ਗਿਆਨ 'ਚ ਵਾਧਾ ਨਹੀਂ, ਅਕਲ 'ਚ ਵਾਧਾ ਨਹੀਂ, ਸਿੱਖਿਆ 'ਚ ਵਾਧਾ ਨਹੀਂ, ਰਹਿ ਗਏ ਖਾਲੀ। ਰਹਿ ਕੀ ਗਿਆ? ਲੰਗਰ, ਪਕੌੜੇ, ਸਮੋਸੇ। ਤੇ ਇਹ ਬੇਨਤੀ ਬਹੁਤ ਵਾਰ ਕੀਤੀ ਹੈ, ਫੇਰ ਕਰ ਦਿੰਦਾ, ਨਵੇਂ ਸਰੋਤੇ ਹੋਣਗੇ ਜੇ ਆਪਾਂ ਪੁੱਛੀਏ, ਓਏ ਸੋਗ ਮਨਾ ਰਹੇ ਹੋ, ਸਾਹਿਬਜ਼ਾਦਿਆਂ ਦਾ ਬਾਹਲਾ ਦੁੱਖ ਹੈ, ਕਿਵੇਂ ਮਨਾਉਂਦੇ ਹੋ ਜੀ ਤੁਸੀਂ ਦੁੱਖ? ਜਲੇਬੀਆਂ ਖਾ ਕੇ, ਬਿਨ ਨਾਵੇ ਜੱਗ, ਬੋਲੋ ਬਿਨ ਨਾਵੇ ਜੱਗ ਝੂਠ ਹੈ, ਕਿਵੇਂ ਮਨਾਉਣਾ ਹੈ ਸਿੱਖਾ ਦੁੱਖ? ਬਾਹਲਾ ਦੁੱਖ ਹੈ ਤੈਨੂੰ, ਕਿਵੇਂ ਮਨਾਉਣਾ? ਸਮੋਸੇ ਖਾ ਕੇ, ਪਕੌੜੇ ਖਾ ਕੇ, ਬ੍ਰੈਡ ਖਾ ਕੇ, ਖੀਰ ਖਾ ਕੇ, ਬਾਹਲਾ ਦੁੱਖ ਹੈ ਜੀ ਸਾਨੂੰ। ਲੈ ਵੇਖੋ, ਸੋਚੋ ਤੇ ਸਹੀ, ਤੁਰੇ ਕਿੱਧਰ ਨੂੰ ਜਾਂਦੇ ਆ? ਈਸਾਈ ਧਰਮ ਵਿੱਚ ਇੱਕ ਫਿਰਕਾ ਹੈ, ਸਜ਼ਾ ਮਿਲੀ ਹੈ ਉਹਨਾਂ ਦੇ ਪੈਗੰਬਰ ਦੇ ਰਿਸ਼ਤੇਦਾਰ ਨੂੰ, ਮਾਰ ਮਾਰ ਕੇ ਕੋੜੇ ਆਪਣੇ ਸਰੀਰ ਨੂੰ ਖੂਨ ਕੱਢ ਲੈਂਦੇ ਨੇ, ਕਹਿੰਦੇ ਨੇ ਅੱਜ ਵਾਲੇ ਦਿਨ ਉਹਨੂੰ ਕਿਵੇਂ ਦੁੱਖ ਹੋਇਆ ਹੋ, ਆਪਣੇ ਸਰੀਰ ਦੇ ਮਾਰਦੇ ਨੇ ਛਮਕਾਂ, ਕਿਉਂ ਮਾਰਦਾ? ਕਹਿੰਦੇ ਉਹਨੂੰ ਮਹਿਸੂਸ ਕਰਨਾ ਵੀ ਉਹਨੂੰ ਕਿੰਨਾ ਕੁ ਦੁੱਖ ਹੋਇਆ ਹੋਣਾ। ਏਦਾਂ ਈਸਾ ਨਾਲ ਪਿਆਰ ਕਰਨ ਵਾਲੇ ਨਾ ਅੱਜ ਤੱਕ ਵੀ ਕਈ ਏਦਾਂ ਦੇ ਹੈ ਨੇ, ਹੱਥਾਂ 'ਚ ਕਿੱਲ ਗੱਡ ਲੈਂਦੇ ਨੇ, ਕਹਿੰਦੇ ਕਿਵੇਂ ਕਿੱਲ ਗੱਡੇ ਹੋਣਗੇ।
ਆਪਾਂ ਨੂੰ ਕੀ ਕਰਨਾ ਚਾਹੀਦਾ ਹੈ? ਆਪਾਂ ਇੱਕ ਦਿਨ ਦੁੱਧ ਤੇ ਰਹਿ ਕੇ ਵੇਖੀਏ ਵੀ ਸਾਹਿਬਜ਼ਾਦੇ ਕਿਵੇਂ ਰਹੇ ਹੋਣਗੇ। ਆਖੋ ਸਤਨਾਮ। ਇਹ ਤੇ ਹੈ ਨਾ ਕੋਈ ਦੁੱਖ ਹੈ ਅੰਦਰ, ਪਰ ਕਾਰਨ ਕੀ ਹੈ? ਜਾਣਕਾਰੀ ਨਹੀਂ, ਸਮਝ ਨਹੀਂ, ਦੱਸਿਆ ਨਹੀਂ, ਕਿਸੇ ਨੇ ਦੱਸਿਆ ਨਹੀਂ। ਆਪਣਾ ਸਾਰਿਆਂ ਦਾ ਇਹ ਹਾਲ ਹੈ, ਆ ਹਾਲ ਆਪਣਾ ਸਾਰਿਆਂ ਦਾ ਹੈ। ਫਿਰ ਨਾ ਭੁੱਲੋ ਗੱਲ ਯਾਦ ਰੱਖਿਓ, ਭੁੱਖੇ ਨੂੰ ਖਵਾਉਣਾ ਸੇਵਾ ਹੈ। ਪੜ੍ਹਦੇ ਹਾਂ ਨਾ ਆਪਾਂ, ਪੜ੍ਹੋ। ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ ਖਾਂ, ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ ਛੜੇ ਨੂੰ ਬੁਲਾਇਆ ਈ ਤੇ ਦੱਸ ਖਾਂ, ਕਦੀ ਕਿਸੇ ਭੁੱਖੇ ਨੂੰ ਰਜਾਇਆ ਈ ਤੇ ਦੱਸ ਖਾਂ, ਕਿਸੇ ਭੁੱਖੇ ਨੂੰ ਰਜਾਇਆ ਈ ਤੇ ਦੱਸ ਖਾਂ, ਕਦੀ ਕਿਸੇ ਭੁੱਖੇ ਨੂੰ ਰਜਾਇਆ ਈ ਤੇ ਦੱਸ ਕਦੀ ਕਿਸੇ ਭੁੱਖੇ ਨੂੰ ਰਜਾਇਆ ਈ ਤੇ ਦੱਸ ਖਾਂ, ਕਦੀ ਕਿਸੇ ਭੁੱਖੇ ਨੂੰ ਰਜਾਇਆ ਈ ਤੇ ਦੱਸ ਖਾਂ, ਪਾਟਾ ਹੋਇਆ ਚਖਣ ਦੇ ਕਦੀ ਵੀ ਨਹੀਂ ਸੀ ਤੇਰੀ ਤੂੰ ਕੱਖ ਵੀ ਨਹੀਂ ਕੀਤਾ, ਐਵੇਂ ਮਾਣਾ ਤੇਰੀ ਤੂੰ ਕੱਖ ਵੀ ਨਹੀਂ ਕੀਤਾ, ਤੇਰੀ ਅੱਜ ਕੋਈ ਕੱਖ ਵੀ ਨਹੀਂ ਕੀਤਾ, ਐਵੇਂ ਮਾਣਾ ਤੇਰੀ ਤੂੰ ਕੱਖ ਵੀ ਨਹੀਂ ਕੀਤਾ, ਮਾਰਾ ਫੇਰੀ ਤੂੰ ਕੱਖ ਵੀ ਨਹੀਂ ਕੀਤਾ, ਐਵੇਂ ਮਾਰਾ ਫੇਰੀ ਤੂੰ ਕੱਖ ਵੀ ਨਹੀਂ ਕੀਤਾ, ਕਦੀ ਕਿਸੇ ਭੁੱਖੇ ਨੂੰ ਰਜਾਇਆ ਈ ਤੇ ਦੱਸ ਖਾਂ, ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ ਖਾਂ, ਓਏ ਪਾਟਾ ਹੋਇਆ ਜ਼ਖਮ ਜੇ ਕਦੀ ਵੀ ਨਹੀਂ ਸੀਤਾ, ਐਵੇਂ ਮਾਰਾ ਫੇਰੀ ਤੂੰ ਤੇ ਕੱਖ ਨਹੀਂ ਕੀਤਾ। ਰਜਿਆਂ ਨੂੰ ਰਜਾਉਣਾ ਸੇਵਾ ਨਹੀਂ, ਲੋੜਵੰਦ ਨੂੰ ਛਕਾਉਣਾ ਸੇਵਾ ਹੈ। ਇਹ ਯਾਦ ਰੱਖਿਓ ਭਾਈ।
ਹੁਣ ਸੰਗਤ ਆਈ ਹੈ ਦਰਸ਼ਨ ਕਰਨ, ਭੁੱਖੇ ਹੀ ਪਏ ਨੇ। ਮਾਤਾ ਗੰਗਾ ਜੀ ਨੂੰ ਨਾਲ ਲੈ ਕੇ ਗੁਰੂ ਅਰਜਨ ਦੇਵ ਜੀ ਆਪ ਗਏ। ਲਓ ਬਈ ਉੱਠੋ, ਸਤਨਾਮ ਵਾਹਿਗੁਰੂ ਦਾ ਵਾਜਾ ਦਿੱਤਾ, ਪ੍ਰਸ਼ਾਦਾ ਲੈ ਕੇ ਆਏ ਆ, ਗਰਮ ਗਰਮ ਛਕੋ। ਫਟਾਫਟ ਬਹਿ ਗਏ ਸਾਰੇ ਲਾ ਕੇ ਪੰਗਤਾਂ, ਛੇਤੀ ਛੇਤੀ ਸਜ ਗਏ ਸਾਰੇ, ਪ੍ਰਸ਼ਾਦੇ ਹੱਥਾਂ ਤੇ ਰੱਖ ਦਿੱਤੇ, ਉੱਤੇ ਦਾਲ ਸਬਜ਼ੀ ਜੋ ਬਣੀ ਹੈ ਹੱਥਾਂ ਤੇ ਹੀ ਪ੍ਰਸ਼ਾਦਾ ਸਾਰਿਆਂ ਨੇ ਛਕ ਲਿਆ। ਨੇੜੇ ਖੂਹ ਹੈ, ਜਲ ਪਿਆ, ਜਲ ਛਕਿਆ ਸਾਰੇ। ਚਲੋ ਪ੍ਰਸ਼ਾਦਾ ਛਕਣ ਤੋਂ ਬਾਅਦ ਥੋੜਾ ਚਿਰ ਸੰਗਤਾਂ ਨੇ ਸਿਮਰਨ ਕੀਤਾ, ਫਿਰ ਬਰਾਜ ਗਏ। ਧੰਨੋ ਬਈ ਧੰਨੋ, ਇੰਨੀ ਸੇਵਾ, ਧੰਨੋ ਬਈ ਕਮਾਲ ਕਰਤੀ ਇੰਨੀ ਸੇਵਾ, ਧੰਨ ਧੰਨ ਕਰਦੇ ਨੇ ਸਾਰੇ ਸਿੱਖਾਂ ਨੇ ਇਦਾਂ ਦੀ ਸੇਵਾ ਕੀਤੀ ਹੈ। ਹੁਣ ਫਿਰ ਮੇਰੇ ਯਾਦ ਆ ਗਈ ਗੱਲ, ਪੰਜਾ ਸਾਹਿਬ ਕਹਿੰਦੇ ਜਾ ਰਹੀ ਹੈ ਟ੍ਰੇਨ, ਭੁੱਖੇ ਨੇ ਸਿੰਘ ਸੇਵਾ ਕਰੀਏ। ਭਾਈ ਮਹੰਤ ਕਰਮ, ਭਾਈ ਪ੍ਰਤਾਪ ਸਿੰਘ, ਮਹੰਤ ਕਰਮ ਸਿੰਘ ਹੋਣਾ ਨੇ ਗੁਰਦੁਆਰੇ ਵਿੱਚ ਇਕੱਠੇ ਹੋ ਕੇ ਫਟਾਫਟ ਪ੍ਰਸ਼ਾਦੇ ਬਣਾਓ। ਸਿਰ ਤੇ ਚੁੱਕ ਲਿਆ ਸਮਾਨ ਸਾਰਾ, ਜਾ ਕੇ ਸਟੇਸ਼ਨ ਮਾਸਟਰ ਨੂੰ ਕਹਿੰਦੇ ਹੋ, ਸਟੇਸ਼ਨ ਮਾਸਟਰ ਜੀ ਟ੍ਰੇਨ ਰੋਕੋ, ਅਸੀਂ ਪ੍ਰਸ਼ਾਦਾ ਛਕਾਉਣਾ ਹੈ। ਉਹ ਕਹਿੰਦਾ ਟ੍ਰੇਨ ਨਹੀਂ ਰੁਕਣੀ, ਇਹ ਤੇ ਸਿੱਧੀ ਜਾ ਕੇ ਰੁਕੇਗੀ। ਇਹ ਕਹਿੰਦੇ ਜੀ ਅਸੀਂ ਸੇਵਾ ਕਰਨੀ ਹੈ, ਟ੍ਰੇਨ ਰੋਕੋ, ਟ੍ਰੇਨ ਨਹੀਂ ਰੁਕਣੀ। ਕਹਿੰਦੇ ਜੀ ਅਸੀਂ ਪ੍ਰਸ਼ਾਦਾ ਛਕਾਉਣਾ, ਅਸੀਂ ਹੋਰ ਕੀ ਕਹਿੰਦੇ ਹਾਂ, ਪ੍ਰਸ਼ਾਦਾ ਹੀ ਛਕਾਉਣਾ। ਉਹ ਕਹਿੰਦੇ ਟ੍ਰੇਨ ਨਹੀਂ ਰੁਕਣੀ, ਇਹ ਤੇ ਸਿੱਧੀ ਜਾਏਗੀ। ਕਹਿੰਦੇ ਅਸੀਂ ਅਰਦਾਸ ਕਰਕੇ ਆਏ ਹਾਂ, ਟ੍ਰੇਨ ਤੇ ਰੋਕਣੀ ਪੈਣੀ ਤੁਹਾਨੂੰ। ਕਹਿੰਦੇ ਰੁਕਣੀ ਨਹੀਂ। ਆਗੂ ਕਹਿਣ ਲੱਗੇ, ਕਹਿੰਦੇ ਚੰਗਾ ਫਿਰ ਟ੍ਰੇਨ ਤੇ ਰੋਕਾਂਗੇ। ਐਦਾਂ ਕਿਵੇਂ ਰੁਕ ਜੂ ਟ੍ਰੇਨ, ਪ੍ਰਸ਼ਾਦਾ ਛਕਾਉਣਾ ਹੈ, ਟ੍ਰੇਨ ਨੇੜੇ ਆ ਰਹੀ ਹੈ। ਆਵਾਜ਼ ਦੇ ਦਿੱਤੀ ਆਗੂਆਂ ਨੇ, ਜਥੇਦਾਰਾਂ ਨੇ, ਕਹਿੰਦੇ ਆ ਜਾਓ ਸੰਗਤ, ਟ੍ਰੇਨ ਦੀ ਪਟੜੀ ਤੇ ਹੀ ਲੰਮੇ ਪੈ ਜਾਓ, ਆਪ ਅੱਗੇ ਸਾਰਿਆਂ ਤੋਂ। ਸਾਡੇ ਵਾਲੇ ਆਗੂ ਤੇ ਬਿਆਨ ਦੇ ਕੇ ਪਿੱਛੇ ਹਟ ਜਾਂਦੇ ਨੇ, ਪਰ ਆਪ ਪੈ ਗਏ ਅੱਗੇ ਟ੍ਰੇਨ ਦੀ ਪਟੜੀ ਤੇ। ਸਾਰੀ ਸੰਗਤ ਟ੍ਰੇਨ ਦੀ ਪਟੜੀ ਤੇ ਲੰਮੀ ਪੈ ਗਈ। ਕਹਿੰਦੇ ਜਦੋਂ ਸਾਰੇ ਇੱਦਾਂ ਲੰਮੇ ਪੈ ਗਏ, ਟ੍ਰੇਨ ਆ ਰਹੀ ਹੈ ਲਾਗੇ, ਸਟੇਸ਼ਨ ਮਾਸਟਰ ਕਹਿੰਦਾ ਟ੍ਰੇਨ ਕੁਚਲ ਦੇਗੀ, ਸਾਰੇ ਮਰ ਜਾਓਗੇ, ਦੱਬੇ ਜਾਓਗੇ, ਉੱਠੋ ਛੇਤੀ, ਤਰਸ ਕਰੋ। ਨਹੀਂ ਉੱਠੇ, ਬੀਬੀ ਨਿੱਕਾ ਜਿਹਾ ਬੱਚਾ ਗੋਦ ਵਿੱਚ ਲੈ ਕੇ ਬੈਠੀ। ਕਹਿੰਦੇ ਬੀਬੀ ਨਿਆਣੇ ਤੇ ਤਰਸ ਕਰ ਲੈ। ਕਹਿੰਦੀ ਤਰਸੀ ਤੇ ਕਰਨ ਲੱਗੀ ਹਾਂ, ਲੇਖੇ ਲੱਗ ਜਾਏਗਾ, ਧਰਮ ਦੇ ਲੇਖੇ, ਕੌਮ ਦੇ ਲੇਖੇ, ਸੇਵਾ ਵਿੱਚ ਲੱਗ ਜਾਏਗਾ। ਬੱਚਾ ਨਿੱਕਾ ਜਿਹਾ ਲੈ ਕੇ ਪਟੜੀ ਤੇ ਬਹਿ ਗਈ ਸੀ। ਇੱਦਾਂ ਦੀ ਭਾਵਨਾ ਹੁੰਦੀ ਸੀ, ਮਾਹੌਲ ਇੱਦਾਂ ਦਾ ਸੀ ਜੀ ਉਦੋਂ। ਇਹ ਵੀ ਗੱਲ ਯਾਦ ਰੱਖਿਓ, ਮਾਹੌਲ ਹੁੰਦਾ ਹੈ। ਪਿੰਡਾਂ ਦੇ ਮਾਹੌਲ ਕਈਆਂ ਦੇ ਗੁਰਮਤੀਏ ਨੇ, ਕਈਆਂ ਪਿੰਡਾਂ ਦੇ ਵਿੱਚ ਮਨਮਤ ਦਾ ਮਾਹੌਲ ਹੈ। ਦੂਜੇ ਨੂੰ ਵੇਖ ਕੇ, ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਹੈ, ਸਾਰੇ ਹੀ ਕਬਰ ਵਾਲੇ ਪਾਸੇ ਕਬਰਾਂ ਨੂੰ ਤੁਰ ਪੈਣ, ਫਿਰ ਸਾਰੇ ਹੀ ਤੁਰ ਪੈਂਦੇ ਨੇ। ਮਾਹੌਲ ਦਾ ਅਸਰ ਬਹੁਤ ਹੁੰਦਾ ਹੈ, ਸਾਰਾ ਮਾਹੌਲ ਹੀ ਇੱਦਾਂ ਦਾ ਸੀ ਉਦੋਂ। ਗੱਲ ਹੀ ਸਿੱਖੀ ਦੀ ਸੀ, ਦ੍ਰਿੜਤਾ ਦੀ, ਇੱਦਾਂ ਪੈ ਗਏ। ਕਹਿੰਦੇ ਲੰਘ ਜੇ ਉੱਤੋਂ ਕੋਈ ਪਰਵਾਹ ਨਹੀਂ, ਸਿੰਘ ਸਿੰਘਣੀਆਂ ਸਾਰੇ। ਟ੍ਰੇਨ ਆਈ, ਰੌਲਾ ਪਾਉਂਦਾ ਰੁਕ ਜੋ, ਰੁਕ, ਉੱਠ ਕੋ ਛੇਤੀ, ਟ੍ਰੇਨ ਦੱਬ ਦੇਗੀ, ਪਰਵਾਹ ਨਹੀਂ ਕੀਤੀ। ਕਹਿੰਦੇ ਨੇ ਟ੍ਰੇਨ ਆਈ, 6 ਨੂੰ ਕੁਚਲਿਆ ਟ੍ਰੇਨ ਨੇ,
6 ਤੋਂ ਬਾਅਦ ਅੱਗੇ ਨਹੀਂ ਲੰਘ ਸਕੀ ਜਾਮ ਹੋ ਗਈ ਲੱਗ ਗਈਆਂ ਸੀ ਬ੍ਰੇਕਾਂ ਆਪੇ ਗਾੜੀ ਰੱਤ ਖਾਲਸੇ ਦੀ ਆਪਣੇ ਆਪ ਬ੍ਰੇਕਾਂ ਲੱਗੀਆਂ ਟ੍ਰੇਨ ਅੱਗੇ ਨਹੀਂ ਜਾ ਸਕੀ ਬਸ ਜਦੋਂ ਇੱਦਾਂ ਵੇਖਿਆ ਉਹ ਜਿਹੜੇ 6 ਸੀ 4 ਬਹੁਤ ਜ਼ਿਆਦਾ ਜ਼ਖਮੀ ਹੋਏ ਤੇ 2 ਸ਼ਹੀਦ ਹੋਏ ਸੀ ਇਹ ਸਾਕੇ ਚ ਜਿਨ੍ਹਾਂ ਨੂੰ ਪਤਾ ਇਹਨਾਂ ਸਾਕਿਆਂ ਦਾ ਮਾਫ ਕਰਨਾ ਜੀ ਸਾਕਿਆਂ ਦਾ ਘੱਟ ਪਤਾ ਹੈ ਕਿਸਿਆਂ ਦਾ ਜ਼ਿਆਦਾ ਪਤਾ ਟ੍ਰੇਨ ਥੱਲੇ ਕੌਣ ਆ ਗਿਆ ਸੀ ਇਹ ਕਿਸੇ ਨੂੰ ਪਤਾ ਗਾਉਣ ਵਾਲਿਆਂ ਨੇ ਕਿੰਨੇ ਕਿੱਸੇ ਸੁਣਾਏ ਨੇ ਲੈ ਕੱਲਾ ਕੱਲਾ ਯਾਦ ਕਰੀ ਫਿਰਦਾ ਵੀ ਮਿਰਜ਼ਾ ਕੌਣ ਹੈ ਰਾਂਝਾ ਕੌਣ ਹੈ ਮਈਵਾਲ ਕੌਣ ਹੈ ਲੈ ਜਿਹਨੂੰ ਮਰਜ਼ੀ ਪੁੱਛ ਲਓ ਮਹੰਤ ਕਰਮ ਸਿੰਘ ਕੌਣ ਹੈ ਪਤਾ ਹੀ ਨਹੀਂ ਭਾਈ ਪ੍ਰਤਾਪ ਸਿੰਘ ਕੌਣ ਹੈ ਪਤਾ ਹੀ ਨਹੀਂ ਓਏ ਚੇਤਾ ਰੱਖੋ ਵੀਰੋ ਭਰਾਵੋ ਜੇ ਇਦਾਂ ਦਿਆਂ ਜੁਝਾਰੂਆਂ ਦੇ ਬਚਨ ਸੁਣਾਂਗੇ ਤਾਂ ਜੁਝਾਰੂ ਬਣਾਂਗੇ ਤੇ ਜੇ ਇਹੋ ਜਿਹੇ ਕਿੱਸੇ ਸੁਣਾਂਗੇ ਬਸ ਇਹੋ ਜਿਹੇ ਕਿੱਸੇ ਫਿਰ ਹੁਣ ਸਾਡੇ ਪਿੰਡ ਪਿੰਡ ਹੁੰਦੇ ਨੇ ਆਖੋ ਸਤਨਾਮ ਹਾਂਜੀ ਬਰਾਤ ਗਈ ਲੜਕੀ ਲੱਭੀ ਹੋਈ ਨਹੀਂ ਅਖਬਾਰਾਂ ਪੜ੍ਹ ਲਓ ਭਰਾ ਵੇਖਦੇ ਹੀ ਰਹਿ ਗਏ ਕੋਈ ਹੋਰ ਹੀ ਆਇਆ ਤੇ ਲੈ ਗਿਆ ਅਖਬਾਰਾਂ 'ਚ ਲਿਖਿਆ ਦੱਸੋ ਭਲਾ ਇਹ ਮਿਰਜ਼ੇ ਵਾਲੇ ਕਿੱਸੇ ਨਾਲ ਮੇਲ ਨਹੀਂ ਖਾਂਦਾ ਕਿੱਸੇ ਅੱਜ ਸਾਡੇ ਘਰ ਘਰ ਹੋ ਰਹੇ ਨੇ ਇਦਾਂ ਹੀ ਹੋ ਰਿਹਾ ਭਰਾ ਮਗਰ ਮਾਰਨ ਜਾਂਦੇ ਨੇ ਕਿਹੜਾ ਅਣਖੀ ਭਰਾ ਹੈ ਜਿਹੜਾ ਜਾਏਗਾ ਨਹੀਂ ਆਖੋ ਸਤਨਾਮ ਹਰੇਕ ਅਣਖੀ ਜਾਊ ਹਰੇਕ ਹੀ ਅਣਖੀ ਆ ਕਿੱਸੇ ਸੁਣੇ ਨੇ ਤੇ ਆਪਣੇ ਘਰਾਂ 'ਚ ਕਿੱਸੇ ਅੱਜ ਹੋ ਰਹੇ ਨੇ ਹਰੇਕ ਦਾ ਦਿਲ ਇੱਦਾਂ ਕਰਦਾ ਜਿਹਦੇ ਬੱਚੇ ਜਵਾਨ ਨੇ ਐਂ ਕਰਦੇ ਨੇ ਦਿਲ ਸਾਡੇ ਮਾਵਾਂ ਦੇ ਦਿਲ ਇੱਦਾਂ ਕਰਦੇ ਨੇ ਨਿਆਣੇ ਜਵਾਨ ਹੋ ਗਏ ਹੁਣ ਸੁਣਾ ਲਓ ਫਿਰ ਕਿੱਸੇ ਤਾਂ ਇੱਦਾਂ ਦੇ ਨੇ ਜੇ ਜੁਝਾਰੂਆਂ ਦੀਆਂ ਗੱਲਾਂ ਸੁਣੀਆਂ ਹੁਣ ਜੁਝਾਰੂ ਬਣ ਜਾਣ ਸੂਰਮਿਆਂ ਦੀਆਂ ਗੱਲਾਂ ਹੀ ਨਹੀਂ ਸੁਣੀਆਂ ਯਾਦ ਹੀ ਨਹੀਂ ਪਤਾ ਹੀ ਨਹੀਂ ਲੈ ਮਹੰਤ ਕਰਮ ਸਿੰਘ ਤੇ ਪ੍ਰਤਾਪ ਸਿੰਘ ਨਨਕਾਣਾ ਸਾਹਿਬ ਦੇ ਪੰਜਾ ਸਾਹਿਬ ਦੇ ਸਾਕੇ ਦੇ ਸ਼ਹੀਦ ਨੇ ਸਾਨੂੰ ਇਹਨਾਂ ਦਾ ਪਤਾ ਹੀ ਨਹੀਂ ਸਾਨੂੰ ਪਤਾ ਹੀ ਨਹੀਂ ਇਹਨਾਂ ਦਾ ਤੇ ਮੈਂ ਤੁਹਾਨੂੰ ਕਹਿ ਰਿਹਾ ਇਹ ਪਲਾਨ ਹੈ ਸਰਕਾਰਾਂ ਦੇ ਵੀ ਇਹਨਾਂ ਨੂੰ ਇਹੋ ਜਿਹਾ ਕੁਝ ਸੁਣਾਓ ਉਹੋ ਜਿਹੀ ਬਣ ਜਾਣਗੇ ਜੁਝਾਰੂਆਂ ਦੀਆਂ ਗੱਲਾਂ ਨਹੀਂ ਸੁਣਾਉਂਦਾ ਕੋਈ ਇਹ ਪਲਾਨ ਹੈ ਤੇ ਪੂਰੀ ਤਰ੍ਹਾਂ ਪਾਸ ਵੀ ਹੋਏ ਨੇ ਇਹਨਾਂ ਗੱਲਾਂ 'ਚ ਸਾਨੂੰ ਮਾਈ ਭਾਗੋ ਦੀਆਂ ਗੱਲਾਂ ਸੁਣਾਈਆਂ ਹੋਣ ਮਾਤ ਗੁਜਰੀ ਦੇ ਬਚਨ ਸੁਣਾਏ ਹੋਣ ਸਾਡੀਆਂ ਬੱਚੀਆਂ ਜਦੋਂ ਇਤਿਹਾਸ ਇਦਾਂ ਦੇ ਸੁਣਨਗੀਆਂ ਉਹਨਾਂ ਦੇ ਜੀਵਨ ਬਦਲਦੇ ਨੇ ਬੱਚਿਆਂ ਦੇ ਜੀਵਨ ਬਦਲਦੇ ਨੇ ਨਿਆਣਿਆਂ ਦਾ ਕਸੂਰ ਘੱਟ ਹੈ ਵੱਡਿਆਂ ਦਾ ਕਸੂਰ ਜ਼ਿਆਦਾ ਹੈ ਜਿਹੜੇ ਦੇ ਕੇ 500 ਰੁਪਈਆ ਕਹਿੰਦੇ ਲਾ ਦੇ ਕਿੱਸਾ ਇੱਕ ਹੋਰ ਸੁਣਾ ਦੇ ਇਹ ਆਪਾਂ ਵਿਗਾੜਿਆ ਕੰਮ ਆਪਾਂ ਪ੍ਰਮੋਟ ਹੀ ਇਹੋ ਜਿਹੇ ਬੰਦਿਆਂ ਨੂੰ ਕਰਦੇ ਹਾਂ ਜੀ ਪ੍ਰਮੋਟ ਆ ਵੇਖੋ ਹੁਣ ਆਪਾਂ ਗੁਰਬਾਣੀ ਦੀ ਗੱਲ ਕਰਦੇ ਹਾਂ ਅੱਜ ਮੇਰੇ ਵਿਰੁੱਧ ਕੋਈ ਗਾਉਣ ਵਾਲਾ ਬਿਆਨ ਦੇ ਦੇਵੇ 80% ਉਹਦੇ ਵੱਲ ਹੋ ਜਾਣਗੇ ਕਹਿਣਗੇ ਆਹ ਬਾਲੀ ਵਧੀਆ ਗੱਲ ਕੀਤੀ ਲੈ ਪ੍ਰਮੋਟ ਉਹਨਾਂ ਨੂੰ ਕਰਦਾ ਸਹੀ ਪਾਸੇ ਵਾਲੇ ਨੂੰ ਪ੍ਰਮੋਟ ਨਹੀਂ ਕਰਦੇ ਕਦੀ ਜਿਹੜਾ ਦਿਮਾਗ ਦੂਜੇ ਪਾਸੇ ਲਿਜਾਵੇ ਉਹਨੂੰ ਕਹਿਣਗੇ ਆਹ ਵਧੀਆ ਗੱਲਾਂ ਕਾਹਦੀਆਂ ਕਰਦਾ ਹੈ ਹੱਥ ਵਿੱਚ ਸ਼ਰਾਬ ਦੀ ਬੋਤਲ ਫੜ ਕੇ 4 ਇੱਧਰ ਖਿਲਾਰ ਕੇ 4 ਇੱਧਰ ਖਿਲਾਰ ਕੇ ਫੋਟੋ ਖਿਚਾਉਂਦਾ ਹੈ ਇੱਥੇ ਆਲੇ ਦੁਆਲੇ ਵੇਖ ਲਓ ਹੈ ਤੇ ਸਿੰਘ ਹੀ ਨੇ ਆਖੋ ਸਤਨਾਮ ਬਾਣਾ ਹੈ
ਗਾਤਰੇ ਕਿਰਪਾਨਾਂ ਦਮਾਲੇ ਦਸਤਾਰਾਂ ਨੇ ਪਰ ਪੁੱਠੇ ਪਾਸੇ ਜ਼ਿਆਦਾ ਚੱਲਦੇ ਆ ਜੀ। ਉਹ ਜਦੋਂ ਜਦੋਂ ਏਦਾਂ ਹੋਇਆ ਨਾ, ਦੋ ਸਹਿਕਦੇ ਨੇ ਮਹੰਤ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ, ਕਹਿੰਦੇ ਅੰਤਮ ਇੱਛਾ ਕੀ ਹੈ? ਕਹਿੰਦੇ ਜਿਹੜੇ ਜੂਝਣ ਲਈ ਚੱਲੇ ਨੇ ਮੋਰਚੇ ਵਾਲੇ, ਇਹਨਾਂ ਦੇ ਦਰਸ਼ਨ ਕਰਾ ਦਿਓ। ਜਾਂਦੀ ਵਾਰੀ ਗੋਰੇ ਖੜਾ, ਜਿਹੜੇ ਗੋਰੇ ਸੀ ਨਾ ਨੌਕਰ, ਸੁੰਨ ਹੋ ਕੇ ਖੜ ਗਏ ਜਦੋਂ ਗੱਡੀ ਥੱਲੇ ਪਏ ਵੇਖੇ, ਉਹ ਕਿਹੋ ਜੀ ਕੌਮ ਹੈ, ਇਹ ਕਿਉਂ ਏਦਾਂ ਕਰਦੇ ਹੋ? ਕਹਿੰਦੇ ਤੁਸੀਂ, ਕਹਿੰਦੇ ਜੀ ਸੇਵਾ ਦਾ ਚਾਅ ਹੈ। ਏਦਾਂ ਦੇ ਲੰਗਰ ਹੁੰਦੇ ਸੀ, ਏਦਾਂ ਦੇ ਲੰਗਰ, ਸਿਰੇ ਆਪਣੇ ਆਪ ਚੁੱਕ ਜਾਵੇ, ਗੋਰੇ ਵੀ ਹੈਰਾਨ ਹੁੰਦੇ, ਸਿਰੇ ਆਪਣੇ ਆਪ ਚੁੱਕ ਜਾਵੇ, ਬੋਲਿਓ ਗੱਜ ਕੇ, ਖਾਲਸੇ ਦੀ ਸੇਵਾ ਵੇ ਆਪਣੇ ਆਪ ਚੁੱਕ ਜਾਵੇ, ਖਾਲਸੇ ਦੀ ਸੇਵਾ ਵੇ ਆਪਣੇ ਆਪ ਚੁੱਕ ਜਾਵੇ, ਖਾਲਸੇ ਦੀ ਸੇਵਾ ਵੇ ਖੜੋ ਆਪਣੇ ਆਪ ਚੁੱਕ ਜਾਵੇ, ਖਾਲਸੇ ਦੀ ਸੇਵਾ ਵੇ ਤੇਰੇ ਆਪਣੇ ਆਪ ਚੁੱਕ ਜਾਵੇ। ਖਾਲਸੇ ਦੀ ਸੇਵਾ ਵੇਖ ਤੇਰੇ ਆਪਣੇ ਆਪ ਚੁੱਕ ਜਾਵੇ, ਖਾਲਸੇ ਦੀ ਸੇਵਾ ਵੇਖ ਤੇਰੇ ਆਪਣੇ ਆਪ ਚੁੱਕ ਜਾਵੇ, ਖਾਲਸੇ ਦੀ ਸੇਵਾ ਵੇਖ ਤੇਰੇ ਆਪਣੇ ਆਪ ਚੁੱਕ ਜਾਵੇ, ਖਾਲਸੇ ਦੀ ਪੜੋ ਬਈ ਪੜੋ।
ਸੇਵਾ ਖਾਲਸੇ ਨੇ ਕੀਤੀ ਹੈ ਐਸੀ ਸੇਵਾ ਚਾਰ ਹੀ ਵੱਜੇ ਨੇ ਕਾਲ ਨਾ ਕਰੋ ਪਰ ਕੋਈ ਨਹੀਂ ਬਹੁਤਾ ਲੇਟ ਨਹੀਂ ਵੈਸੇ ਹੀ ਅੱਜ ਬੱਦਲ ਹੈ ਧੁੰਦ ਹੈ ਤਾਂ ਕਰਕੇ ਆਪਾਂ ਨੂੰ ਲੱਗਦਾ ਹੀ ਹੈ ਜੇ ਚਾਰ ਹੀ ਵੱਜੇ ਹੈ ਭਾਈ ਤਾਂ ਬੇਨਤੀ ਕਰ ਰਹੇ ਹਾਂ ਵੀ ਥੋੜ੍ਹਾ ਟਕਾ ਦੋ ਚਾਰ ਮਿੰਟ ਬਣਾ ਲਓ ਬਸ ਆਪਾਂ ਸਮਾਪਤੀ ਕਰਨ ਲੱਗੇ ਹੁਣ ਜੋ ਬੇਨਤੀ ਕਰ ਰਹੇ ਹਾਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਦੋਂ ਵੇਖਿਆ ਸਾਰੀਆਂ ਸੰਗਤਾਂ ਨੂੰ ਪ੍ਰਸ਼ ਇਹ ਸੇਵਾ ਪੰਜਾ ਸਾਹਿਬ ਦੀ ਗੱਲ ਚੱਲ ਰਹੀ ਹੈ ਪਰ ਪਾਏ ਪੂਰਨੇ ਸਤਿਗੁਰਾਂ ਨੇ ਜਿੱਥੋਂ ਇਹ ਚ ਕੰਮ ਚੱਲਦੇ ਨੇ ਇੱਦਾਂ ਸੇਵਾ ਦੇ ਚਾਅ ਪੈਦਾ ਹੁੰਦੇ ਨੇ ਮੈਂ ਚਾਰ ਵਜੇ ਕਿਹਾ ਮੈਂ ਵੇਖਿਆ ਹਿੱਲ ਜੁੱਲ ਜ਼ਿਆਦਾ ਹੀ ਹੋ ਜਾਂਦਾ ਹੋਰ ਉੱਠ ਪਿਆ ਅੱਠ ਦਸ ਚਾਰ ਖਰੇ ਇਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਚਾਰ ਵੱਜ ਗਏ ਮੈਨੂੰ ਲੱਗਦਾ ਗਲਤ ਹੋ ਗਈ ਗੱਲ ਚਾਰ ਵਜੇ ਦੱਸ ਗਏ ਸ਼ਾਇਦ ਇਹਨਾਂ ਨੂੰ ਇਹ ਹੋਣਾ ਵੀ ਘੱਟ ਹੈ ਜੇ ਟਾਈਮ ਸੁਣ ਕੇ ਸਗੋਂ ਉੱਠ ਪਏ ਇਹ ਬਹੁਤੇ ਚਲੋ ਤੁਹਾਡੀ ਮਰਜ਼ੀ ਹੈ ਧੱਕੇ ਨਾਲ ਮੈਂ ਵੀ ਨਹੀਂ ਸੁਣਾਉਣਾ ਬਿਨ ਗਾਹਕ ਗੁਣ ਵੇਚੀਏ ਤੋ ਗੁਣ ਸਹਿਗੋ ਜਾਏ ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲਾਖ ਬਕਾਏ ਸਾਰਾ ਸਾਰਾ ਦਿਨ ਅਸੀਂ ਤਾਸ਼ਾਂ ਖੇਡਦੇ ਨਹੀਂ ਥੱਕਦੇ ਖੁੰਡਾਂ ਤੇ ਤਿੰਨ ਵਜੇ ਐਂ ਆਉਣਗੇ ਜਿਵੇਂ ਲੰਚ ਟਾਈਮ ਹੋਇਆ ਇਹਨਾਂ ਦਾ ਏਦਾਂ ਹੁੰਦੇ ਨੇ ਤਿੰਨ ਵਜੇ ਵੀ ਉਹ ਆਉਂਦਾ ਚਾਹ ਪੀਣ ਤਾਸ਼ ਖੇਡਦਾ ਫਿਰ ਪੀ ਕੇ ਜਾਣਾ ਹੁੰਦਾ ਉੱਥੇ ਹੀ ਵਿਹਲਣ ਨੂੰ ਕੰਮ ਕੀ ਆ ਇੱਥੇ ਹੀ ਗੋਡੇ ਦੁਖਦੇ ਨੇ ਇਹਨਾਂ ਦੇ ਇੱਥੇ ਹੀ ਔਖੇ ਜਿਹੇ ਹੁੰਦੇ ਨੇ ਚਲੋ ਤੁਹਾਡੀ ਮਰਜ਼ੀ ਆ ਉਹ ਹੁਣ ਪੰਜ ਮਿੰਟ ਦੇ ਦਿਓ ਇਕਾਗਰਤਾ ਬਣਾਈ ਰੱਖੋ ਸਾਰਿਆਂ ਦਾ ਕਸੂਰ ਨਹੀਂ ਦੋ ਚਾਰ ਹੁੰਦੇ ਨੇ ਬਾਕੀ ਸੰਗਤ ਪ੍ਰੇਮ ਵਾਲੀ ਹੁੰਦੀ ਹੈ ਬਾਕੀ ਇੱਕ ਗੱਲ ਹੋਰ ਅੱਜ ਕੱਲ੍ਹ ਠੰਡ ਹੈ ਚਾਹ ਪੀ ਆਉਂਦੇ ਨੇ ਫਿਰ ਤੰਗ ਕਰਦੀ ਉਹ ਬਸ ਤੁਸੀਂ ਅੱਗੇ ਸਮਝ ਗਏ ਸੋ ਇਸ ਕਰਕੇ ਵੀ ਥੋੜ੍ਹਾ ਜਿਹਾ ਹੋ ਜਾਂਦਾ ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵੇਖਦੇ ਨੇ ਸੁਣਿਓ ਵੇਖਦੇ ਕਈ ਆਪਣੀਆਂ ਲੱਤਾਂ ਆਪ ਘੁੱਟਦੇ ਨੇ ਥੱਕ ਗਏ ਨੇ ਲੱਤਾਂ ਘੁੱਟਦੇ ਨੇ ਆਪਣੀਆਂ ਆਪ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਨਾ ਫਿਰ ਕਈਆਂ ਦੀਆਂ ਲੱਤਾਂ ਘੁੱਟਣੀਆਂ ਸ਼ੁਰੂ ਬਜ਼ੁਰਗੋ ਕਰ ਲੈਣ ਦਿਓ ਸੇਵਾ ਬਈ ਬਹੁਤਾ ਹੀ ਚੰਗਾ ਹੈ ਸੇਵਾਦਾਰਾ ਪਹਿਲਾਂ ਪ੍ਰਸ਼ਾਦਾ ਛਕਾਇਆ ਦੋਵਾਂ ਜੀਆਂ ਨੇ ਆ ਕੇ ਜੋੜੀ ਨੇ ਫਿਰ ਤੁਸੀਂ ਸਾਡੀ ਸੇਵਾ ਪ੍ਰਸ਼ਾਦਾ ਪਾਣੀ ਕਿੰਨੀ ਕਮਾਲ ਹੋ ਗਈ ਕੱਲ੍ਹ ਨੂੰ ਮਹਾਰਾਜ ਜਾਵਾਂਗੇ ਨਾ ਜਦੋਂ ਸਤਿਗੁਰਾਂ ਕੋਲ ਤੁਹਾਡੇ ਬਾਰੇ ਜ਼ਰੂਰ ਬੇਨਤੀ ਕਰਾਂਗੇ ਚਲੋ ਜੀ ਸਾਰੀ ਰਾਤ ਲੰਘ ਗਈ ਲੱਤਾਂ ਹੀ ਘੁੱਟਦੇ ਰਹੇ ਕਦੇ ਕਿਸੇ ਦੀ ਸੇਵਾ ਕਦੇ ਕਿਸੇ ਨੂੰ ਇੱਦਾਂ ਮਾਲਿਸ਼ਾਂ ਕਰਦੇ ਰਹੇ ਅਗਲਾ ਦਿਨ ਹੋਇਆ ਚਲੋ ਬਈ ਚੱਲੀਏ ਸਮਾਨ ਧਰ ਦਿਓ ਇੱਥੇ ਦੋ ਜਣੇ ਇੱਥੇ ਬਹਿ ਜਾਓ ਆਪਾਂ ਸਾਰੇ ਚੱਲਦੇ ਬਹਿ ਜਾ ਭਾਈ ਤੂੰ ਉਹ ਕਰੇ ਮੈਂ ਨਹੀਂ ਬਹਿਣਾ ਦੂਜੇ ਨੂੰ ਪੁੱਛਿਆ ਉਹ ਕਹਿੰਦਾ ਮੈਂ ਨਹੀਂ ਬਹਿਣਾ ਮੈਂ ਦਰਸ਼ਨ ਛੇਤੀ ਕਰਨੇ ਦੂਜਾ ਕਹਿੰਦਾ ਮੈਂ ਛੇਤੀ ਦਰਸ਼ਨ ਕਰਨੇ ਏਦਾਂ ਹੀ ਕਹੀ ਜਾਣ ਸਾਰੇ ਮਹਾਰਾਜ ਕਹਿੰਦੇ ਮੈਂ ਬਹਿ ਜਾ ਜੋੜਿਆਂ ਚ ਤੁਸੀਂ ਤੁਹਾਡੀ ਰਾਖੀ ਮੈਂ ਕਰ ਲੈਣਾ ਸਮਾਨ ਦੀ ਰਾਖੀ ਕਰਨੀ ਹੈ ਮੈਂ ਕਰ ਲੈਣਾ ਤੁਸੀਂ ਜਾਓ ਸਾਰੇ ਹੀ ਕਹਿੰਦੇ ਵੀ ਕਮਾਲ ਹੋ ਗਈ ਸਿੱਖਾਂ ਤੇਰੇ ਬਾਰੇ ਜ਼ਰੂਰ ਦੱਸਾਂਗੇ ਮਹਾਰਾਜ ਨੂੰ ਵੀ ਹੋਰ ਤੇ ਕਿਰਪਾ ਕਰੋ ਨਾ ਕਰੋ ਪਰ ਇਹ ਜੋੜੀ ਤੇ ਬਹੁਤੀ ਕਿਰਪਾ ਕਰੋ ਇੰਨੀ ਸੇਵਾ ਕੀਤੀ ਪਤਾ ਨਹੀਂ ਮਹਾਰਾਜ ਆਪਨੇ ਚਲੇ ਗਏ ਇਹ ਸਤਿਗੁਰੂ ਬੈਠੇ ਰਹੇ ਆਪ ਚਲੇ ਗਏ ਵੇਖਿਆ ਦਰਬਾਰ ਸੁਣਨਾ ਹੈ ਰੌਣਕ ਨਹੀਂ ਅੱਜ ਸੇਵਾਦਾਰ ਮਹਾਰਾਜ ਕਿੱਥੇ ਗਏ ਕਹਿੰਦੇ ਮਹਾਰਾਜ ਤੇ ਰਾਤ ਦੇ ਲੱਭਦੇ ਨਹੀਂ ਪਤਾ ਨਹੀਂ ਕਿੱਧਰ ਗਏ ਹੱਦ ਹੋ ਗਈ ਇਹ ਵੀ ਬਹਿ ਗਏ ਵਿੱਚ ਕਿੱਧਰ ਗਏ ਲੱਭਦੇ ਫਿਰਦੇ
ਫਿਰਦਿਆਂ ਫਿਰਦਿਆਂ ਬਾਬਾ ਬੁੱਢਾ ਜੀ ਨੂੰ ਕਿਹਾ ਸੀ, ਬਾਬਾ ਜੀ ਤੁਹਾਨੂੰ ਤੇ ਵਚਨ ਹੈ ਵੀ ਤੇਥੋਂ ਓਲੇ ਨਾ ਹੋਸਾਂ, ਬੁੱਢਿਆ ਤੇਥੋਂ ਓਲੇ ਨਾ ਹੋਸਾਂ, ਮੈਂ ਤੇਰੇ ਤੋਂ ਪਰਾਂ ਨਹੀਂ ਜਾਂਦਾ, ਤੈਨੂੰ ਪਤਾ ਲੱਗ ਜਾ ਕਰੇਗਾ। ਤੁਸੀਂ ਵੇਖੋਗਾ ਭਲਾ ਕਿੱਥੇ ਗਏ, ਕਿੱਥੇ ਨੇ। ਬਾਬਾ ਬੁੱਢਾ ਜੀ ਬਸ ਕਿਵੇਂ ਪਤਾ ਲੱਗੇ ਭਾਈ, ਗੱਲ ਚੱਲਦਿਆਂ ਚੱਲਦਿਆਂ, ਤੁਸੀਂ ਭਾਈ ਕਿੱਧਰੋਂ ਆਏ, ਅਸੀਂ ਇੱਧਰੋਂ ਆਏ, ਰਾਤ ਦੇ ਆਏ। ਅੱਛਾ, ਬਾਬਾ ਬੁੱਢਾ ਜੀ ਕਹਿੰਦੇ ਕਿੱਥੇ ਬੈਠੇ ਸੀ, ਕਹਿੰਦੇ ਨੇੜੇ ਹੀ, ਨੇੜੇ ਪਹੁੰਚ ਗਏ ਸੀ ਅਸੀਂ ਤੇ ਉੱਥੇ ਹੀ ਸੌਂ ਗਏ, ਥੱਕ ਗਏ। ਅਸੀਂ ਆਖਿਆ ਸਵੇਰੇ ਦਰਸ਼ਨ ਕਰਾਂਗੇ, ਅਸੀਂ ਰਾਤ ਹੀ ਆ ਜਾਂਦੇ, ਅਸੀਂ ਤੇ ਉੱਥੇ ਹੀ ਸੌਂ ਗਏ ਸੀ। ਅੱਛਾ, ਭੁੱਖੇ ਭਾਣੇ ਸੌਂ ਗਏ, ਉੱਤੇ ਭਲਾ ਹੋਵੇ ਉਸ ਜੋੜੀ ਦਾ ਜਿਨ੍ਹਾਂ ਨੇ ਨਾ ਰਾਤ ਸੇਵਾ ਕੀਤੀ ਸਾਡੀ। ਬਾਬਾ ਜੀ ਕਹਿੰਦੇ ਨੇ ਕਿਹੜੀ ਜੋੜੀ ਬਈ, ਕਹਿੰਦੇ ਰਾਤ ਇੱਕ ਸਿੱਖ ਗਿਆ, ਉਹਨੇ ਸਾਦਾ ਜਿਹਾ ਕਹਿੰਦੇ ਪਰਨਾ ਦਸਤਾਰ ਸਾਦੀ ਜੀ, ਦਾੜਾ ਲੰਬਾ ਹੈ, ਬਹੁਤ ਸੇਵਾ ਕੀਤੀ। ਦੋਵਾਂ ਜੀਆਂ ਨੇ ਪ੍ਰਸ਼ਾਦਾ ਗਰਮ ਗਰਮ ਲੈ ਗਏ, ਦਾਲ, ਫਿਰ ਲੱਤਾਂ ਵੀ ਘੁੱਟੀ ਗਏ ਸਾਡੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਾਬਾ ਬੁੱਢਾ ਜੀ ਕਹਿੰਦੇ ਸਤਿਗੁਰੂ ਤੇ ਨਹੀਂ ਕਿਤੇ, ਕਹਿੰਦੇ ਸਤਿਗੁਰੂ ਇਹਨਾਂ ਨੇ ਦਰਸ਼ਨ ਨਹੀਂ ਨਾ ਸੰਗਤ ਨੇ ਕੀਤੇ, ਉਹ ਇਦਾਂ ਕਿਵੇਂ ਚਲੇ ਜਾਣਗੇ। ਉਹ ਕਹਿੰਦੇ ਉਹਨਾਂ ਦੇ ਚੋਜਾਂ ਦਾ ਪਤਾ ਨਹੀਂ, ਉਹਨਾਂ ਦੇ ਰੰਗਾਂ ਦਾ, ਪੂਰਨੇ ਪਾਉਣ ਲਈ ਸਾਡੇ ਲਈ ਗਏ ਹੋਣ, ਉਹ ਕਿਵੇਂ ਚਲੇ ਜਾਣਗੇ। ਬਾਬਾ ਬੁੱਢਾ ਜੀ ਕਹਿੰਦੇ ਹੋਣਗੇ ਹੀ ਉਹ, ਕਹਿੰਦੇ ਉਹ ਕਿਵੇਂ, ਕਹਿੰਦੇ ਤੁਸੀਂ ਕਿਸੇ ਨੂੰ ਦੱਸਿਆ ਸੀ ਵੀ ਅਸੀਂ ਆ ਰਹੇ ਹਾਂ, ਕਹਿੰਦੇ ਨਾ, ਫਿਰ ਕਿਸੇ ਸਿੱਖ ਨੂੰ ਸੁਪਨਾ ਆਇਆ ਜਿਹੜਾ ਤੁਹਾਡੇ ਲਈ ਪ੍ਰਸ਼ਾਦਾ ਬਣਾ ਕੇ ਲੈ ਗਿਆ ਭੁੱਖਿਆਂ ਲਈ, ਫਿਰ ਉਹੀ ਹੋਣਗੇ। ਮੇਰੇ ਸਤਿਗੁਰ ਬਾਜੋ ਜੀ ਹੋਰ ਕੌਣ ਦਿਲਾਂ ਦੀਆਂ ਜਾਣੇ, ਬਾਜੋ ਜੀ ਹੋਰ ਕੌਣ ਦਿਲਾਂ ਦੀਆਂ ਜਾਣੇ, ਬਾਜੋ ਜੀ ਹੋਰ ਕੌਣ ਦਿਲਾਂ ਦੀਆਂ ਜਾਣੇ, ਮੇਰੇ ਸਤਿਗੁਰ ਬਾਜੋ ਜੀ ਹੋਰ ਕੌਣ ਦਿਲਾਂ ਦੀਆਂ ਜਾਣੇ, ਮੇਰੇ ਸਤਿਗੁਰ ਬਾਜੋ ਜੀ ਹੋਰ ਕੌਣ ਦਿਲਾਂ ਦੀਆਂ ਜਾਣੇ, ਹੋਰ ਕੌਣ ਦਿਲਾਂ ਦੀਆਂ ਜਾਣੇ।
ਬੇਣਾ ਮਹਾਰਾਜ ਹੋਣਗੇ। ਬਾਬਾ ਬੁੱਢਾ ਜੀ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਚਲੋ ਬਈ ਵੇਖੀਏ, ਜਾ ਕੇ ਵੇਖਿਆ ਜੋੜਿਆਂ ਚ ਬੈਠਾ ਰੱਬ ਬੰਨਿਆ ਪ੍ਰੇਮ ਦਾ। ਮਹਾਰਾਜ ਜੋੜੇ ਝਾੜ ਰਹੇ ਨੇ ਬਹਿ ਕੇ, ਸੱਚੇ ਪਾਤਸ਼ਾਹ ਜੋੜੇ ਝਾੜਦੇ। ਬਾਬਾ ਬੁੱਢਾ ਜੀ ਭੱਜ ਕੇ ਗਏ, ਕਹਿੰਦੇ ਮਹਾਰਾਜ ਅਸੀਂ ਹੈ ਆ ਸੇਵਾ ਕਰਨ ਵਾਲੇ, ਤੁਹਾਨੂੰ ਕੀ ਲੋੜ ਹੈ? ਸੱਚੇ ਪਾਤਸ਼ਾਹ ਕਹਿੰਦੇ ਅਸੀਂ ਨਹੀਂ ਕਰਾਂਗੇ, ਸਿੱਖ ਸਿੱਖਣਗੇ ਕਿਵੇਂ ਸੇਵਾ ਕਰਨ। ਇਹ ਖੇਚਲ ਕਰਨੀ ਪੈਣੀ ਹੈ ਨਾ ਜੀ, ਸੇਵਾ ਲਈ ਖੇਚਲ ਕਰਨੀ ਪੈਣੀ ਹੈ। ਤੇ ਗੁਰੂ ਘਰ ਵਿੱਚ ਇਸ ਖੇਚਲ ਨੂੰ ਹੀ ਤਪ ਕਿਹਾ ਜਾਂਦਾ ਹੈ। ਇਹ ਤਪ ਆਪਾਂ ਸਾਰੇ ਕਰ ਸਕਦੇ ਹਾਂ, 100 ਘੜਾ ਪਾਣੀ ਸਿਰ ਚ ਪਵਾਉਣ ਵਾਲਾ ਨਹੀਂ ਹੋਣਾ ਤਪ ਸਾਰਿਆਂ ਤੋਂ, ਨਾ ਧੂਣੀਆਂ ਤਾਪਣੀਆਂ ਜਾਣ, ਨਾ ਜਲ ਧਾਰੇ ਕੀਤੇ ਜਾਣ। ਆਹ ਤਪ ਹੈ ਗੁਰੂ ਘਰ ਵਿੱਚ, ਤੇ ਜੇ ਸਾਰੇ ਸਿੱਖ ਤਪ ਕਰਨ ਤੇ ਅੱਜ ਸਮਾਜ ਵਿੱਚ ਸਾਡੇ 'ਚ ਕੋਈ ਭੁੱਖਾ ਨਾ ਰਵੇ। ਜੇ ਸਾਰੇ ਸਿੱਖ ਤਪ ਕਰਨ, ਖੇਚਲ ਕਰਨ ਕਿਸੇ ਵਾਸਤੇ, ਕੋਈ ਔਖਾ ਨਾ ਹੋਵੇ ਪਿੰਡ 'ਚ। 50 ਗੱਡੀਆਂ ਖੜੀਆਂ ਨੇ, 500 ਘਰ ਹੈ ਪਿੰਡ ਵਿੱਚ, ਕੋਈ ਨਾ ਕੋਈ ਬਿਮਾਰ ਹੈ ਤੇ ਕੋਈ ਗੱਡੀ ਲੈ ਵੀ ਆ, ਮੈਂ ਲੈ ਚੱਲਦਾ ਤੈਨੂੰ ਸ਼ਹਿਰ ਤੱਕ ਜਾਣਾ ਹੈ, ਚੱਲ ਮੈਂ ਡਾਕਟਰ ਕੋਲ ਲੈ ਕੇ ਚੱਲਾਂ। ਜੇ ਸਾਰੇ ਖੇਚਲ ਇਹ ਤਪ ਕਰਨ ਲੱਗ ਜਾਣ, ਔਖ ਹੀ ਨਾ ਹੋਵੇ ਕੋਈ, ਸਾਡੀਆਂ ਗਰੀਬੀਆਂ ਕੱਟੀਆਂ ਜਾਣ। ਇਹੋ ਜਿਹਾ ਤਪ ਹੈ, ਸਾਡੇ ਮਨ ਨੂੰ ਵੀ ਸ਼ਾਂਤੀ ਮਿਲੇ ਤੇ ਇਹਦੇ ਵਿੱਚ ਸਮਾਜ ਦਾ ਵੀ ਭਲਾ ਹੋਵੇ, ਇਹ ਤਪ ਹੈ ਭਾਈ ਗੁਰਮਤ ਵਾਲਾ। ਹੋਰ ਜਿਹੜੇ ਆ ਜਲ ਧਾਰੇ ਕਰਨੇ, ਧੂਣੀਆਂ ਤਾਪਣੀਆਂ, ਪੁੱਠੇ ਲਟਕਣੇ, ਇਹਨਾਂ ਚੀਜ਼ਾਂ ਨੂੰ ਗੁਰੂ ਘਰ ਵਿੱਚ ਕੋਈ ਥਾਂ ਨਹੀਂ। ਨੰਗੇ ਰਹਿਣਾ, ਕੱਪੜੇ ਲਾ ਕੇ ਤੁਰੇ ਫਿਰਨਾ, ਬਾਣੀ ਨਹੀਂ ਇਹਨਾਂ ਨੂੰ ਮੰਨਦੀ। ਨੰਗੇ ਤੇ ਪਸ਼ੂ ਬਥੇਰੇ ਤੁਰੇ ਫਿਰਦੇ ਨੇ, ਬਥੇਰੇ ਨੇ ਪਸ਼ੂ, ਉਹ ਨੰਗੇ ਹੀ ਨਹੀਂ। ਇੱਦਾਂ ਰੱਬ ਮਿਲਦਾ? ਜੇ ਰੱਬ ਮਿਲਦਾ ਨਹਾਤਿਆਂ ਧੋਤਿਆਂ ਮਿਲਦਾ ਡੱਡੂਆਂ ਮੱਛੀਆਂ, ਜੇ ਰੱਬ ਮਿਲਦਾ ਜੰਗਲ ਭਵਿਆਂ ਮਿਲਦਾ ਗਊਆਂ ਵੱਛੀਆਂ, ਬੁੱਲੇ ਸ਼ਾਹ ਰੱਬ ਉਹਨੂੰ ਮਿਲਦਾ ਨੀਤਾਂ ਜਿਨ੍ਹਾਂ ਦੀਆਂ ਬਾਬਾ ਅੰਦਰੋਂ ਸਾਫ਼ ਸੁਥਰੇ ਹੋਈਏ। ਆਪਣੇ ਅੰਦਰ ਗੁਣ ਲੈ ਆਉਣੇ, ਸੱਚ ਲੈ ਆਉਣਾ, ਇਹ ਰੱਬ ਨੂੰ ਪ੍ਰਗਟ ਕਰ ਲੈਣਾ ਭਾਈ। ਇਹ ਤਪ ਆਪਾਂ ਕਰੀਏ। ਅੱਜ ਆਪਣਾ ਨਾ ਵਿਸ਼ਾ ਇੱਧਰ ਨੂੰ ਚੱਲ ਪਿਆ। ਵੈਸੇ ਮੈਂ ਅੱਜ ਦੱਸਣਾ ਇਹ ਸੀ ਵੀ ਗੁਰਬਾਣੀ ਮੁਤਾਬਕ ਬੰਦਾ ਜਦੋਂ ਮਰ ਜਾਏ ਫਿਰ ਕੀ ਕਰਨਾ ਚਾਹੀਦਾ। ਆਪਣੀ ਗੱਲ ਕੱਲ੍ਹ ਇਹ ਹੋਈ ਸੀ ਵੀ ਮਰ ਜਾਏ ਤੇ ਫਿਰ ਕੀ ਕਰੀਏ, ਕਿਵੇਂ ਸਾਂਭੀਏ, ਪਿੰਡ ਪੱਤਲ ਕਿਰਿਆ ਦੀਵਾ ਫੁੱਲ, ਵੀ ਇਹਦਾ ਸਿਸਟਮ ਕੀ ਹੈ ਸਾਰਾ। ਇਹ ਆਪਾਂ ਕਰਨਾ ਚਾਹੁੰਦੇ ਸੀ ਪਰ ਕੱਲ੍ਹ ਦੇ ਦੀਵਾਨ 'ਚ ਕਰਾਂਗੇ, ਅੱਜ ਵਿਸ਼ਾ ਇੱਧਰ ਨੂੰ ਚੱਲ ਪਿਆ। ਤਾਂ ਕਰਕੇ ਬੇਨਤੀ ਹੈ, ਕੋਈ ਕੰਮ ਔਖਾ ਨਹੀਂ। ਗੁਰਮਤ ਜਿਹੜੀ ਹੈ ਇਹ ਵੇ ਆਫ ਲਾਈਫ ਹੈ, ਸਾਡੀ ਜੀਵਨ ਜਾਚ ਹੈ। ਅਸੀਂ ਇਹਨੂੰ ਨੋਰਮਲ ਤਰੀਕੇ ਨਾਲ ਰਹਿੰਦੇ ਹੋਏ ਗੁਰਮਤ ਕਮਾ ਸਕਦੇ ਹਾਂ। ਕੁਝ ਵੀ ਐਸਾ ਨਹੀਂ ਜਿਹੜਾ ਵੱਖਰਾ ਹੋਵੇ। ਹੁਣ ਵੇਖੋ ਨਾ ਜੀ, ਆਪਾਂ ਕਹਿੰਦੇ ਹਾਂ ਵਿਆਹ ਨਹੀਂ ਕਰਾਇਆ ਬਾਬੇ ਜਤੀ ਨੇ, ਸੁਣਿਓ ਆਪਣੀ ਗੱਲ ਕਰਦਾ, ਆਪਣੇ ਤੇ ਟੁਕਾ ਕੇ ਆਪਾਂ ਕੀ ਕਰੋ, ਮੱਥਾ ਟੇਕੋ, ਬਸ ਆਪਾਂ ਤੇ ਰਹਿ ਨਹੀਂ ਸਕਦੇ, ਆਪਾਂ ਤੇ ਜਤੀ ਸਤੀ ਰਹਿ ਨਹੀਂ ਸਕਦੇ, ਨਾ ਹੈ ਆ। ਪਰ ਗੁਰਬਾਣੀ ਮੁਤਾਬਕ ਭਾਈ ਗੁਰਦਾਸ ਜੀ ਕਹਿੰਦੇ ਨੇ ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਿਖਾਣਾ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ। ਜਿਹੜਾ ਵੀ ਭਾਈ ਜਾਂ ਜਿਹੜੀ ਵੀ ਬੀਬੀ ਬਸ ਆਪਣੇ ਘਰ ਤੱਕ ਰਵੇਗਾ। ਗੁਰੂ ਸਾਹਿਬ ਕਹਿੰਦੇ ਨੇ ਮੇਰਾ ਪੁੱਤ ਜਤੀ ਹੋਈ ਹੈ, ਆਖੋ ਸਤਨਾਮ, ਬਸ ਇਹਦਾ ਮਤਲਬ ਵਿਆਹ ਕਰਾਓ ਭਾਵੇਂ ਨਾ ਕਰਾਓ। ਜੇ ਨਹੀਂ ਕਰਾਉਣਾ, ਦਾਗ ਨਾ ਲੱਗਣ ਦਈ, ਜਤੀ ਹੈ ਦਾਗ ਨਹੀਂ ਲੱਗੇ,
ਜਤੀਏ ਵਿਆਹ ਕਰਾ ਲੈ ਆਪਣੇ ਪਰਿਵਾਰ ਤੱਕ ਸੰਬੰਧ ਰੱਖੀ ਤਾਂ ਵੀ ਕੋਈ ਫਰਕ ਨਹੀਂ ਬਾਣੀ ਕਹਿੰਦੀ ਹੈ ਤਾਂ ਵੀ ਤੂੰ ਜਤੀ ਹੋਈ ਹੈ ਲੈ ਹੋ ਗਿਆ ਨਾ ਬੋਝ ਲੈ ਗਿਆ ਸਿਰ ਤੋਂ ਵੀ ਆਪਾਂ ਤੇ ਐਵੇਂ ਡਰੀ ਜਾਂਦੇ ਸੀ ਅਸੀਂ ਵੀ ਜਤੀ ਬਣ ਸਕਦੇ ਵੇਖੋ ਏਦਾਂ ਦੇ ਜਤੀ ਜਪ ਤਪ ਸਾਰਾ ਕੰਮ ਹੀ ਸੌਖਾ ਹੈ ਇਹ ਉਲਝਾਇਆ ਸਾਡੇ ਵਰਗਿਆਂ ਨੇ ਆਖੋ ਸਤਨਾਮ ਹਾਂਜੀ ਸਾਡੇ ਵਰਗਿਆਂ ਨੇ ਉਲਝਾ ਤਾ ਚੱਕਰੀ ਘੁਮਾਤੀ ਕਹਿੰਦੇ ਤੁਸੀਂ ਨਹੀਂ ਕਰ ਸਕਦੇ ਤੁਸੀਂ ਤੇ ਸਾਨੂੰ ਮੱਥਾ ਹੀ ਟੇਕ ਦਿਆ ਕਰੋ ਬਾ ਤੂੰ ਤੁਹਾਡੇ ਤੇ ਕਰਨ ਵਾਲਾ ਕੰਮ ਹੀ ਨਹੀਂ ਬਾਹਲਾ ਔਖਾ ਹੈ ਔਖਾ ਕੁਛ ਨਹੀਂ ਗੁਰਬਾਣੀ ਮੁਤਾਬਕ ਕੁਝ ਔਖਾ ਨਹੀਂ ਬਿਲਕੁਲ ਸੌਖਾ ਹੈ ਹਾਂ ਇਹਦੇ ਤੇ ਚੱਲਣਾ ਪੈਣਾ ਹੈ ਦਿਲ ਕੱਢਣਾ ਪੈਣਾ ਹੈ ਤੇ ਮੈਂ ਕੱਲ ਵੀ ਕਿਹਾ ਸੀ ਗੁਰੂ ਨਾਨਕ ਨਾਲ ਮਰਦਾਨਾ ਹੀ ਟੇਕ ਸਕਦਾ ਹੈ ਬਸ ਗੁਰੂ ਨਾਨਕ ਕੀ ਹੈ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਗੁਰੂ ਹੈ ਤੇ ਇਹਦੇ ਨਾਲ ਦਾਨੇ ਮਰਦੀ ਟਿਕਣਗੇ ਭਾਵ ਕੇ ਜਿਹੜੇ ਦਲੇਰ ਨੇ ਉਹ ਸੱਚ ਦੇ ਰਾਹ ਤੇ ਚੱਲਣਗੇ ਬਾਕੀ ਭਗੌੜੇ ਨੇ ਭੱਜ ਜਾਣਗੇ ਸੁਣ ਲੈਣਗੇ ਇਸ ਕੰਨ ਦੁਆਰਾ ਸੁਣਨਗੇ ਦੂਸਰੇ ਕੰਨ ਦੁਆਰਾ ਕੱਢ ਦੇਣਗੇ ਤੇ ਜਿਹਦੇ ਜਿਹੜੇ ਸੁਣ ਕੇ ਮੰਨਦੇ ਨਹੀਂ ਫਿਰ ਕਬੀਰ ਸਾਹਿਬ ਕਹਿੰਦੇ ਨੇ ਪੜ੍ਹ ਲੈ ਕਬੀਰ ਸਾਚਾ ਸਤਿਗੁਰ ਕਿਆ ਕਬੀਰ ਸਾਚਾ ਸਤਿਗੁਰ ਕਿਉਂ ਤਰੇ ਜੋ ਸਿੱਖਾਂ ਮੈਂ ਚੂਕ ਅੰਦੇਕ ਨਾ ਲਗਈ ਜਿਉਂ ਬਾਂਸ ਵਜਾਈਏ ਫੂਕ ਬਾਂਸ ਵਿੱਚ ਫੂਕ ਮਾਰੋ ਦੂਜੇ ਪਾਸੇ ਨਿਕਲ ਜਾਂਦੀ ਹੈ ਕਹਿੰਦੇ ਗੁਰੂ ਸੱਚਾ ਹੈ ਆ ਗੱਲਾਂ ਸਿੱਧੀਆਂ ਤੇ ਸੱਚੀਆਂ ਨੇ ਸੱਚੀਆਂ ਵੀ ਨੇ ਤੇ ਸੌਖੀਆਂ ਵੀ ਨੇ ਪਰ ਉਹਦਾ ਕੀ ਕਰੀਏ ਜਿਹੜਾ ਮੰਨਣਾ ਹੀ ਨਹੀਂ ਚਾਹੁੰਦਾ ਗੁਰੂ ਸੱਚਾ ਵੀ ਹੋਵੇ ਕੁਝ ਨਹੀਂ ਕਰ ਸਕਦਾ ਜੇ ਸਿੱਖ ਚ ਘਾਟ ਹੈ ਜੇ ਸਿੱਖ ਨੇ ਨਹੀਂ ਮੰਨਣੀ ਤਾਂ ਕਰਕੇ ਸਰਲ ਮੈਂ ਦੱਸਿਆ ਵੀ ਗੁਰੂ ਸਾਹਿਬ ਦਾ ਸੌਖਾ ਢੰਗ ਹੈ ਭਾਈ ਆਪਾਂ ਸਾਰੇ ਮੰਨੀਏ ਆਓ ਜੀ ਜਿਨ੍ਹਾਂ ਮੱਥਾ ਨਹੀਂ ਟੇਕਿਆ ਗਿਆ ਕਿ ਮੱਥਾ ਟੇਕ ਲੈਣ ਦੂਜੀ ਬੇਨਤੀ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਨਾਮ ਲਿਖਾਓ ਕੱਲ੍ਹ ਨੂੰ ਆਹ ਗੁਰਦੁਆਰਾ ਸਾਹਿਬ ਨਾਲ ਹੀ ਹੈ ਕੱਲ੍ਹ ਇੱਥੇ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ ਜੀ ਗੁਰਦੁਆਰਾ ਇੰਦਰਪੁਰੀ ਸਾਹਿਬ ਇਹ ਪੁਰਾਣਾ ਹੀ ਨਾਂ ਰੱਖਿਆ ਹੋਇਆ ਇੰਦਰਪੁਰੀ ਕਿਉਂ ਰੱਖਿਆ ਅੱਛਾ ਚਲੋ ਗੁਰੂ ਗ੍ਰੰਥ ਕੱਲ੍ਹ ਨੂੰ ਗੁਰਦੁਆਰਾ ਸਾਹਿਬ ਵੈਸੇ ਇੰਦਰ ਦੇ ਤੇ ਅਸੀਂ ਪੁਜਾਰੀ ਦੀ ਇੰਦਰ ਨੂੰ ਤੇ ਮੰਨਦੇ ਨਹੀਂ ਜੇ ਉਸ ਇੰਦਰ ਦੇ ਨਾਂ ਤੇ ਆ ਫਿਰ ਤੇ ਬਦਲ ਦਿਓ ਜੇ ਉਸ ਇੰਦਰ ਦੇ ਨਾਂ ਤੇ ਆ ਜਿਹੜਾ ਇੰਦਰ ਮੰਨਦੇ ਨੇ ਵੀ ਦੇਵਤਾ ਹੈ ਉਹਦੇ ਨਾਂ ਤੇ ਆ ਫਿਰ ਬਦਲ ਦਿਓ ਜ਼ਰੂਰ ਗੁਰਦੁਆਰੇ ਦਾ ਨਾਂ ਤੇ ਜੇ ਕੋਈ ਹੋਰ ਤੁਹਾਡੇ ਇਤਿਹਾਸ ਹੈ ਤੇ ਉਹ ਫਿਰ ਤੁਸੀਂ ਤੁਹਾਡੀ ਮਰਜ਼ੀ ਹੈ ਪਰ ਜੇ ਉਸ ਇੰਦਰ ਦੇ ਨਾਂ ਤੇ ਉਹ ਨਾਂ ਨਹੀਂ ਰੱਖਣਾ ਚਾਹੀਦਾ ਕਿਉਂਕਿ ਅਸੀਂ ਇੰਦਰ ਨੂੰ ਨਹੀਂ ਮੰਨਦੇ ਕਿਉਂ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਇੰਦਰ ਦੇਵਤਾ ਤੇ ਕਹਿੰਦੇ ਉਹਨੇ ਤੇ ਸੰਨ ਲਾ ਲਈ ਸੀ ਗੌਤਮ ਰਿਸ਼ੀ ਦੇ ਘਰ ਇੰਦਰ ਦੇਵਤੇ ਨੇ ਤੇ ਉਹ ਤੇ ਦੇਵਤਾ ਹੋ ਹੀ ਨਹੀਂ ਸਕਦਾ ਜਿਹੜਾ ਕਿਸੇ ਦਾ ਜਤ ਭੰਗ ਕਰਨ ਵਾਸਤੇ ਤੁਰ ਪਵੇ ਉਹਨੂੰ ਦੇਵਤਾ ਕਿਨੇ ਬਣਾਇਆ ਗੁਰਬਾਣੀ ਨਹੀਂ ਦੇਵਤੇ ਮੰਨਦੀ ਇਹਨਾਂ ਨੂੰ ਗੁਰਬਾਣੀ 'ਚ ਲਿਖਿਆ ਬਾਕੀ ਇਸ ਟੌਪਿਕ ਤੇ ਕੱਲ੍ਹ ਬੇਨਤੀ ਕਰਾਂਗਾ ਜੇ ਇਹ ਉਸ ਇੰਦਰ ਦੇ ਨਾਂ ਤੇ ਹੈ ਫਿਰ ਨਾ ਕਿਹਾ ਕਰੋ ਫਿਰ ਨਹੀਂ ਚੰਗਾ ਲੱਗਦਾ ਗੁਰਦੁਆਰੇ ਦਾ ਨਾਂ ਰੱਖਣਾ ਹੈ ਸਤਿਗੁਰਾਂ ਦੇ ਨਾਂ ਤੇ ਰੱਖ ਲਓ ਗੁਰਦੁਆਰਾ ਗੁਰੂ ਦੁਆਰਾ ਹੈ ਹੀ ਹੈ ਬਸ ਇੰਨਾ ਹੀ ਬਥੇਰਾ ਗੁਰਦੁਆਰਾ ਸਾਹਿਬ ਹੀ ਬਹੁਤ ਹੈ ਇੰਨਾ ਹੀ ਬਹੁਤ ਹੈ ਸੋ ਕੱਲ ਨੂੰ ਸਾਰੀਆਂ ਸੰਗਤਾਂ ਨੇ ਅੰਮ੍ਰਿਤ ਸੰਚਾਰ ਇੱਥੇ ਗੁਰਦੁਆਰਾ ਸਾਹਿਬ 'ਚ ਹੋਏਗਾ ਜਿਹੜੇ ਵੀਰ ਭੈਣਾਂ ਭਰਾ ਜਿਨ੍ਹਾਂ ਦੀ ਇੱਛਾ ਹੈ ਉਹ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ ਆਪਾਂ ਸਿੰਘ ਸਜੀਏ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਭੈਣਾਂ ਨੂੰ ਬੇਨਤੀ ਹੈ ਬਜ਼ੁਰਗਾਂ ਨੂੰ ਬੇਨਤੀ ਹੈ ਕਿ ਸਵੇਰੇ 11 ਵਜੇ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਗੁਰਦੁਆਰਾ ਸਾਹਿਬ 'ਚ ਪਹੁੰਚ ਜਿਓ ਭਾਈ
11 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ। ਵੱਧ ਤੋਂ ਵੱਧ ਸਿੰਘ ਸਿੰਘਣੀਆਂ ਸਜੀਏ। ਨੌਜਵਾਨ ਵੀਰਾਂ ਨੂੰ ਖਾਸ ਬੇਨਤੀ ਕਰਾਂਗਾ, ਗੁਰੂ ਵਾਲੇ ਬਣ ਜਾਈਏ, ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਪੂਰੀ ਸਮਾਪਤੀ ਤੋਂ ਬਾਅਦ ਚਾਲਾ ਪਾਵਾਂਗੇ। ਜਿਨ੍ਹਾਂ ਮੱਥਾ ਨਹੀਂ ਟੇਕਿਆ ਮੱਥਾ ਟੇਕ ਲਓ। ਅੰਮ੍ਰਿਤ ਛਕਣ ਵਾਸਤੇ ਜ਼ਰੂਰ ਆਪਾਂ ਮਨ ਬਣਾਈਏ। ਗੱਜ ਕੇ ਸਾਰੀ ਸੰਗਤ ਆਨੰਦ ਸਾਹਿਬ 'ਚ ਬੋਲੋ, ਕੋਈ ਰਸਨਾ ਵਾਂਝੀ ਨਾ ਜੀ ਰਵੇ, ਸਾਰੇ ਪੜੋ। ਰਾਮਕਲੀ ਮਹੱਲਾ ਤੀਜਾ, ਆਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਗੁਰ ਕਾ ਪਾਇਆ ਸਹਿਜ ਸੇਜੀ ਮਨ ਦੀਆਂ ਬਲਾਈਆਂ, ਰਾਗ ਰਤਨ ਪਰਵਾਰ ਕਰੀ ਸ਼ਬਦ ਕਾ ਬਣਿਆ। ਸਹਿ ਨਾਨਕ ਆਨੰਦ ਹੋ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ। ਸਾਰੇ ਬੋਲੋ, ਸਾਰੇ ਹਰ ਨਾਲ ਰਹੋ ਤੂੰ ਮਨ ਮੇਰ, ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਰ ਸਭ ਦੁਆਰਣਾ, ਸਭਨਾ ਗੱਲਾਂ ਸਮਰੱਥ ਸਵਮ ਸੋ ਕਿਉਂ ਮਨ ਹੋ ਵਸਾਰੇ। ਪੜੋ ਜੀ ਪੜੋ, ਸਾਚੇ ਸਾਹਿਬ ਯਾ ਨਹੀਂ ਘਰ ਤੇਰੇ, ਸਦਾ ਸਿਮਤ ਸਲਾਹਾ ਤੇਰੀ, ਨਾਮ ਮਨ ਵਸਾਵੇ ਨਾਮ ਸੱਚੇ ਨਹੀਂ ਘਰ ਤੇਰੇ ਸੱਚਾ, ਸਾਫ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪਜਾਈਆਂ। ਪੜੋ ਪੜੋ ਬਈ, ਨਾਨਕ ਸੁਣੋ ਸ਼ਬਦ ਕਰੋ ਪਿਆਰੋ ਸੱਚਾ, ਹਰਸ ਭਾਗੈ ਸ਼ਬਦ ਵਚ ਕਲਾ ਜਿਤ ਕਰ ਧਾਰੀਆ, ਕਰਮ ਪਾਇਆ ਤੁਰ ਕਰਮ ਪਾਇਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ। ਆਨੰਦ ਸੁਣੋ ਵੰਡ ਭਾਗੀ ਹੋ, ਸਗਲ ਮਨੋਰਥ ਪੂਰੇ ਪਰਮ ਪ੍ਰਭ ਪਾਇਆ, ਆਜ ਦੁਖ ਰੋਗ ਸੰਤਾਪ ਪੁੱਤਰ ਸੁਣੀ ਸੱਚੀ ਬਾਣੀ, ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰ। ਗੁਰੂ ਬਾਣੀ ਮਾਤਾ ਧਰਤ ਮਹੱਤ ਬੋਲੋ, ਇਸ ਰਾਤ
दर्शन परसे गुरु के जन्म मरण दुख जाए वाहिगुरु जी तनासरी महला पहला जियो तपत है बारो बार तप तप खपे बहुत बेकार जै तन बाणी विसर जाए ज्यों पक्का रोगी विल लाए जियो तपत है बारो बार तप तप खपे बहुत बेकार जै तन बाणी विसर जाए ज्यों पक्का रोगी विल लाए बहुता बोलना चखण होए विण बोले जाने सब सोए रहाओ जिन कन कीते अखी नाक जिन जेहवा दिती बोले तात जिन मन राख्या अग्नि पाए वाजे पवन आखे सब जाए जेता मोह प्रीत स्वाद सबा कालख दागा दाग दाग दोस मोह चले आलाए दर कह बैसन नाही जाए कर्म मिले आखण तेरा ना जित लग तरना होर नहीं था ओ जे को डूबे फिर होवे सार नानक साचा सर्बदातार कर्म मिले आखण तेरा नाओ जित लग तरना होर नहीं था ओ
ਜੇ ਕੋ ਡੁੱਬੇ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਾ ਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।